ਇਸ਼ ਹੈ ਅਜੀਤ ਕੌਰ ਦੀ ਆਤਮਕਥਾ ਖਾਨਾਬਦੋਸ਼ ਆਵਾਜ਼ ਮਨਪ੍ਰੀਤ ਸੋ ਹਤਾ ਪਾਗ ਪਹਿਲਾ ਦਰਦ ਹੀ ਜ਼ਿੰਦਗੀ ਦਾ ਆਖਰੀ ਸੱਚੇ ਦਰਦ ਤੇ ਇਕਲਾਪਾ ਤੇ ਤੁਸੀਂ ਨਾ ਦਰਦ ਸਾਂਝਾ ਕਰ ਸਕਦੇ ਹੋ ਨਾ ਇਕੱਲਾਪਣ ਆਪਣਾ ਆਪਣਾ ਦਰਦ ਤੇ ਆਪਣਾ ਆਪਣਾ ਇਕੱਲਾਪਣ ਅਸੀਂ ਇਕੱਲਿਆਂ ਹੀ ਭੋਗਣਾ ਹੁੰਦਾ ਹੈ ਫਰਕ ਸਿਰਫ ਇੰਨਾ ਹੁੰਦਾ ਹੈ ਕਿ ਆਪਣੀ ਸਲੀਬ ਜਦੋਂ ਆਪਣੇ ਮੋਢਿਆਂ ਤੇ ਚੁੱਕ ਕੇ ਅਸੀਂ ਜ਼ਿੰਦਗੀ ਦੀਆਂ ਗਲੀਆਂ ਵਿੱਚੋਂ ਗੁਜ਼ਰੇ ਤਾਸੀਂ ਰੋ ਰਹੇ ਸਾਂ ਜਾਂ ਮੁਸਕਰਾ ਰਹੇ ਸਾਂ ਕਿ ਅਸੀਂ ਆਪਣੇ ਜ਼ਖਮੀ ਮੋਢਿਆਂ ਤੇ ਚੁੱਕੇ ਆਪਣੀ ਮੌਤ ਦੇ ਐਲਾਨ ਨਾਲ ਲੋਕਾਂ ਦੀਆਂ ਭੀੜਾਂ ਤੋਂ ਤਰਸ ਮੰਗ ਰਹੇ ਸਾਂ ਕਿ ਉਸ ਹਾਲਤ ਵਿੱਚ ਵੀ ਉਹਨਾਂ ਨੂੰ ਸ਼ਹਿਨशाह ਵਾਂਗੂ ਮਿਹਰ ਤੇ ਕਰਨ ਦੇ ਤੋਹਫੇ ਵੰਡ ਰਹੇ ਸਾਂ ਦਰਦ ਤੇ ਇਕੱਲਾਪਨ ਜੇ ਇਕੱਲਿਆਂ ਹੀ ਭੋਗਣਾ ਹੁੰਦਾ ਏ ਤਾਂ ਫਿਰ ਇਹ ਦਾਸਤਾਨ ਤੁਹਾਨੂੰ ਕਿਉਂ ਸੁਣਾ ਰਹੀ ਆ ਮੈਂ ਤਾਂ ਜ਼ਖਮੀ ਬਾਜ਼ ਵਾਂਗੂ ਬਹੁਤ ਪੁਰਾਣੇ ਨੰਗੇ ਰੁੱਖ ਦੀ ਸਭ ਤੋਂ ਉਤਲੀ ਨਿਪੱਤਰੀ ਟਾਣੀ ਉੱਤੇ ਬੈਠੀ ਸਾਂ ਆਪਣੇ ਜ਼ਖਮਾਂ ਕੋਲੋਂ ਸ਼ਰਮਸਾਰ ਹਮੇਸ਼ਾ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੀ ਹੋਈ ਸੁਨਸਾਨ ਇਕੱਲ ਤੇ ਭਿਆਨਕ ਖਾਮੋਸ਼ੀ ਕੋਲੋਂ ਤਰਹਿ ਕੇ ਇਹ ਦਾਸਤਾਨ ਕਦੋਂ ਕਹਿਣ ਲੱਗ ਪਈ ਯਸੂ ਮਸੀਹ ਤਾਂ ਨਹੀਂ ਹਾਂ ਦੋਸਤੋ ਉਹਦੇ ਵਾਂਗੂ ਆਖਰੀ ਸਫ਼ਰ ਵਿੱਚ ਵੀ ਇੱਕ ਨਜ਼ਰ ਨਾਲ ਲੋਕਾਂ ਦੀਆਂ ਪੀੜਾਂ ਨੂੰ ਪਹੁੰਚ ਕੇ ਸਿਹਤ ਦੇ ਰਹਿਮ ਦੇ ਦਾਨ ਨਹੀਂ ਦੇ ਸਕਦੀ ਪਰ ਲੱਗਦਾ ਇਹ ਆਪਣੀ ਦਾਸਤਾਨ ਇਸ ਤਰ੍ਹਾਂ ਕਹਿਣਾ ਇੱਕ ਛੋਟਾ ਜਿਹਾ ਮਸੀਹੀ ਕ੍ਰਿਸ਼ਮਾ ਹੈ ਜ਼ਰੂਰ ਨਹੀਂ ਪਰ ਹੁਣ ਜਦੋਂ ਇਹਨਾਂ ਲਿਖੇ ਹੋਏ ਲਫ਼ਜ਼ਾਂ ਨੂੰ ਮੁੜ ਕੇ ਪੜਦੀਆਂ ਤਾਂ ਲੱਗਦਾ ਏ ویرਾਨ ਬੇਕিনার ਰੇਗਿਸਤਾਨ ਵਿੱਚ ਮੈਂ ਜਿਵੇਂ ਮੱਲੋ ਜ਼ੋਰੀ ਲਫ਼ਜ਼ਾਂ ਦੇ ਏਥੋਂਰ ਬੀਜੇ ਨੇ ਪਰ ਹਰ ਥੋੜ ਦੇ ਆਸ-ਪਾਸ ਬੇਸ਼ੁਮਾਰ ਖੁਸ਼ਕ ਰੇਤ ਏ ਜਿਹੜੀ ਤਪ ਰਹੀ ਏ ਬੇਲਫ਼ਜ਼ ਖਾਮੋਸ਼ ਅਜੀਤਕੌਰ ਪਾਗ ਪਹਿਲਾ 101 ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਮੇਰੇ ਪੈਰਾਂ ਦੀਆਂ ਅੱਡੀਆਂ ਤੋਂ ਸ਼ੁਰੂ ਹੋ ਕੇ ਦੂਰ ਦੁਮੇਲ ਤੱਕ ਸਿਰਫ ਅਗਦੀਆਂ ਸੁਰਖ ਲਾਟਾਂ ਪੰਬੜ ਬਣ ਕੇ ਬਲਦੀਆਂ ਨਜ਼ਰ ਆਉਂਦੀਆਂ ਨੇ ਜੀ ਕਰਦਾ ਇਹ ਡਾਇਲ ਘੁਮਾਂਦੀ ਜਾਵਾਂ 101 ਇਸ ਨੰਬਰ ਤੇ ਫੋਨ ਕੀਤੇ ਆ ਅੱਗ ਬੁਝਾਉਣ ਵਾਲੇ ਆ ਜਾਂਦੇ ਨੇ ਤੇ ਮਨ ਵਿੱਚ ਮੈਂ ਰੋਜ਼ ਖਵਰੇ 50 ਵਾਰੀ ਇਹ ਨੰਬਰ ਘੁਮਾਂਦੀ ਹਾਂ 101 ਇਹਨਾਂ ਸੁਰਖ ਲਾਟਾਂ ਦੇ ਭਾਂਬੜ ਵਿੱਚ ਮੈਂ ਰੋਜ਼ ਸੜਦੀ ਹਾਂ ਦਿਨੇ ਘੱਟ ਰਾਤੀ ਬਹੁਤੀ ਇਸ ਅੱਗ ਵਿੱਚ ਰੋਜ਼ ਨਹਾਉਣਾ ਮੇਰੀ ਤਕਦੀਰ ਹੈ ਇਹ ਤਕਦੀਰ 7ਵਰੇ ਪਹਿਲਾਂ 14 ਤੇ 15 ਅਗਸਤ ਦੀ ਵਿਚਕਾਰਲੀ ਰਾਤ ਨੂੰ ਮੇਰੇ ਮੱਥੇ ਤੇ ਹੀ ਨਹੀਂ ਮੇਰੇ ਸਾਰੇ ਪਿੰਡੇ ਤੇ ਲਿਖੀ ਗਈ ਸੀ ਤੇ ਫੇਰ ਅਗਲੇ 7 ਦਿਨ ਕੋਈ ਮੇਰਾ ਮਾਸ ਖੁਰਚ-ਖੁਰਚ ਕੇ ਇਸ ਤਕਦੀਰ ਨੂੰ ਮੇਰੇ ਪਿੰਡੇ ਤੇ ਉਕਰਦਾ ਰਿਹਾ ਸੀ ਜੇ ਮੈਂ ਪਿੱਛੇ ਵੱਲ ਤੁਰਨਾ ਹੋਵੇ ਤਾਂ ਇਸ ਅੱਗ ਦੇ ਸ਼ੋਲਿਆਂ ਵਿੱਚੋਂ ਤੁਰ ਕੇ ਹੀ ਜਾਣਾ ਹੋਵੇਗਾ ਪਿੱਛੇ ਤੁਰਨਾ ਬਹੁਤ ਦੇਰ ਤੋਂ ਟਾਲ ਰਹੀ ਸਾਂ ਅਮ੍ਰਿਤਾ ਨੇ ਮੇਰਾ ਮੂੰਹ ਪਿਛਾ ਕਰਕੇ ਮੈਨੂੰ ਧੱਕਾ ਦੇ ਦਿੱਤਾ ਏ ਤੁਰ ਸੋ ਦੋਸਤੋ ਇਸ ਅੱਗ ਦਾ ਸਫ਼ਰ ਤੁਹਾਨੂੰ ਵੀ ਮੇਰੇ ਨਾਲ ਹੀ ਕਰਨਾ ਪਵੇਗਾ ਸਤਵਰੇ ਪਹਿਲਾ ਹੋਈ ਘਟਨਾ ਹੋ ਗੁਜ਼ਰ ਨਹੀਂ ਗਈ ਹਰ ਪਲ ਮੇਰੀ ਛਾਤੀ ਵਿੱਚ ਵਾਪਰਦੀ ਏ ਅਗ ਦੀਆਂ ਲਾਟਾਂ ਵਿੱਚ ਘਿਰੀ ਇੱਕ ਮਸ਼ਾਲ ਵਾਂਗੂ ਬਲਦੀ ਨਿਹਾਇਤ ਖੂਬਸੂਰਤ ਇੱਕ ਕੁੜੀ ਦੋ ਛੱਤਾਂ ਉਤਰਦੀ ਏ ਪੌੜੀਆਂ ਵਿੱਚ ਬਲਦੀ ਅੱਗ ਤੁਰਦੀ ਏ ਮੈਨੂੰ ਲੱਗਦਾ ਏ ਉਹ ਅੱਗ ਮੇਰੇ ਕੱਪੜਿਆਂ ਨੂੰ ਹੀ ਨਹੀਂ ਮੇਰੇ ਪਿੰਡੇ ਦੇ ਮਾਸ ਨੂੰ ਲੱਗੀ ਹੋਈ ਏ ਤੇ ਪੌੜੀਆਂ ਵਿੱਚੋਂ ਲੱਟ-ਲੱਟ ਬਲਦੀ ਮੈਂ ਉਤਰ ਰਹੀ ਹਾਂ ਮੈਨੂੰ ਪਤਾ ਏ ਮੈਂ ਮੁਸੀਬਤ ਵੇਲੇ ਚੀਖ ਕੇ ਕਿਸੇ ਨੂੰ ਮਦਦ ਲਈ ਨਹੀਂ ਬੁਲਾ ਸਕਦੀ ਜਦ ਤੱਕ ਉਹ ਮੇਰਾ ਬਿਲਕੁਲ ਆਪਣਾ ਨਾ ਹੋਵੇ ਉਨੇ ਵੀ ਉਸ ਅਜਨਬੀ ਸ਼ਹਿਰ ਦੀਆਂ ਪਰਾਈਆਂ ਪੌੜੀਆਂ ਵਿੱਚ ਕਿਸੇ ਨੂੰ ਨਹੀਂ ਪੁਕਾਰਿਆ ਹੋਣਾ 14 ਅਗਸਤ ਦੀ ਸ਼ਾਮ ਸੀ 1974 ਮੈਂ ਪ੍ਰੈਸ ਵਿੱਚ ਬੈਠੀ ਕੰਮ ਕਰ ਰਹੀ ਸਾਂ ਘਰੋਂ ਡੌਲੀ ਯਾਨੀ ਮੇਰੀ ਵੱਡੀ ਧੀ ਅਰਪਨਾ ਦਾ ਟੈਲੀਫੋਨ ਆਇਆ ਕਬਰਾਹਟ ਨਾਲ ਕੰਬਦੀ ਆਵਾਜ਼ ਪੈਰਿਸ ਤੋਂ ਕੋਈ ਟੈਲੀਫੋਨ ਆ ਰਿਹਾ ਏ ਪਰ ਗੱਲ ਦੀ ਸਮਝ ਨਹੀਂ ਆ ਰਹੀ ਲਾਈਨ ਕਲੀਅਰ ਨਹੀਂ ਸੀ ਹੁਣੇ ਫੇਰ ਆਵੇਗਾ ਤੁਸੀਂ ਛੇਤੀ ਘਰ ਆ ਜਾਓ ਪਰ ਇਸ ਤੋਂ ਟੈਲੀਫੋਨ ਕਿਉਂ ਮੈਂ ਕੰਬਦੇ ਹੱਥਾਂ ਨਾਲ ਕਾਗਜ਼ ਫਾਈਲ ਵਿੱਚ ਤੁੰਨੇ ਤੇ ਮੋਟਰ ਵਿੱਚ ਬਹਿ ਗਈ ਕਰ ਛੇਤੀ ਕੈਂਡੀ ਮੇਰੀ ਨੇ ਕੀਤੀ ਡੇਢ ਮਹੀਨਾ ਪਹਿਲਾਂ ਫਰਾਂਸ ਗਈ ਸੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਫ੍ਰੈਂਚ ਦਾ ਐਮਏ ਕਰ ਰਹੀ ਸੀ ਅਜੇ ਪਹਿਲੇ ਸਾਲ ਦਾ ਹੀ ਇਮਤਿਹਾਨ ਹੋਇਆ ਤਾਂ ਆਪਣੀ ਕਲਾਸ ਨੂੰ ਟੌਪ ਕੀਤਾ ਸੋ 2 ਮਹੀਨੇ ਦਾ ਸਕਾਲਰਸ਼ਿਪ ਮਿਲਿਆ ਫਰਾਂਸ ਜਾ ਕੇ ਕੋਈ ਕੋਰਸ ਕਰਨ ਲਈ ਜਾਂ ਆਪੇ ਰਿਸਰਚ ਕਰਕੇ ਫਰਾਂਸ ਬਾਰੇ ਕੋਈ ਥੀਸਿਸ ਲਿਖਣ ਲਈ ਉਨੇ ਥੀਸਿਸ ਲਿਖਣਾ ਚੁਣਿਆ ਸੀ ਇਸ ਕਰਕੇ ਉਹ ਸਾਰੇ ਫਰਾਂਸ ਵਿੱਚ ਘੁੰਮ ਰਹੀ ਸੀ ਤਕਰੀਬਨ ਰੋਜ਼ ਉਹਦਾ ਖਤ ਆਉਂਦਾ ਸੀ ਅਜੇ ਕੱਲ੍ਹ ਹੀ ਤਾਂ ਖਤ ਆਇਆ ਸੀ ਲੰਮਾ ਖਤ ਵਿਸ਼ੀ ਤੋਂ ਕਈ ਥਾਵਾਂ ਤੋਂ ਸ਼ਾਤੋ ਤੇ ਆਰਟ ਗੈਲਰੀਆਂ ਤੇ ਮਿਊਜ਼ੀਅਮ ਤੇ ਗਿਰਜੇ ਵੇਖਦੀ ਵੇਖਦੀ ਉਹ ਵਿਸ਼ੀ ਪਹੁੰਚੀ ਸੀ ਜਿੱਥੇ ਸਿਹਤ ਬਖਸ਼ ਪਾਣੀਆਂ ਦੇ ਚਸ਼ਮੇ ਸਨ ਤੇ ਸਿਰਫ ਫਰਾਂਸ ਤੋਂ ਹੀ ਨਹੀਂ ਸਾਰੇ ਯੂਰਪ ਤੋਂ ਲੋਕ ਉਹਨਾਂ ਚਸ਼ਮਿਆਂ ਦਾ ਪਾਣੀ ਪੀਣ ਤੇ ਨਹਾਉਣ ਉੱਥੇ ਆਉਂਦੇ ਸਨ ਸਿਹਤਯਾਬ ਹੋਣ ਲਈ ਖਤ ਵਿਸ਼ੀ ਤੋਂ ਆਇਆ ਸੀ ਤੇ ਫੋਨ ਪੈरिस ਤੋਂ ਕਿਸ ਤਰ੍ਹਾਂ ਆ ਗਿਆ ਵਾਪਸ ਪੈरिस ਆ ਗਈ ਹੈ ਅੱਜ ਪਰ ਫੋਨ ਕਿਉਂ ਕੀਤਾ ਜਦ ਤੱਕ ਕੋਈ ਖਾਸ ਮੁਸੀਬਤ ਨਾ ਹੋਵੇ ਉਹ ਇਸ ਤਰ੍ਹਾਂ ਫੋਨ ਨਹੀਂ ਕਰਨ ਵਾਲੀ ਮੁਸੀਬਤ ਵੇਲੇ ਵੀ ਮੇਰੇ ਕੋਲੋਂ ਛਪਾਂਦੀ ਰਹਿੰਦੀ ਹੈ ਮਾਂ ਨੂੰ ਤਕਲੀਫ ਨਾ ਹੋਵੇ ਇਸ ਲਈ ਝੱਲੀ ਧੀ ਮੇਰੀ ਤੇ ਸੈਂਕੜੇ ਦਲੀਲਾਂ ਵਿੱਚ ਪਈ ਮੈਂ ਘਰ ਪਹੁੰਚ ਗਈ ਫੋਨ ਤੇ ਆਵਾਜ਼ ਰਤਾ ਕੋ ਵੀ ਨਹੀਂ ਸੀ ਸੁਣਾਈ ਦੇਂਦੀ ਲੱਗਦਾ ਸੀ ਕੱਜਨ ਦੀ ਆਵਾਜ਼ ਹੈ ਕੱਜਨ ਦੀ ਕੈਂਡੀ ਦੀ ਨਹੀਂ ਮੈਂ ਹੋਰ ਬਧਵਾਸ ਹੋ ਗਈ ਕੱਜਨ ਯਾਨੀ ਸਾਡੇ ਗਵਾਂਡੀਆਂ ਦਾ ਪੁੱਤਰ ਕੈਂਡੀ ਸੀਨੀਅਰ ਕੈਂਬਰਿਜ ਕਰ ਚੁੱਕੀ ਸੀ ਤੇ ਕੱਜਨ ਕਿਸੇ ਕਾਲਜ ਵਿੱਚ ਪੜਦਾ ਸੀ ਜਦੋਂ ਅਸੀਂ ਏਸ ਗ੍ਰੇਟਰ ਕੈਲਾਸ਼ ਵਾਲੇ ਘਰ ਵਿੱਚ ਆਏ ਸਾਂ ਉਹ ਉੱਤੇ ਰਹਿੰਦੇ ਸਨ ਤੇ ਅਸੀਂ ਥੱਲੇ ਮਕਾਨ ਨਵਾਂ ਹੀ ਬਣਿਆ ਸੀ ਇਸ ਕਰਕੇ ਅਸੀਂ ਦੋਵੇਂ ਕਿਰਾਏਦਾਰ ਤਕਰੀਬਨ 2 ਕੋ ਹਫ਼ਤਿਆਂ ਦੀ ਵਿੱਤ ਤੇ ਹੀ ਇਸ ਮਕਾਨ ਵਿੱਚ ਆਏ ਸਾਂ ਅਸੀਂ ਪਹਿਲੋਂ ਆਏ ਸਾਂ ਹੇਟਲੇ ਪੋਰਸ਼ਨ ਵਿੱਚ ਉਹ ਮਗਰੋਂ ਆਏ ਸਨ ਇਸ ਕਰਕੇ ਉਹਨਾਂ ਦਾ ਸਮਾਨ ਉੱਤੇ ਚੜਵਾਉਣ ਦੀ ਤੇ ਪਹਿਲੇ ਇੱਕਾਦ ਦਿਨ ਉਹਨਾਂ ਨੂੰ ਰੋਟੀ ਪਾਣੀ ਪੁੱਛਣ ਦੀ ਜ਼ਿੰਮੇਵਾਰੀ ਸਾਡੀ ਬਣਦੀ ਸੀ ਸਾਡੀ ਯਾਨੀ ਮੇਰੀ ਤੇ ਮੇਰੀਆਂ ਦੋਹਾਂ ਧੀਆਂ ਦੀ ਇਸ ਤਰ੍ਹਾਂ ਇਹ ਵਾਕਫੀਅਤ ਸ਼ੁਰੂ ਤੋਂ ਹੀ ਬੜੇ ਚੰਗੇ ਰਿਸ਼ਤੇ ਵਿੱਚ ਬਦਲ ਗਈ ਸੀ ਪਰ ਉਹ ਹੋਰ ਕਿਸਮ ਦੇ ਲੋਕ ਸਨ ਹੌਲੀ-ਹੌਲੀ ਮੰਨ ਦੂਰ ਹੁੰਦੇ ਗਏ ਸਨ ਉਹਨਾਂ ਦੀ ਆਪਣੀ ਦੁਨੀਆ ਸੀ ਜਿਸ ਵਿੱਚ ਹੀਰੇ ਵੇਚੇ ਜਾਂਦੇ ਸਨ ਲੱਖਾਂ ਦਾ ਵਪਾਰ ਹੁੰਦਾ ਸੀ ਕਿਸੇ ਕਿਤਾਬ ਲਈ ਕੋਈ ਥਾਂ ਨਹੀਂ ਸੀ ਦੰਤਾਂ ਦਾ ਸ਼ੋਰ ਸੀ ਜਿਹੜਾ ਸਵੇਰੇ ਬ੍ਰੈਕਫਾਸਟ ਵੇਲੇ ਤਲੀਆਂ ਜਾਣ ਵਾਲੀਆਂ ਪੂੜੀਆਂ ਤੋਂ ਸ਼ੁਰੂ ਹੁੰਦਾ ਸੀ ਤੇ ਅੱਧੀ ਰਾਤ ਤੱਕ ਸ਼ਰਾਬ ਦੇ ਦੌਰਾਂ ਨਾਲ ਤੇ ਤਾਸ਼ ਦੀ ਜਿੱਤ ਹਾਰ ਨਾਲ ਤੇ ਆਖਰਾਂ ਦੇ ਰੋਲੇ ਨਾਲ ਤੁਰਦਾ ਰਹਿੰਦਾ ਸੀ ਅਸੀਂ ਥੱਲੇ ਸਾਂ ਸੋ ਹਰ ਵੇਲੇ ਲੱਗਦਾ ਸੀ ਕਿ ਸਿਰ ਉੱਤੇ ਹਥੌੜੇ ਚੱਲ ਰਹੇ ਨੇ ਧਮ ਧਮ ਤੁਰਦੇ ਪੈਰਾਂ ਦੀ ਗੜਗੜਾਹਟ ਆਉਣ ਜਾਣ ਵਾਲੇ ਉਹਨਾਂ ਦੀ ਕਿਸਮ ਦੇ ਹੀ ਲੋਕਾਂ ਦਾ ਪੌੜੀਆਂ ਚੜਨ ਉਤਰਨ ਦਾ ਬੇਅੰਤ ਹਾਸ਼ੋਰ ਅੱਧੀ ਰਾਤ ਤੱਕ ਮੋਟਰਾਂ ਦੇ ਸਟਾਰਟ ਹੋਣ ਦੀ ਇਹ ਮੋਟਰਾਂ ਦੇ ਬੂਹਿਆਂ ਦੇ ਖੁੱਲਣ ਤੇ ਕਾੜ ਕਰਕੇ ਬੰਦ ਹੋਣ ਦੀ ਆਵਾਜ਼ ਜਿਹੜੀ ਠਹਿਰੀ ਹੋਈ ਰਾਤ ਵਿੱਚ ਗੜਗੜਾਉਂਦੀ ਹੋਈ ਗੂੰਜਦੀ ਅੱਧੀ ਰਾਤ ਤੱਕ ਉਹਨਾਂ ਦੇ ਦੋਹਾਂ ਨੌਕਰਾਂ ਦੀਆਂ ਉੱਚੀ ਉੱਚੀ ਗੱਲਾਂ ਤੇ ਸੈਂਕੜੇ ਭਾਂਡਿਆਂ ਦੀ ਖਣਖਣਾਉਂਦੀ ਗੂੰਜ ਕੋਈ ਵੀ ਅਜਿਹਾ ਕਮਰਾ ਨਹੀਂ ਸੀ ਜਿਸ ਵਿੱਚ ਆਵਾਜ਼ਾਂ ਘੱਟ ਆਉਣ ਪਿਛਲੇ ਕਮਰੇ ਦੇ ਉੱਤੇ ਜਿਹੜਾ ਕਮਰਾ ਸੀ ਉਸ ਵਿੱਚ ਔਰਤਾਂ ਆਪਣੀਆਂ ਸਹੇਲੀਆਂ ਨਾਲ ਬੈਠੀਆਂ ਤਾਸ਼ ਖੇਡਦੀਆਂ ਰਹਿੰਦੀਆਂ ਤੇ ਪਾਨ ਖਾਂਦੀਆਂ ਰਹਿੰਦੀਆਂ ਅਗਲੇ ਵੱਡੇ ਕਮਰੇ ਦੇ ਉਤਲੇ ਕਮਰੇ ਵਿੱਚ ਮਰਦ ਸ਼ੋਰ ਕਰਦੇ ਰਹਿੰਦੇ ਤਾਸ਼ ਜਿਸ ਤਰ੍ਹਾਂ ਪਹਿਲਵਾਨ ਅਖਾੜਿਆਂ ਵਿੱਚ ਦੰਗਲ ਕਰਦੇ ਹੋਣ ਕਈ ਵਾਰੀ ਮੈਂ ਘਬਰਾ ਕੇ ਬਾਹਰ ਨਿਕਲ ਜਾਂਦੀ ਘਰ ਦੇ ਤਕਰੀਬਨ ਸਾਹਮਣੇ ਹੀ ਇੱਕ ਪਾਰਕ ਸੀ ਉਸ ਵਿੱਚ ਜਾ ਖਲੂੰਦੀ ਆਲੇ ਦੁਆਲੇ ਦੇ ਸਾਰੇ ਘਰ ਸ਼ਾਂਤ ਹਨੇਰੇ ਵਿੱਚ ਅਣਜਾਣ ਬੱਚਿਆਂ ਵਾਂਗੂ ਸੌਂ ਰਹੇ ਹੁੰਦੇ ਸਿਰਫ ਇੱਕ ਸਾਡੇ ਘਰ ਦੇ ਉਤਲੇ ਹਿੱਸੇ ਵਿੱਚੋਂ ਅੰਤਾਂ ਦਾ ਸ਼ੋਰ ਗਲਾਸਾਂ ਦੀ ਤੇ ਭਾਂਡਿਆਂ ਦੀ ਆਵਾਜ਼ ਪੈਰਾਂ ਦੀ ਗੜਗੜਾਹਟ ਤੇ ਰੌਸ਼ਨੀ ਉਲਰ ਕੇ ਬਾਹਰ ਨਿਕਲ ਰਹੇ ਹੁੰਦੇ ਕਿਹ ਹੀ ਬਦਕਿਸਮਤੀ ਹੈ ਮੈਂ ਸੋਚਦੀ ਤੇ ਸਵੇਰੇ ਬਾਹਰ ਸਾਡੇ ਲਾਉਨ ਦੇ ਘਾਹ ਉੱਤੇ ਕਾਗਜ਼ ਅੱਧ ਜੜੀਆਂ ਸਿਗਰਟਾਂ ਦੇ ਟੋਟੇ ਕੇਲੇ ਦੇ ਛਿਲਕੇ ਭਜੇ ਹੋਏ ਗਲਾਸ ਦੇ ਟੋਟੇ ਤੇ ਕਈ ਕੁਝ ਪਿਆ ਹੁੰਦਾ ਸਭ ਤੋਂ ਕੋਫਤ ਵਾਲੀ ਚੀਜ਼ ਸੀ ਘਾਹ ਦਾ ਜਗਾ ਜਗਾ ਮੂੰਹ ਵਿੱਚ ਖੁਲੇ ਹੋਏ ਪਾਨ ਨਾਲ ਸੁਰਖ ਹੋ ਜਾਣਾ ਉਫ ਜਿਵੇਂ ਸਾਡਾ ਲਾਉਨ ਨਾ ਹੋਵੇ ਕੂੜੇਦਾਨ ਹੋਵੇ ਪਰ ਮੈਂ ਜਦੋਂ ਵੀ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਉਹ ਅੱਗੋਂ ਇਸ ਤਰ੍ਹਾਂ ਚੀਖਦੇ ਕਿ ਸਾਰੇ ਦਿਨ ਦਾ ਕਬਾੜਾ ਹੋ ਕੇ ਰਹਿ ਜਾਂਦਾ ਸામਨੇ ਵਾਲੇ ਘਰ ਵਿੱਚ ਬੜੇ ਸ਼ਾਇਸਤਾ ਲੋਕ ਰਹਿੰਦੇ ਸਨ ਤੇ ਸਾਰੇ ਆਲੇ-ਦੁਆਲੇ ਵਿੱਚ ਜਿਸ ਇੱਕੋ ਇੱਕ ਟੱਬਰ ਨਾਲ ਦੋਸਤੀ ਦਾ ਰਿਸ਼ਤਾ ਸੀ ਉਹ ਬਸ ਉਹਨਾਂ ਨਾਲ ਹੀ ਸੀ। ਸੁਰਿੰਦਰ ਸੈਗਲ ਤੇ ਬਿਮਲਾ ਜੀ ਉਹਨਾਂ ਨੂੰ ਵੀ ਮੈਂ 2-4 ਵਾਰ ਕਿਹਾ ਸੀ ਕਿ ਸਾਡੇ ਉੱਤੇ ਵਾਲਿਆਂ ਨਾਲ ਗੱਲ ਕਰਨ। ਆਖਰ ਆਦਮੀ ਨਾਲ ਇਸ ਤਰ੍ਹਾਂ ਦੇ ਝਗੜੇ ਵਾਲੀ ਗੱਲ ਆਦਮੀ ਹੀ ਕਰ ਸਕਦਾ ਏ। ਪਰ ਪਰाये ਝਗੜੇ ਵਿੱਚ ਕੋਈ ਵੀ ਹੱਥ ਨਹੀਂ ਪਾਉਣਾ ਚਾਹੁੰਦਾ। ਇਸ ਅੰਤਾਂ ਦੇ ਸ਼ੋਰ ਵਾਲੇ ਘਰ ਵਿੱਚ ਇੱਕ ਖਾਮੋਸ਼ ਤੇ ਬਿਲਕੁਲ ਹੋਰ ਤਰ੍ਹਾਂ ਦਾ ਮੁੰਡਾ ਸੀ। ਕੱਜਨ ਕੈਂਡੀ ਤੇ ਉਹ ਰਲ ਕੇ ਕਿਤਾਬਾਂ ਦੀਆਂ ਗੱਲਾਂ ਕਰਦੇ ਮਿਊਜ਼ਿਕ ਸੁਣਦੇ ਸੈਰ ਕਰਦੇ ਉਤਲੇ ਘਰ ਵਿੱਚ ਕਿਉਂਕਿ ਕਿਤਾਬਾਂ ਲਈ ਤੇ ਸੰਗੀਤ ਲਈ ਕੋਈ ਥਾਂ ਨਹੀਂ ਸੀ ਇਸ ਕਰਕੇ ਕੱਜਨ ਨੂੰ ਵੀ ਜਿਵੇਂ ਸਾਡੇ ਘਰ ਵਿੱਚ ਪਨਾਹ ਵਰਗਾ ਅਹਿਸਾਸ ਹੁੰਦਾ ਸੀ ਜਦੋਂ ਵੀ ਦੋਵੇਂ ਰਲ ਕੇ ਬੈਠਦੇ ਲੇ ਕਿਤਾਬਾਂ ਨਾਲ ਤੇ ਰਿਕਾਰਡਾਂ ਨਾਲ ਭਰੇ ਹੋਏ ਘਰ ਵਿੱਚ ਹੀ ਯਾਨੀ ਸਾਡੇ ਘਰ ਕੱਜਨ ਕਹਿੰਦਾ ਉਸ ਹੀਰਿਆਂ ਵਾਲੇ ਪੈਸੇ ਨਾਲ ਮੇਰਾ ਕੋਈ ਵਾਸਤਾ ਨਹੀਂ ਮੈਂ ਤਾਂ ਕੁਝ ਹੋਰ ਕਰਾਂਗਾ ਆਪਣੇ ਪੈਰਾਂ ਤੇ ਖੜੋਵਾਂਗਾ ਤੇ ਆਪਣੇ ਆਪ ਨੂੰ ਕੈਂਡੀ ਤੇਰੀ ਦੋਸਤੀ ਦੇ ਕਾਬਲ ਬਣਾਵਾਂਗਾ ਤੇ ਦੋ ਵਰਿਆਂ ਦੀ ਅਲੂਈ ਪਰ ਬਹੁਤ ਗਹਿਰੀ ਦੋਸਤੀ ਤੋਂ ਮਗਰੋਂ ਕੱਜਨ ਫਰਾਂਸ ਚਲਾ ਗਿਆ ਕੈਂਡੀ ਦੀ ਦੋਸਤੀ ਦੇ ਕਾਬਲ ਬਣਨ ਲਈ ਕੈਂਡੀ ਕੁੜੀ ਹੀ ਇਹੋ ਜਹੀ ਸੀ ਉਹਦੀ ਦੋਸਤੀ ਦੇ ਕਾਬਲ ਬਣਨ ਲਈ ਤਾਂ ਮੈਨੂੰ ਵੀ ਉਚੇਚੀ ਕੋਸ਼ਿਸ਼ ਕਰਨੀ ਪੈਂਦੀ ਸੀ ਕਈ ਕਿਤਾਬਾਂ ਅਜਈਆਂ ਸਨ ਜਿਹੜੀਆਂ ਪਹਿਲਾਂ ਉਹਨੇ ਪੜ੍ਹੀਆਂ ਫਿਰ ਮੈਨੂੰ ਪੜ੍ਹਾਇਆਂ ਤੇ ਫਿਰ ਅਰਪਨਾ ਤੇ ਮੈਂ ਤੇ ਉਹ ਤਿੰਨੇ ਬਹਿ ਕੇ ਉਹਨਾਂ ਬਾਰੇ ਗੱਲਾਂ ਕਰਦੇ ਸਾਂ ਤੇ ਇਹ ਉਹੀ ਕਜਨ ਸੀ ਜਿਹਦਾ ਫੋਨ ਆ ਰਿਹਾ ਸੀ ਪੈਰਿਸ ਤੋਂ ਤੇ ਫੋਨ ਤੇ ਆਖੀ ਹੋਈ ਗੱਲ ਸੁਣਾਈ ਨਹੀਂ ਸੀ ਦਿੱਤੀ ਅਰਪਨਾ ਨੂੰ ਅਸੀਂ ਦੋਵੇਂ ਧੜਕਦੇ ਕੰਬਦੇ ਕਲੇਜਿਆਂ ਨਾਲ ਫੋਨ ਦੇ ਕੋਲ ਬੈਠੀਆਂ ਸਾਂ ਕਜਨ ਦੇ ਫੋਨ ਦੇ ਇੰਤਜ਼ਾਰ ਵਿੱਚ ਵਕਤ ਤੁਰ ਹੀ ਨਹੀਂ ਸੀ ਰਿਹਾ ਸ਼ਾਮ ਦੇ 5 ਤੋਂ 8 ਵਜ ਗਏ ਹਾਰ ਕੇ ਮੈਂ ਉਤਲੇ ਘਰ ਵਿੱਚੋਂ ਪੁੱਛਿਆ ਕਿ ਕਜਨ ਦਾ ਟੈਲੀਫੋਨ ਨੰਬਰ ਕੀ ਹੈ ਟੈਲੀਫੋਨ ਨੰਬਰ ਤਾਂ ਵਿਸ਼ੀ ਦਾ ਹੀ ਸੀ ਜਿੱਥੋਂ ਕੈਂਡੀ ਦਾ ਅਜੇ ਕੱਲ੍ਹ ਖਤ ਆਇਆ ਸੀ ਉਸ ਵਿੱਚ ਉਹਨੇ ਲਿਖਿਆ ਵੀ ਸੀ ਕਿ ਕੱਜਨ ਜਿਸ ਹੋਸਟਲ ਵਿੱਚ ਰਹਿੰਦਾ ਏ ਉਹ ਵੀ ਉਸੇ ਵਿੱਚ ਰਹਿ ਰਹੀ ਏ ਫੋਨ ਚਾਹੇ ਪੈਰਿਸ ਤੋਂ ਆ ਰਿਹਾ ਸੀ ਪਰ ਮੈਂ ਵਿਸ਼ੀ ਦੀ ਕਾਲ ਬੁੱਕ ਕਰਵਾ ਦਿੱਤੀ ਉਸ ਰਾਤ ਜਦੋਂ ਕਾਲ ਨਹੀਂ ਸੀ ਮਿਲ ਰਹੀ ਮੈਂ ਕਿਦੇ ਕਿਦੇ ਤਰਲੇ ਨਹੀਂ ਕੀਤੇ ਟੈਲੀਫੋਨ ਵਾਲੀਆਂ ਕੁੜੀਆਂ ਦੇ ਸੁਪਰਿੰਟੈਂਡੈਂਟਸ ਦੇ ਜਿਹੜਾ ਜਿਹੜਾ ਵੀ ਕੋਈ ਵਾਕਫ ਸੀ ਉਹਦੇ ਪਰ ਕਾਲ ਨਹੀਂ ਸੀ ਮਿਲ ਰਹੀ ਰਾਤ ਦੇ ਕੋਈ 12:00 ਵਜੇ ਕੱਜਨ ਦੀ ਫੇਰ ਆਵਾਜ਼ ਸੁਣਾਈ ਦਿੱਤੀ ਪਰ ਗੱਲ ਦੀ ਪੂਰੀ ਸਮਝ ਫੇਰ ਵੀ ਨਹੀਂ ਸੀ ਆ ਰਹੀ ਮੇਰੀ ਬੁੱਕ ਕਰਵਾਈ ਹੋਈ ਕਾਲ ਕੋਈ ਪੌਣੇ 2 ਵਜੇ ਮਿਲੀ ਲੰਡਨ ਦੇ ਰਾਹੋਂ ਮਿਲ ਰਹੀ ਸੀ ਲੰਡਨ ਦੇ ਐਕਸਚੇਂਜ ਵਾਲੀ ਕੁੜੀ ਕਹਿ ਰਹੀ ਸੀ ਕਿ ਫਰਾਂਸ ਦੇ ਐਕਸਚੇਂਜ ਵਾਲੀ ਕੁੜੀ ਸਿਰਫ ਫ੍ਰੈਂਚ ਬੋਲ ਰਹੀ ਹੈ ਕਿਸੇ ਨੂੰ ਕਿਸੇ ਦੀ ਗੱਲ ਸਮਝ ਨਹੀਂ ਸੀ ਆ ਰਹੀ ਕੋਈ 2:30 ਵਜੇ ਰਾਤ ਦੇ ਉਤਲੇ ਘਰ ਕਜਨ ਦਾ ਫੋਨ ਆਇਆ ਮੈਂ ਨਸ ਦੀ ਉੱਤੇ ਗਈ ਹੁਣ ਉਹਦੀ ਆਵਾਜ਼ ਸਾਫ਼ ਸੀ ਕੈਂਡੀ ਜਲ ਗਈ ਥੀ ਕਬ ਮੇਰੇ ਪੈਰਾਂ ਹੇਠਲੀ ਜ਼ਮੀਨ ਕੰਬ ਰਹੀ ਸੀ नहीं आंटी कोई घबराने वाली बात नहीं अब ठीक हो रही है पर जली कब बारह तारीख को बारह तारीख से मुझे क्यों नहीं बताया मैं रोण हाकी हो रही सा उसने कहा था बताना नहीं बोली अम्मी फिक्र करेंगी इसलिए कहाँ है वो अस्पताल में घबराना नहीं मम्मी बिल्कुल नहीं वो ठीक हो रही है मुझे बुलाने के लिए फोन कर रहे हो ना तुम मेरी पुभ निकल गई अगर आपका मन हो तो आ जाइए वैसे वो ठीक हो रही है कहां पर विशी में नहीं मैं लियो से बोल रहा हूं हम उसको यहां ले आए थे तो जरूर ज्यादा कुछ होगा ना बेटे नहीं तो दूसरे शहर में क्यों लाते यहां एक स्पेशल अस्पताल है जल जाने वालों के इलाज के लिए इसीलिए मैं आती हूं ਉਸਕੋ ਕਹਿ ਦੋ ਮੈਂ ਆ ਰਹੀ ਹਾਂ ਫੋਨ ਕੱਟ ਗਿਆ ਅਰਪਨਾ ਤੇ ਮੈਂ ਦੋਵੇਂ ਰੋਂਦੀਆਂ ਰੋਂਦੀਆਂ ਆਪਣੀ ਆਵਾਜ਼ ਨੂੰ ਹੋਂਠਾਂ ਦੇ ਪਾਰ ਘੁੱਟਦੀਆਂ ਇੱਕ ਦੂਜੇ ਨੂੰ ਸਹਾਰਾ ਦਿੰਦੀਆਂ ਥੱਲੇ ਆ ਗਈਆਂ ਰਾਤ ਬੀਤੀ ਨਹੀਂ ਛਾਤੀ ਵਿੱਚੋਂ ਇੱਕ ਇੱਕ ਪੁੜਿਆ ਹੋਇਆ ਕੰਡਾ ਕੱਢਦਿਆਂ ਗੁਜ਼ਰੀ ਸੂਲਾਂ ਉੱਤੇ ਅਗਲੇ ਦਿਨ ਛੁੱਟੀ ਸੀ ਸਾਰੇ ਦਫ਼ਤਰ ਬੰਦ ਉਹ ਸਾਰਾ ਦਿਨ ਸਵੇਰੇ ਲੋ ਲੱਗਣ ਤੋਂ ਲੈ ਕੇ ਰਾਤੀ 3:30 ਵਜੇ ਤੱਕ ਜਦੋਂ ਹਵਾਈ ਜਹਾਜ਼ ਫਰਾਂਸ ਵੱਲ ਤੁਰਿਆ ਮੈਂ ਦਿੱਲੀ ਦੀਆਂ ویرਾਨ ਸੜਕਾਂ ਉੱਤੇ ਵਾਹੂ ਦਾ ਹੀ ਨਸੀ ਫਿਰੀ ਮਨਿਸਟਰਾਂ ਦੇ ਘਰ ਰਿਜ਼ਰਵ ਬੈਂਕ ਦੇ ਅਫਸਰਾਂ ਦੇ ਘਰ ਫਰਾਂਸ ਦੇ ਐਮਬੈਸਡਰ ਦੇ ਘਰ ਤੇ 50 ਥਾਵਾਂ ਹੋਰ ਸਿਰ ਵਿੱਚ बार-बार ਇੱਕੋ ਗੱਲ ਗੂੰਜਦੀ ਰਹੀ ਉਸਕੋ ਕਹਿਦੋ ਮੈਂ ਆ ਰਹੀ ਹੂੰ ਕੈਂਡੀ ਮੈਂ ਆ ਰਹੀ ਆ ਮੈਨੂੰ ਉਡੀਕੀ ਮੇਰੀ ਬੱਚੀ ਜਾਣ ਲੱਗਿਆਂ ਪਤਾ ਨਹੀਂ ਕਿਸ ਤਰ੍ਹਾਂ ਮੈਂ ਸੁਖਮਨੀ ਸਾਹਿਬ ਦਾ ਗੁਟਕਾ ਵੀ ਨਾਲ ਰੱਖ ਲਿਆ ਬਹੁਤ ਦੇਰ ਤੋਂ ਮੇਰਾ ਰਿਸ਼ਤਾ ਰੱਬ ਨਾਲ ਕੁਝ ਉਸ ਤਰ੍ਹਾਂ ਦਾ ਖਾਮੋਸ਼ ਏ ਜਿਸ ਤਰ੍ਹਾਂ ਤੀਵੀਂ ਖਾਵੰਦ ਨੂੰ ਨਾਲ ਰਹਿੰਦੇ ਆ ਜਦੋਂ ਵਰਿਆਂ ਦੇ ਵਰੇ ਗੁਜ਼ਰ ਜਾਣ ਤਾਂ ਮਹਿਜ਼ ਖਾਮੋਸ਼ੀ ਹੀ ਸਾਥ ਬਣ ਜਾਂਦੀ ਏ ਜੇ ਕਦੇ ਕੁਝ ਬਹੁਤ ਚੰਗਾ ਵਾਪਰ ਗਿਆ ਜ਼ਿੰਦਗੀ ਵਿੱਚ ਤਾਂ ਉਹਦੇ ਵੱਲ ਤੱਕ ਕੇ ਸ਼ੁਕਰਾਨੇ ਵਿੱਚ ਨਜ਼ਰਾਂ ਝੁਕਾ ਦਿਤੀਆਂ ਤੇ ਜੇ ਜਿਸ ਤਰ੍ਹਾਂ ਆਮ ਹੁੰਦਾ ਹੀ ਰਹਿੰਦਾ ਏ ਖਰਾਬ ਵਾਪਰ ਗਿਆ ਤਾਂ ਉਹਦੇ ਨਾਲ ਰੁੱਸ ਗਏ ਜੇ ਤੈਨੂੰ ਮੇਰਾ ਖਿਆਲ ਨਹੀਂ ਤਾਂ ਜਾ ਮੈਂ ਨਹੀਂ ਬੋਲਦੀ ਤੇਰੇ ਨਾਲ ਪਰ ਜ਼ਿੰਦਗੀ ਵਿੱਚ ਜੋ ਵੀ ਊਟ ਪਟਾੰਗ ਵਾਪਰਦਾ ਰਿਹਾ ਸੀ ਅੱਜ ਤੱਕ ਕਦੇ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਵਾਪਰਿਆ ਕਿ ਜ਼ਮੀਨ ਹਜਕੂਲੇ ਖਾਣ ਲੱਗ ਪਵੇ ਤੇ ਖੜੋਤਿਆਂ ਰਹਿਣ ਲਈ ਕਿਸੇ ਰੁੱਖ ਦਾ ਜਾਂ ਠੱਠੀ ਹੋਈ ਕੰਧ ਦਾ ਜਾਂ ਸਿਰਫ ਹਵਾ ਦਾ ਹੀ ਸਹਾਰਾ ਲੈਣ ਲਈ ਹੱਥ ਇੰਜ ਸਾਹਮਣੇ ਉਲਰ ਜਾਵੇ ਬੇਬਸੀ ਵਿੱਚ ਬੇਬਸੀ ਜਿਹੀ ਬੇਬਸੀ ਬਦ ਹਵਾਸ ਜਿਵੇਂ ਸਾਹ ਸੰਗ ਵਿੱਚ ਰੁਕ ਗਿਆ ਹੋਵੇ ਕਿਸੇ ਸਖਤ ਪਥਰੀਲੇ ਗੋਲੇ ਵਾਂਗੂ ਵਕਤ ਜਿਵੇਂ ਦਮ ਸਾਹ ਦੇ ਖੜੋ ਗਿਆ ਹੋਵੇ ਰਾਤ ਦੇ ਹਨੇਰੇ ਪਿੰਡੇ ਵਿੱਚੋਂ ਜਿਵੇਂ ਸੈਂਕੜੇ ਹਜ਼ਾਰਾਂ ਡਰਾਉਣੇ ਨੌ ਉਗ ਆਏ ਹੋਣ। ਫਸਲੀਆਂ ਦੇ ਉੱਤੇ ਜਿਵੇਂ ਮਣਾ ਭਾਰੀ ਕੋਈ ਸਿਲ ਕਿਸੇ ਨੇ ਲਿਆ ਧਰੀ ਹੋਵੇ। ਜਹਾਜ਼ ਜਿੱਥੇ ਵੀ ਰੁਕਦਾ ਉੱਥੇ ਬੱਤੀਆਂ ਦੀ ਚਕਾ ਚੌਂਦ ਹੁੰਦੀ। ਲੋਕਾਂ ਦਾ ਆਉਣ ਜਾਣ। ਮੈਂ ਸੋਚਦੀ ਇਹਨਾਂ ਬੱਤੀਆਂ ਨੂੰ ਨਹੀਂ ਪਤਾ। ਇਹਨਾਂ ਲੋਕਾਂ ਨੂੰ ਨਹੀਂ ਪਤਾ। ਨਹੀਂ ਤਾਂ ਸਾਰਾ ਆਲਮਸਾਹ ਰੁੱਕ ਕੇ ਖੜੋ ਜਾਂਦਾ। ਰਾਹ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਕੋਸ਼ਿਸ਼ ਕੀਤੀ ਪਰ ਅਖਰ ਕਦੇ ਬੇਕਨਾਰ ਪਾਣੀਆਂ ਵਿੱਚ ਖੁਰ ਜਾਂਦੇ ਕਦੇ ਸਹਰਾਵਾਂ ਦੀਆਂ ਰੇਤਾਂ ਤੇ ਰਿੰਗਣ ਲੱਗਦੇ ਕਦੇ ਬਹਿ ਜਾਂਦੇ ਕਦੇ ਖਲੋ ਜਾਂਦੇ ਕਦੇ ਤੁਰ ਪੈਂਦੇ ਤੇ ਅੱਖਰਾਂ ਦੀ ਭੀੜ ਵਿੱਚੋਂ ਕੋਈ ਵੀ ਅੱਖਰ ਪਛਾਣਿਆ ਨਾ ਜਾਂਦਾ ਉਹ ਜਦੋਂ ਰਾਤੀ 에ਅਰ ਫ੍ਰਾਂਸ ਦੀ ਫਲਾਈਟ ਤੇ ਚੜੀ ਸੀ 27 ਮਈ ਨੂੰ ਉਹ ਦਿਨ ਚੇਤੇ ਆਉਂਦਾ ਉਹ ਵੇਲਾ ਜਦੋਂ ਉਸਨੇ ਕਾਲਾ ਸੂਟ ਪਾਇਆ ਸੀ ਕਾਲਾ ਸੂਟ ਜਾਣ ਲੱਗਿਆਂ ਕਿਉਂ ਪਾ ਬੈਠੀ ਏ ਮੇਰੀ ਗਵੰਡਨ ਨੇ ਨਾਗਵਾਰੀ ਨਾਲ ਪੁੱਛਿਆ ਪਤਾ ਨਹੀਂ ਕੱਲ ਉਚੇਚਾ ਜਾ ਕੇ ਕਾਲਾ ਕਪੜਾ ਲਿਆਈ ਏ ਦਰਜੀ ਕੋਲੋਂ ਅਰਜੈਂਟ ਸਵਾਇਆ ਏ ਅੱਜ ਸਵੇਰੇ ਮੇਰੇ ਨਾਲ ਬਾਜ਼ਾਰ ਗਈ ਸੀ ਮਸਾ ਮਸਾ ਲੱਬ ਲੱਬ ਕੇ ਇਹ ਪੀਲਾ ਲਾਲ ਰਾਜਸਥਾਨੀ ਦੁਪੱਟਾ ਲੱਬਿਆ ਏ ਮੈਂ ਹੱਸ ਕੇ ਕਿਹਾ ਸੋਹਣੀ ਲੱਗ ਰਹੀ ਏ ਨਾ ਮੈਂ ਅਰਪਨਾ ਕੋਲੋਂ ਪੁੱਛਿਆ ਉਹ ਤੇ ਹੈ ਹੀ ਸੋਹਣੀ ਅਰਪਨਾ ਉਹਨੂੰ ਬਹੁਤ ਪਿਆਰ ਕਰਦੀ ਸੀ ਪਰ ਕਿਸੇ ਵੇਲੇ ਉਹਦੀ ਤਾਰੀਫ਼ ਹੋਈ ਹੀ ਜਾਵੇ ਤਾਂ ਨਿੱਕਾ ਜਿਹਾ ਰੋਸ ਵੀ ਵਿਖਾਂਦੀ ਸੀ ਛੰਨ ਛੰਨ ਕਰਦੀ ਉਹ ਅੰਦਰ ਬਾਹਰ ਤੁਰੇ ਫਿਰਦੀ ਸੀ ਆਪਣੇ ਕੱਪੜੇ ਪੈਕ ਕਰਦੀ ਹੋਈ ਹਾਊਸ ਕੋਟ ਤਾਂ ਸੱਚ ਯੂਨੀਵਰਸਿਟੀ ਹੋਸਟਲ ਵਿੱਚ ਹੀ ਰਹਿ ਗਿਆ ਏ ਮੈਨੂੰ ਇੱਕਦਮ ਯਾਦ ਆਇਆ ਮੇਰਾ ਲੈ ਜਾ ਨਾ ਉਹ ਛੂਟ ਤੇ ਉਹ ਮੇਰੇ ਗਲ ਨਾਲ ਚੰਬੜ ਗਈ ਗੱਲੇ-ਗੱਲੇ ਬਹਾਨੇ-ਬਹਾਨੇ ਉਹ ਮੈਨੂੰ ਜੱਫੀਆਂ ਪਾਉਂਦੀ ਰਹਿੰਦੀ ਸੀ ਮੇਰਾ ਮੂੰਹ ਚੁੰਮਦੀ ਰਹਿੰਦੀ ਸੀ ਰਤਾ ਵੀ ਉਦਾਸ ਹੋਮਾ ਤਾਂ ਚੁੱਪਚਾਪ ਰਾਤੀ ਆ ਕੇ ਮੇਰੇ ਗਲ ਲੱਗ ਕੇ ਲੇਟ ਜਾਂਦੀ ਸੀ ਮੈਨੂੰ ਨੀਂਦ ਨਹੀਂ ਆ ਰਹੀ ਤੁਹਾਡੇ ਕੋਲ ਲੇਟ ਜਾਵਾਂ ਤੇ ਮੈਨੂੰ ਪਤਾ ਹੁੰਦਾ ਸੀ ਕਿ ਆਪਣੀ ਨੀਂਦਰ ਕਰਕੇ ਨਹੀਂ ਸਿਰਫ ਮੇਰੇ ਉਨਿੰਦਰੇ ਕਰਕੇ ਗੱਲ ਲੱਗ ਕੇ ਸੌ ਗਈ ਐ ਉਹਦਾ ਜਾਣਾ ਵੀ ਅਜੀਬ ਸੀ ਸਕਾਲਰਸ਼ਿਪ ਮਿਲਿਆ ਸੀ 2 ਮਹੀਨੇਾਂ ਲਈ ਫਰਾਂਸ ਜਾਣ ਦਾ ਟਿਕਟ ਮਿਲ ਗਈ ਸੀ ਸਿਰਫ ਟਿਕਟ ਉੱਤੇ ਫਲਾਈਟ ਦੀ ਤਾਰੀਖ ਪੁਆਣੀ ਸੀ 15 ਤਾਰੀਖ ਜਾਣਾ ਸੀ ਰੋਜ਼ ਮੇਰੇ ਨਾਲ 에ਅਰ ਫਰਾਂਸ ਦੇ ਦਫ਼ਤਰ ਜਾਂਦੀ ਸੀ ਅਗਲੇ ਦਿਨ ਦੀ ਫਲਾਈਟ ਕੈਨਸਲ ਕਰਵਾ ਕੇ ਉਸ ਤੋਂ ਅਗਲੇ ਦਿਨ ਦੀ ਤਾਰੀਖ ਪੁਆ ਲਿਆਉਂਦੀ ਸੀ ਤੇ ਇਸ ਤਰ੍ਹਾਂ 11 ਦਿਨ ਗੁਜ਼ਰ ਗਏ ਸਨ ਕੈਂਡੀ ਅਜੀਬ ਗੱਲ ਏ ਤੇਰੀ ਉਮਰ ਵਿੱਚ ਕਿਸੇ ਨੂੰ ਬਾਹਰ ਜਾਣ ਦਾ ਚਾਂਸ ਮਿਲੇ ਤਾਂ ਕੋਈ ਉੱਡਦਾ ਫਿਰੇ ਇੱਕ ਵੀ ਦਿਨ ਜ਼ਾਇਆ ਨਾ ਕਰੇ ਤੇ ਤੂੰ 11 ਦਿਨ ਗਵਾ ਲਏ ਨੇ ਮੈਂ ਆਖਰ ਖਿਜ ਕੇ ਕਿਹਾ ਤੁਹਾਨੂੰ ਇਹਨਾਂ ਵੀ ਪਤਾ ਨਹੀਂ ਕਿ ਕਿਉਂ ਨਹੀਂ ਜਾ ਰਹੀ ਉਹ ਲਾੜ ਨਾਲ ਮੇਰੇ ਗੱਲ ਲੱਗ ਗਈ ਤੁਸੀਂ ਨਾਲ ਚੱਲੋ ਨਾ ਫੇਰ ਜਾਵਾਂਗੀ ਝੱਲੀ ਕੁੜੀ ਚੱਲ ਤੂੰ ਹੁਣ ਰਤਾ ਰਾਹ ਵੇਖ ਕੇ ਆ ਫੇਰ ਤਿੰਨੇ ਰਲ ਕੇ ਚੱਲਾਂਗੇ ਤੂੰ ਸਾਡੀ ਗਾਈਡ ਬਣ ਜਾਵੀਂ ਕਿਉਂ ਅਰਪਨਾ ਮੈਂ ਉਦਿਸਿਆ ਰੇਸ਼ਮੀ ਵਾਲਾਂ ਨੂੰ ਦਿਲਾਰਦਿਆਂ ਕਿਆ ਨਹੀਂ ਮੇਰਾ ਨਹੀਂ ਜੀ ਕਰਦਾ ਤੁਹਾਡੇ ਤੋਂ ਨਿਕੜਨ ਤੇ ਉਹ ਮਚਲ ਗਈ ਬੱਚਿਆਂ ਵਾਂਗੂ ਪਾਗਲ ਐ ਤੂੰ ਤੇ ਐਡੀ ਚੰਗੀ ਅਪਰਚੂਨਿਟੀ ਕੋਈ ਛੱਡਦਾ ਏ ਚੱਲ ਹੁਣ ਡੇਢ ਮਹੀਨਾ ਹੀ ਰਹਿ ਜਾਣਾ ਇਹ ਵਿੱਚੋਂ ਤੇ 15 ਦਿਨ ਤੇ ਮਾਂ ਦੀ ਪ੍ਰਕਰਮਾ ਕਰਦਿਆਂ ਗਵਾਲੇ ਤੂੰ ਭੱਜਾ ਹੁਣ ਅੱਛਾ 28 ਤਰੀਕ ਜਾਵਾਂਗੀ ਬਈ 28 ਤਰੀਕ ਤਾਂ ਮੈਂ ਉਹਨਾਂ ਹੰਗਰੀਆਂ ਨੂੰ ਬੁਲਾਇਆ ਹੋਇਆ ਹੈ ਤੈਨੂੰ 에ਰਪੋਰਟ ਛੱਡਣ ਕਿਸ ਤਰ੍ਹਾਂ ਜਾਵਾਂਗੀ ਲੋ ਜੀ ਫਰਾਂਸ ਕੱਲੇ ਆ ਭੇਜਦੇ ਨੇ ਤੇ 에어ਪੋਰਟ ਤੱਕ ਕੱਲੇ ਆ ਨਹੀਂ ਜਾ ਸਕਦੀ ਮੈਂ ਨਹੀਂ ਬਿਲਕੁਲ ਨਹੀਂ ਫਿਰ ਹੁਣ ਅੱਤੀ ਨੂੰ ਜਾਵੀ ਪਰ ਉਸੇ ਦਿਨ ਕਿਸੇ ਨੇ ਉਹਨੂੰ ਦੱਸਿਆ ਕਿ 30 ਤਾਰੀਖ ਤੱਕ ਜਿਹੜੇ ਸਟੂਡੈਂਟ ਨਾ ਪਹੁੰਚਣ ਉਹਨਾਂ ਦਾ ਸਕਾਲਰਸ਼ਿਪ ਕੈਨਸਲ ਹੋ ਜਾਂਦਾ ਏ ਸੋ ਅਗਲੇ ਦਿਨ ਯਾਨੀ 27 ਤਾਰੀਖ ਦੀ ਫਲਾਈਟ ਹੀ ਬੁੱਕ ਕਰਵਾ ਲਈ ਕਾਲਾ ਸ਼ਾਹ ਸੂਟ ਉੱਤੇ ਰਾਜਸਥਾਨੀ ਮਲਮਲ ਦਾ ਪੀਲਾ ਸੁਰਖ ਦੁਪੱਟਾ ਫੁੰਮਣਾ ਵਾਲੀ ਪ੍ਰਾਂਦੀ ਮੱਥੇ ਤੇ ਸੰਧੂਰ ਦੀ ਚੌੜੀ ਗੋਲ ਬਿੰਦੀ ਸ਼ਾਇਦ ਦੇ ਕਟੋਰੀ ਵਰਗਾ ਮੂੰਹ ਚਾਨਣ ਦੇ ਕਟੋਰੀਆਂ ਵਰਗੀਆਂ ਅੱਖਾਂ ਪੈਰਾਂ ਵਿੱਚ ਝਾਂਜਰਾ ਗਲ ਵਿੱਚ ਕਾਲੀ ਚਾਂਦੀ ਦੀ ਮੋਟੀ ਗਾਨੀ ਛਮ ਛਮ ਕਰਦੀ ਉਹ ਜਿਸ ਵੇਲੇ 에ਅਰਪੋਰਟ ਤੇ ਇਧਰੋਂ ਉਧਰ ਜਾਂਦੀ ਸੀ ਤਾਂ ਸੈਂਕੜੇ ਅੱਖਾਂ ਉਹਦੇ ਨਾਲ-ਨਾਲ ਘੁੰਮਦੀਆਂ ਸਨ ਤੇ ਮਾਣ ਨਾਲ ਮੇਰੀ ਛਾਤੀ ਵਿੱਚ ਸਾਹ ਚੌੜਾ ਹੋ ਕੇ ਫੈਲ ਜਾਂਦਾ ਸੀ ਛਾਤੀ ਦੇ ਮਾਪ ਨਾਲੋਂ ਵੱਡਾ ਜਿੱਡਾ ਲੰਮਾ ਉਹ ਸਫ਼ਰ ਸੀ ਇੱਥੋਂ ਫ੍ਰੈਂਕਫਰਟ ਦਾ ਤੇ ਫਿਰ ਫ੍ਰੈਂਕਫਰਟ ਤੋਂ ਪੈਰਿਸ ਦਾ ਉਹਡਾ ਲੰਮਾ ਸਫ਼ਰ ਕਦੇ ਕਿਸੇ ਨੇ ਨਹੀਂ ਕੀਤਾ ਹੋਣਾ ਉਹ ਸਫ਼ਰ ਦਿਨਾਂ ਰਾਤਾਂ ਦੀਆਂ ਹੱਦਾਂ ਪਾਰ ਕਰਕੇ ਅਸੀਮ ਸਮਿਆਂ ਤੇ ਫੈਲ ਗਿਆ ਸੀ ਰੁਕਿਆ ਹੋਇਆ ਬੁੱਢਾ ਸਮਾਂ ਕਿਸੇ ਹੀਲੇ ਨਹੀਂ ਸੀ ਤੁਰ ਰਿਹਾ ਉਹ ਸਫ਼ਰ ਅਸੀਮਤਾ ਤੋਂ ਅਸੀਮਤਾ ਤੱਕ ਦਾ ਸਫ਼ਰ ਸੀ ਲੱਗਦਾ ਸੀ ਕਦੇ ਖਤਮ ਨਹੀਂ ਹੋਵੇਗਾ ਪੈਰਿਸ 에ਅਰਪੋਰਟ ਤੇ ਇੱਕ ਬੰਦਾ ਮੈਨੂੰ ਲੱਭ ਰਿਹਾ ਸੀ 15 ਤਾਰੀਖ ਨੂੰ ਹੀ ਦਿੱਲੀੋਂ ਇੱਕ ਕਿਸੇ ਦੋਸਤ ਕਮਲ ਬਖਸ਼ੀ ਨੇ ਪੈਰਿਸ ਵਿੱਚ ਇੰਡੀਅਨ ਐਮਬੈਸੀ ਨੂੰ ਫੋਨ ਕਰ ਦਿੱਤਾ ਸੀ ਤੇ ਉਹ ਐਮਬੈਸੀ ਦਾ ਇੱਕ ਅਫਸਰ ਮੈਨੂੰ ਹੌਸਲਾ ਦੇਣ ਲਈ ਤੇ ਅਗੋਂ ਲਿਓ ਦੀ ਫਲਾਈਟ ਤੇ ਬਿਠਾਣ ਲਈ ਆਇਆ ਖੜੋਤਾ ਸੀ ਪਰ ਉਹਨੂੰ ਮਿਲਣ ਤੋਂ ਪਹਿਲਾਂ ਹੀ ਮੈਂ ਐਮਬੈਸੀ ਫੋਨ ਕਰਨ ਦੀ ਪੂਰੀ ਵਾਹ ਲਾ ਤੱਕੀ ਸਾਂ ਮੇਰੇ ਡਾਲਰ ਉੱਥੇ ਕਿੱਥੇ ਭਜਣੇ ਸਨ ਕੁਝ ਪਤਾ ਨਹੀਂ ਸੀ ਲੱਗ ਰਿਹਾ ਇੱਕ ਥਾਂ ਤੇ ਫੋਨ ਪਿਆ ਵੇਖਿਆ ਸ਼ਾਇਦ ਲਫਤਾਨਜ਼ਾ ਦਾ ਹੀ ਦਫ਼ਤਰ ਸੀ ਤੇ ਮੈਂ ਉਹਨਾਂ ਦੀ ਪੈਸੇਂਜਰ ਸਾਂ ਪਰ ਉੱਥੇ ਡਿਊਟੀ ਤੇ ਕੋਈ ਫ੍ਰੈਂਚ ਬੰਦਾ ਸੀ ਉਹਨੂੰ ਮੇਰੀ ਗੱਲ ਬਿਲਕੁਲ ਸਮਝ ਨਹੀਂ ਸੀ ਆ ਰਹੀ ਡਾਇਰੈਕਟਰੀ ਵੇਖਣ ਦੀ ਕੋਸ਼ਿਸ਼ ਕੀਤੀ ਉਹ ਵੀ ਫ੍ਰੈਂਚ ਵਿੱਚ ਸੀ ਬਾਧਵਾਸੀ ਦੀ ਹਾਲਤ ਵਿੱਚ ਮੀਲਾਂ ਵਿੱਚ ਫੈਲੀ 에ਅਰਪੋਰਟ ਤੇ ਘੁੰਮ ਰਹੀ ਸਾਂ ਕਿ ਉਸ ਬੰਦੇ ਨੇ ਆ ਕੇ ਮੇਰਾ ਨਾਮ ਪੁੱਛਿਆ ਐਡੇ ਕਰੜੇ ਵਕਤ ਵਿੱਚ ਵੀ ਇੱਕ ਨਿੱਕੀ ਜਿਹੀ ਗੱਲ ਨਾਲ ਜਿਹੜਾ ਨਿੱਕਾ ਜਿਹਾ ਆਰਾਮ ਮਿਲਦਾ ਏ ਉਹ ਵੀ ਹੈਰਾਨੀ ਦੀ ਗੱਲ ਏ ਉਹਨੇ ਕਿਹਾ ਐਮਬੈਸੀ ਦੇ ਫਰਸਟ ਸੈਕਟਰੀ ਦਿਲਾਵਰੀ ਸਾਹਿਬ ਉਹ ਸਵੇਰ ਲਿਓ ਚਲੇ ਗਏ ਸਨ ਉਹ ਉੱਥੇ ਹੀ ਹੋਣਗੇ ਕਿਉਂ ਜ਼ਿਆਦਾ ਖਰਾਬ ਸੀ ਹਾਲਤ ਮੈਂ ਹੋਰ ਕਬਰਾਂ ਗਈ ਨਹੀਂ ਅੱਜ ਸਵੇਰੇ ਦਿੱਲੀ ਤੋਂ ਕਮਲ ਬਖਸ਼ੀ ਦਾ ਫੋਨ ਆਇਆ ਸੀ ਐਕਸਟਰਨਲ ਅਫੇਅਰਸ ਮਿਨਿਸਟਰੀ ਤੋਂ ਉਹਨਾਂ ਨੇ ਪਰਸਨਲ ਰਿਕੁਐਸਟ ਕੀਤੀ ਸੀ ਕਿ ਬੱਚੀ ਦਾ ਖਿਆਲ ਰੱਖੀਏ ਸੋ ਐਮਬੈਸਡਰ ਸਾਹਿਬ ਨੇ ਦਿਲਾਵਰੀ ਸਾਹਿਬ ਨੂੰ ਭੇਜ ਦਿੱਤਾ ਪਰ ਹਾਲਤ ਦਾ ਕੁਝ ਪਤਾ ਹੈ ਵੇਖੋ 12 ਤਰੀਕ ਐਕਸੀਡੈਂਟ ਹੋਇਆ ਸੀ ਅੱਜ 16 ਹੋ ਗਈ ਹੈ ਜੇ ਹਾਲੀ ਤੱਕ ਠੀਕ ਹੈ ਤੇ ਪਰਮਾਤਮਾ ਠੀਕ ਹੀ ਕਰੇਗਾ ਅੱਗੋਂ ਵੀ ਪਰਮਾਤਮਾ ਨੂੰ ਠੀਕ ਕਰਨਾ ਪਵੇਗਾ ਮੇਰੇ ਦਿਲ ਨੇ ਪੂਰੀ ਦ੍ਰਿੜਤਾ ਨਾਲ ਕਿਹਾ ਉਹ ਮੈਨੂੰ ਲਿਓਨ ਦੀ ਫਲਾਈਟ ਤੱਕ ਪਹੁੰਚਾ ਕੇ ਚਲਾ ਗਿਆ ਫਲਾਈਟ ਵਿੱਚ ਹਲੇ 2 ਘੰਟੇ ਬਾਕੀ ਸਨ ਮੈਂ ਬੈਂਚ ਤੇ ਬੈਠੀ ਸਾਂ ਲੱਤਾਂ ਵਿੱਚ ਖੜੋਂਣ ਦੀ ਵੀ ਹਿੰਮਤ ਨਹੀਂ ਸੀ ਪਰ ਮਨ ਸੀ ਕਿਸੇ ਰੱਪਟ ਪਾਗਲ ਜਾਨਵਰ ਵਾਂਗੂ ਦੌੜ ਰਿਹਾ ਸੀ ਇਧਰੋਂ ਉਧਰ ਪਰ ਉਸ ਜੰਗਲ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ ਲੱਗਾ ਜਿਸ ਜੰਗਲ ਵਿੱਚ ਮਨ ਬਦ ਹਵਾਸ ਪਾਗਲਪਨ ਵਿੱਚ ਦੌੜ ਰਿਹਾ ਸੀ ਉਸ ਜੰਗਲ ਨੂੰ ਵੀ ਅਗ ਲੱਗੀ ਹੋਈ ਸੀ ਤੇ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ ਫਲਾਈਟ ਅਨਾਉਂਸ ਹੋਈ جا کے بیٹھی ہوائی جہاز لیوں ਉਤਰਿਆ اگے ਕੱਜਨ ਤੇ ਇੱਕ ਲੰਮਾ ਉੱਚਾ ਸਰਦਾਰ ਮੈਨੂੰ ਲੈਣ ਲਈ ਖੜੋਤੇ ਸਨ ਕੱਜਨ ਨੇ ਝੁੱਕ ਕੇ ਮੇਰੇ ਪੈਰਾਂ ਨੂੰ ਹੱਥ ਲਾਇਆ ਇਹ ਦਲਾਵਰੀ ਸਾਹਿਬ ਨੇ ਉਹਨੇ ਮੈਨੂੰ ਦੱਸਿਆ ਕੈਂਡੀ ਦਾ ਕੀ ਹਾਲ ਹੈ ਵਾਇਗਰੂ ਠੀਕ ਕਰਨਗੇ ਦਲਾਵਰੀ ਨੇ ਕਿਹਾ ਉਹਨਾਂ ਦੀ ਆਵਾਜ਼ ਸੰਭਲੀ ਹੋਈ ਸੀ ਮੈਨੂੰ ਰਤਾ ਕੋ ਹੌਂਸਲਾ ਹੋਇਆ ਕੋਈ ਖਤਰਾ ਤਾਂ ਨਹੀਂ ਵਾਇਗਰੂ ਅੱਗੇ ਅਰਦਾਸ ਕਰੋ ਉਹ ਮੇਰਾ ਛੋਟਾ ਜਿਹਾ ਬਕਸਾ ਆਪਣੇ ਹੱਥ ਵਿੱਚ ਲੈਂਦੇ ਹੋਏ ਬੋਲੇ ਮੇਰੀਆਂ ਲੱਤਾਂ ਵਿੱਚੋਂ ਜਿਵੇਂ ਜਾਨ ਨਿਕਲ ਗਈ ਕੱਜਨ ਦੀ ਬਾਹ ਦਾ ਸਹਾਰਾ ਲੈ ਕੇ ਮੈਂ ਸਿਰ ਉਹਦੇ ਮੋਢੇ ਤੇ ਰੱਖ ਦਿੱਤਾ ਸਾਰੇ ਰਾਹ ਦਾ ਡੱਕਿਆ ਰੋਣ ਜਿਵੇਂ ਛਾਤੀ ਪਾੜ ਕੇ ਵਹਿ ਤੁਰਿਆ ਵਾਹਿਗੁਰੂ ਆਖੋ ਜੀ ਦਲਾਵਰੀ ਸਾਹਿਬ ਮੈਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਪਹਿਲੋਂ ਇਹ ਸਮਾਨ ਰੱਖ ਲਈਏ ਨਹੀਂ ਪਹਿਲੋਂ ਮੈਨੂੰ ਮੇਰੀ ਧੀ ਕੋਲ ਲੈ ਚੱਲੋ ਹਸਪਤਾਲ ਸਫੈਦ ਕਿਲੇ ਵਰਗੀ ਉੱਚੀ ਇਮਾਰਤ ਬਾਹਰ ਕੋਈ ਬੰਦਾ ਨਜ਼ਰ ਨਹੀਂ ਸੀ ਆ ਰਿਹਾ ਭਿਆਨਕ ਖਾਮੋਸ਼ੀ ਪੌੜੀਆਂ ਚੜਦਿਆਂ ਲੱਗਾ ਜਿਵੇਂ ਕਿਸੇ ਪੁਰਾਣੇ ਖੰਡਰ ਦੀਆਂ ਪੌੜੀਆਂ ਚੜ ਰਹੇ ਸਾਂ ਉੱਤੇ ਛੋਟੀ ਜਿਹੀ ਗੈਲਰੀ ਸੀ ਪੌੜੀਆਂ ਦੀ ਹੀ ਗੈਲਰੀ 4 5 ਜਿੰਨੇ ਵੀ ਦਰਵਾਜ਼ੇ ਉਸ ਗੈਲਰੀ ਵਿੱਚ ਖੁੱਲਦੇ ਸਨ ਸਭ ਬੰਦ ਸਨ ਅੰਦਰੋਂ ਸਾਹਮਣੀ ਕੰਧ ਤੇ ਇੱਕ ਫੋਨ ਲੱਗਾ ਹੋਇਆ ਸੀ ਉਹਦਾ ਰੀਸੀਵਰ ਚੁੱਕ ਕੇ ਕੱਜਨ ਨੇ ਉਹਦੇ ਮਾਊਥਪੀਸ ਵਿੱਚ ਫ੍ਰੈਂਚ ਵਿੱਚ ਕੁਝ ਬੋਲਿਆ ਤੇ ਫੇਰ ਫੋਨ ਰੱਖ ਦਿੱਤਾ ਇੱਕ ਛੋਟਾ ਜਿਹਾ ਬੈਂਚ ਪਿਆ ਸੀ ਅਸੀਂ ਤਿੰਨੇ ਖਾਮੋਸ਼ ਉਹਦੇ ਤੇ ਬਹਿ ਗਏ ਅੱਧਾ ਘੰਟਾ ਬੀਤ ਗਿਆ ਕੋਈ ਦਰਵਾਜ਼ਾ ਨਹੀਂ ਖੁੱਲਿਆ ਕਜਨ ਨੇ ਫੇਰ ਉਸ ਫੋਨ ਦੇ ਮਾਊਥਪੀਸ ਵਿੱਚ ਕੁਝ ਕਿਹਾ ਫ੍ਰੈਂਚ ਵਿੱਚ ਜਿਵੇਂ ਤਰਲੇ ਕਰ ਰਿਹਾ ਹੋਵੇ ਇੱਕ ਹੀ ਲਫ਼ਜ਼ ਬਾਰ-ਬਾਰ ਦੁਹਰਾਉਂਦਾ ਸੀ ਜਿਹੜਾ ਰਤਾ ਕੋ ਸਮਝ ਆਉਂਦਾ ਸੀ ਮਰਸੀ ਜੁੱਗਾ ਜਿੱਡੇ ਲੰਮੇ ਚਿਰ ਮਗਰੋਂ ਇੱਕ ਦਰਵਾਜ਼ੇ ਦਾ ਸਿਰਫ ਉਤਲਾ ਹਿੱਸਾ ਖੁੱਲਿਆ ਬਾਰੀ ਵਾਂਗੂ ਸਫੈਦ ਕੋਟ ਵਾਲਾ ਇੱਕ ਬੰਦਾ ਸ਼ਾਇਦ ਡਾਕਟਰ ਸੀ ਕੱਜਨ ਨੇ ਉਹਨੂੰ ਜਾ ਕੇ ਸਮਝਾਇਆ ਮੇਰੇ ਵੱਲ ਹੱਥ ਕਰ ਕਰਕੇ ਸ਼ਾਇਦ ਕਹਿ ਰਿਹਾ ਸੀ ਇਹ ਉਹਦੀ ਮਾਂ ਆਈ ਏ ਮੰਨਿਆ ਇਹ ਮਿਲਣ ਦਾ ਵਕਤ ਨਹੀਂ ਪਰ ਇਹ ਏਡੀ ਦੂਰੋਂ ਆਈ ਏ ਆਪਣੀ ਧੀ ਨੂੰ ਇੱਕ ਨਜ਼ਰ ਵੇਖਣਾ ਚਾਹੁੰਦੀ ਏ ਮਿਹਰਬਾਨੀ ਕਰੋ ਉਹ ਡਾਕਟਰ ਚੁੱਪਚਾਪ ਸੁਣਦਾ ਰਿਹਾ ਕੁਝ ਨਹੀਂ ਬੋਲਿਆ ਫੇਰ ਖਿੜਕੀ ਬੰਦ ਕਰਕੇ ਚਲਾ ਗਿਆ ਇੱਕ ਹੋਰ ਜਗ ਪਿੱਛੋਂ ਸਾਈਡ ਵਾਲਾ ਦਰਵਾਜ਼ਾ ਖੁੱਲਿਆ ਕੋਈ ਨਜ਼ਰ ਨਹੀਂ ਆਇਆ ਸਿਰਫ ਬੂਆ ਖੁੱਲ ਗਿਆ ਕੱਜਨ ਨੇ ਮੇਰਾ ਹੱਥ ਫੜ ਕੇ ਮੈਨੂੰ ਉਠਾਇਆ ਦਿਲਾਵਰੀ ਮੈਂ ਤੇ ਕੱਜਨ ਉਸ ਦਰਵਾਜ਼ੇ ਵਿੱਚੋਂ ਦਾਖਲ ਹੋਏ ਇਹ ਕੋਈ ਗਲਿਆਰਾ ਸੀ ਬਰਾਂਡਾ ਖੱਬੇ ਹੱਥ ਮੋਟੇ ਆਰ-ਪਾਰ ਨਾ ਦੱਸਣ ਵਾਲੇ ਉਪੇਕ ਸ਼ੀਸ਼ੇ ਤੇ ਸੱਜੇ ਹੱਥ ਕਮਰਿਆਂ ਦੀਆਂ ਕਤਾਰਾਂ ਜਿਨ੍ਹਾਂ ਨੂੰ ਇਸ ਗਲਿਆਰੇ ਨਾਲੋਂ ਵੱਡੇ-ਵੱਡੇ ਸ਼ੀਸ਼ਿਆਂ ਵਾਲੀਆਂ ਬਾਰੀਆਂ ਵੱਖ ਕਰਦੀਆਂ ਸਨ ਤੇ ਉਹ ਬਾਰੀਆਂ ਕਮਰਿਆਂ ਦੇ ਅੰਦਰਲੇ ਪਾਸਿਓਂ ਬੰਦ ਸਨ ਪੰਜ-ਛਤ ਕਮਰੇ ਲੰਘ ਕੇ ਅਚਾਨਕ ਅਸੀਂ ਸਾਰੇ ਠਠਕ ਕੇ ਖੜੋ ਗਏ ਸામਨੇ ਕੈਂਡੀ ਸੀ ਕੱਚ ਦੀ ਦੀਵਾਰ ਦੇ ਉਸ ਪਾਰ ਮੰਜੀ ਤੇ ਲੇਟੀ ਹੋਈ ਸਿੱਧੀ ਉਸੇ ਤਰ੍ਹਾਂ ਖੂਬਸੂਰਤ ਲਟ-ਲਟ ਜਗਦਾ ਮੂੰਹ ਚਮ-ਚਮ ਚਮਕਦੀਆਂ ਚਾਨਣ ਦੇ ਕਟੋਰੀਆਂ ਵਰਗੀਆਂ ਅੱਖਾਂ ਤਿੱਖੇ ਤਰਾਸ਼ੇ ਹੋਏ ਨੱਕ ਵਿੱਚ ਹੀਰੇ ਦਾ ਲੌਂਗ ਸਿਆਹ ਰੇਸ਼ਮੀ ਵਾਲ ਸਿਰਾਂ ਨੇ ਤੇ ਫੈਲੇ ਹੋਏ ਕੈਂਡੀ ਮੈਂ ਕਿਹਾ ਕੱਜਨ ਨੇ ਲੱਕੜ ਦੀ ਦੀਵਾਰ ਦੇ ਨਾਲ ਲੱਗੇ ਟੈਲੀਫੋਨ ਦਾ ਰਿਸਿਵਰ ਚੁੱਕ ਕੇ ਮੇਰੇ ਹੱਥ ਫੜਾ ਦਿੱਤਾ ਮੈਂ ਵਿਕਿਆ ਕੈਂਡੀ ਮੁਸਕਰਾ ਰਹੀ ਸੀ ਉਧਰ ਅੰਦਰ ਉਹਦੀ ਨਰਸ ਨੇ ਟੈਲੀਫੋਨ ਦਾ ਇੱਕ ਛੋਟਾ ਜਿਹਾ ਰਸੀਵਰ ਉਹਦੇ ਕੰਨ ਨਾਲ ਲਾ ਦਿੱਤਾ ਕੈਂਡਲੂ ਕੀ ਹਾਲ ਹੈ ਮੇਰੇ ਬੱਚੇ ਮੈਂ ਤੇ ਬਿਲਕੁਲ ਠੀਕ ਹਾਂ ਅਮੀ ਤੁਸੀਂ ਕਿਸ ਤਰ੍ਹਾਂ ਆ ਗਏ ਮੈਨੂੰ ਪਤਾ ਲੱਗ ਗਿਆ ਸੀ ਮੇਰੀ ਧੀ ਬਿਮਾਰ ਹੈ ਮੈਂ ਦੌੜ ਕੇ ਆ ਗਈ ਬੜੀ ਬਹਾਦਰੀ ਨਾਲ ਮੈਂ ਅਥਰੂ ਛੁਪਾ ਰਹੀ ਸਾਂ ਆਵਾਜ਼ ਵਿੱਚ ਮੁਸਕਰਾਹਟ ਭਰ ਰਹੀ ਸਾਂ ਆਵਾਜ਼ ਨੂੰ ਦੋ ਹੱਥਾਂ ਨਾਲ ਮੋਢਿਆਂ ਤੋਂ ਫੜ ਕੇ ਲੜਖੜਾਉਣਾ ਵਿਚਾਰ ਰਹੀ ਸਾਂ ਤੁਹਾਨੂੰ ਕੱਜਨ ਨੇ ਫੋਨ ਕੀਤਾ ਸੀ ਮੈਂ ਤੇ ਉਹਨੂੰ ਕਿਹਾ ਵੀ ਸੀ ਮੇਰੀ ਅੰਮੀ ਨੂੰ ਫਿਕਰ ਨਾ ਪਾਈ ਮੈਂ ਤੇ ਹੁਣ ਠੀਕ ਵੀ ਹੋ ਜਾਣਾ ਹੈ ਮੈਨੂੰ ਪਤਾ ਏ ਤੂੰ ਠੀਕ ਹੋ ਜਾਣਾ ਏ ਇਸੇ ਕਰਕੇ ਤੇ ਆਈ ਆ ਫਿਰ ਅਸੀਂ ਦੋਵੇਂ ਸੈਰ ਕਰਾਂਗੇ ਆ ਨਾ ਕਿੱਥੇ ਉਹ ਮੁਸਕੁਰਾ ਰਹੀ ਸੀ ਉਹਦੀ ਆਵਾਜ਼ ਵਿੱਚ ਵਿਸ਼ਵਾਸ ਸੀ ਉਤਸ਼ਾਹ ਸੀ ਚਾ ਸੀ ਤਸੱਲੀ ਸੀ ਮਾਂ ਆ ਗਈ ਏ ਹੁਣ ਸਭ ਠੀਕ ਹੋ ਜਾਵੇਗਾ ਜਿਹੜੀ ਵੀ ਥਾਂ ਤੈਨੂੰ ਪਸੰਦ ਹੋਵੇ ਮੈਂ ਤਾਂ ਵਾਪਸ ਆ ਰਹੀ ਸਾਂ ਰਾਹ ਵਿੱਚ ਗ੍ਰੀਸ ਜਾ ਰਹੀ ਸਾਂ ਵਾਪਸ ਆ ਰਹੀ ਸਾਂ ਮੇਰੀਆਂ ਆਂਦਰਾਂ ਤਰੋਈਆਂ ਗਈਆਂ ਗ੍ਰੀਸ ਚ ਲਾਂਗੇ ਫੇਰ ਨਹੀਂ ਹੁਣ ਨਹੀਂ ਜਾਣਾ ਗ੍ਰੀਸ ਤਾਂ ਲੰਡਨ ਚ ਲਾਂਗੇ ਠੀਕ ਏ ਲੰਡਨ ਚਲਾਂਗੇ ਛੇਤੀ ਠੀਕ ਹੋ ਜਾ ਤੂੰ ਮੈਂ ਤੇਰੇ ਕੋਲ ਬੈਠੀ ਆ ਬਿਲਕੁਲ ਤੇਰੇ ਕੋਲ ਤੈਨੂੰ ਝੋਲੀ ਵਿੱਚ ਲੈ ਕੇ ਪਰ ਇਹ ਲੋਕ ਤਾਂ ਤੁਹਾਨੂੰ ਮੇਰੇ ਕੋਲ ਨਹੀਂ ਆਉਣ ਦੇਣਗੇ ਝੋਲੀ ਵਿੱਚ ਸਿਰ ਨਹੀਂ ਰੱਖਣ ਦੇਣਗੇ ਉਹ ਉਦਾਸ ਹੋ ਗਈ ਬਸ ਇੱਕ ਅੱਧ ਦਿਨ ਦੀ ਤਾਂ ਗੱਲ ਏ ਫਿਰ ਤੂੰ ਤੇ ਮੈਂ ਜੱਫੀ ਪਾ ਕੇ ਲੇਟਾਂਗੇ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਤੇ ਤੂੰ ਫਟਾਫਟ ਠੀਕ ਹੋ ਜਾਵੇਂਗੀ ਪਰ ਲੰਡਨ ਦਾ ਵੀਜ਼ਾ ਵੀਜ਼ਾ ਸਭ ਬਣਵਾ ਦੇਣਗੇ ਇਹ ਦਿਲਾਵਰੀ ਸਾਹਿਬ ਤੂੰ ਫਿਕਰ ਨਾ ਕਰ ਇਹਨਾਂ ਨੂੰ ਪਤਾ ਹੀ ਕਿਨੇ ਫੋਨ ਕੀਤਾ ਸੀ ਕਮਲ ਬਖਸ਼ੀ ਨੇ ਉਹ ਮੁਸਕਰਾ ਪਈ ਤੁਸੀਂ ਮੇਰੇ ਕੋਲ ਹੀ ਰਹੋਗੇ ਨਾ ਬਿਲਕੁਲ ਕੋਲ ਮੇਰੀ ਰਾਣੀ ਧੀ ਮੈਂ ਦਿਨ ਰਾਤ ਇੱਥੇ ਤੇਰੇ ਕੋਲ ਬੈਠੀ ਰਹਾਂਗੀ ਇਨੇਚਰ ਨੂੰ ਉਹਦੀ ਨਰਸ ਨੇ ਪਤਾ ਨਹੀਂ ਉਹਨੂੰ ਕੀ ਕਿਹਾ ਉਹ ਉਦਾਸ ਹੋ ਗਈ ਕਹਿਣ ਲੱਗੀ ਅੰਮੀ ਤੁਸੀਂ ਰੋਟੀ ਖਾਧੀ ਹੈ ਕਿ ਨਹੀਂ ਅਜੇ ਜ਼ਰਾ ਕੱਜਨ ਨੂੰ ਫੋਨ ਦਿਓ ਮੈਂ ਫੋਨ ਕੱਜਨ ਦੇ ਹੱਥ ਫੜਾ ਦਿੱਤਾ ਕੱਜਨ ਅਜੇ ਉਹਦੇ ਨਾਲ ਗੱਲ ਕਰ ਹੀ ਰਿਹਾ ਸੀ ਫ੍ਰੈਂਚ ਵਿੱਚ ਕਿ ਗਲਿਆਰੇ ਦੇ ਦਰਵਾਜ਼ੇ ਕੋਲ ਉਹੀ ਸਫੈਦ ਕੋਟ ਵਾਲਾ ਡਾਕਟਰ ਨਜ਼ਰ ਆਇਆ ਸਾਨੂੰ ਹੱਥ ਦੇ ਇਸ਼ਾਰੇ ਨਾਲ ਬਾਹਰ ਨਿਕਲਣ ਲਈ ਸਾਧ ਰਿਹਾ ਸੀ ਕੱਜਨ ਨੇ ਕਿਹਾ ਚਲੋ ਮੰਮੀ ਕੈਂਡੀ ਕਹਿੰਦੀ ਏ ਪਹਿਲੋ ਮੇਰੀ ਮਾਂ ਨੂੰ ਰੋਟੀ ਖਵਾ ਫਿਰ ਸਵਾ ਦੇ ਥੱਕੀ ਹੋਈ ਆਈ ਏ ਕਿੱਡੀ ਦੂਰੋਂ ਪਰ ਕਿਉਂ ਮੈਂ ਰਾਤੀ ਇੱਥੇ ਵਰਾਂਡੇ ਵਿੱਚ ਨਹੀਂ ਬਹਿ ਸਕਦੀ ਕੀ ਕਰੋਗੇ ਬਹਿ ਕੇ ਦਿਲਾਵਰੀ ਨੇ ਕਿਹਾ ਆਪਣੀ ਧੀ ਕੋਲ ਰਹਾਂਗੀ ਉਹਨੂੰ ਹੌਸਲਾ ਰਹੇਗਾ ਮੈਨੂੰ ਵੀ ਰਹੇਗਾ ਨਹੀਂ ਉਹ ਡਾਕਟਰ ਨਰਾਜ਼ ਹੋਏਗਾ ਅੰਦਰ ਨਰਸ ਵੀ ਨਰਾਜ਼ ਹੋ ਰਹੀ ਹੈ ਅਸੀਂ ਇੱਥੇ ਕਿਸੇ ਨੂੰ ਨਰਾਜ਼ ਕਰਨਾ ਅਫੋਰਡ ਨਹੀਂ ਕਰ ਸਕਦੇ ਕਜਨ ਦੀ ਆਵਾਜ਼ ਉਦਾਸ ਸੀ ਹਸਪਤਾਲ ਦਾ ਕਾਨੂੰਨ ਨਹੀਂ ਦਿਲਾਵਰੀ ਨੇ ਕਿਹਾ ਮੈਂ ਕੈਂਡੀਵਾਲ ਤੱਕ ਕੇ ਹੱਥ ਹਿਲਾਇਆ ਨਿਹਾਇਤ ਦੇਵਸੀ ਨਾਲ ਉਹ ਮੁਸਕਰਾ ਪਈ ਉਹਦੀਆਂ ਝਲਰਾਂ ਵਰਗੀਆਂ ਪਲਕਾਂ ਕੰਬੀਆਂ ਅਸੀਂ ਸਾਰੇ ਤੁਰ ਆਏ ਉਥੋਂ ਦਲਾਵਰੀ ਕਹਿਣ ਲੱਗੇ ਜੇ ਤੁਹਾਡਾ ਜੀ ਖਬਰਾਂਦਾ ਹੋਵੇ ਤਾਂ ਮੈਂ ਵੀ ਉੱਥੇ ਚਲਾ ਚੱਲਣਾ ਜਿੱਥੇ ਤੁਹਾਡੇ ਰਹਿਣ ਦਾ ਇੰਤਜ਼ਾਮ ਕੱਜਨ ਨੇ ਕੀਤਾ ਏ ਉਂਝ ਮੈਂ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਨਹੀਂ ਕੋਈ ਨਹੀਂ ਮੈਂ ਕਿਹਾ ਜੇ ਆਖੋ ਮੈਂ ਚੱਲ ਕੇ ਤੁਹਾਨੂੰ ਪਾਠ ਸੁਣਾਉਣਾ ਵਾ ਨਹੀਂ ਦਿਲ ਨਹੀਂ ਕਰਦਾ ਉਸੇ ਦਾ ਆਸਰਾਏ ਦिलावरी ਨੇ ਹੌਕਾ ਭਰ ਕੇ ਕਿਹਾ ਤੇ ਕਿਸੇ ਉਸੇ ਅੱਗੇ ਮੇਰਾ ਸਾਰਾ ਵजूद ਚੁੱਕ ਗਿਆ ਆਸਰਾ ਦੇ ਹੀ ਰੱਖੀ ਖੁਦਾਇਆ ਐਸ ਵੇਲੇ ਤੇਰੇ ਆਸਰੇ ਦੀ ਬੜੀ ਲੋੜ ਏ ਕੋਈ ਖਤਰਾ ਤੇ ਨਹੀਂ ਨਾ ਮੈਂ ਡਰ ਕੇ ਦिलावरी ਨੂੰ ਪੁੱਛਿਆ ਵੇਖੋ ਤੁਸੀਂ ਸਭ ਕੁਝ ਉਹਦੇ ਭਰੋਸੇ ਨਹੀਂ ਛੱਡ ਸਕਦੇ ਉਹਨੂੰ ਹੀ ਪਤਾ ਏ ਕਿ ਕੀ ਠੀਕ ਏ ਕੀ ਮਤਲਬ ਐਸ ਵੇਲੇ ਠੀਕ ਤਾਂ ਇੱਕੋ ਹੀ ਗੱਲ ਏ ਕਿ ਉਹ ਰਾਜ਼ੀ ਹੋ ਜਾਵੇ ਕਿਸੇ ਤਰ੍ਹਾਂ ਵੀ ਬਸ ਨਹੀਂ ਇਹ ਤੁਹਾਡੀ ਸਮਝ ਮੁਤਾਬਕ ਠੀਕ ਹੈ ਉਹਦੀ ਸਮਝ ਮੁਤਾਬਕ ਕੀ ਠੀਕ ਹੈ ਇਹ ਅਸੀਂ ਕਿਸ ਤਰ੍ਹਾਂ ਜਾਣ ਸਕਨੇ ਆ ਮਸਲਨ ਜੇ ਉਹ ਠੀਕ ਹੋ ਵੀ ਜਾਵੇ ਤਾਂ ਕੀ ਪਤਾ ਉਹਦੇ ਹੱਥ ਨਾ ਹਿੱਲਣ ਜਾਂ ਲੱਤਾਂ ਨਾ ਤੁਰਨ ਫਿਰ ਦੱਸੋ ਕੀ ਉਹ ਜਿਉਣਾ ਚਾਹੇਗੀ ਤੇ ਤੁਸੀਂ ਉਹਨੂੰ ਬਚਾ ਕੇ ਕੀ ਕਰੋਗੇ ਫਿਰ ਹੁਣ ਮੈਂ ਬਿਲਕੁਲ ਡਰ ਗਈ ਸਾਂ ਕੰਬ ਕੇ ਖਲੋ ਗਈ ਤੁਹਾਨੂੰ ਕੁਝ ਪਤਾ ਹੈ ਜਿਹੜਾ ਤੁਸੀਂ ਮੈਨੂੰ ਨਹੀਂ ਦੱਸ ਰਹੇ ਡਾਕਟਰ ਨੇ ਤੁਹਾਨੂੰ ਕੀ ਦੱਸਿਆ ਹੈ ਅੱਜ ਸਵੇਰੇ ਜਿਸ ਵੇਲੇ ਤੁਸੀਂ ਆਏ ਹੋ ਅਸਲ ਵਿੱਚ ਉਹ ਬਹੁਤ ਜ਼ਿਆਦਾ ਸੜ ਗਈ ਹੈ ਪਰ ਚਿਹਰਾ ਉਹਦਾ ਨਹੀਂ ਵੇਖਿਆ ਤੁਸੀਂ ਅੱਖਾਂ ਮੈਨੂੰ ਤੇ ਬਿਲਕੁਲ ਠੀਕ ਜਾਪੀ ਹੈ ਮੇਰਾ ਕਲੇਜਾ ਕੰਬ ਰਿਆ ਸੀ ਆਵਾਜ਼ ਥੜਕ ਰਹੀ ਸੀ ਪਰ ਮੈਂ ਜਿਵੇਂ ਆਪਣੇ ਲਫ਼ਜ਼ਾਂ ਕੋਲੋਂ ਵੀ ਦਿਲਾਵਰੀ ਕੋਲੋਂ ਵੀ ਤੇ ਕੱਜਨ ਕੋਲੋਂ ਵੀ ਛੋਟਾ ਜਿਹਾ ਵਿਸ਼ਵਾਸ ਆਸ ਦੀ ਇੱਕ ਕੱਚੀ ਤੰਦ ਤਰਲਾ ਕਰਕੇ ਮੰਗ ਰਹੀ ਸੀ ਉਦੀ ਬਹਾਦਰੀ ਦੀ ਤਾਂ ਦਾਤ ਦੇ ਰਹੇ ਹਾਂ ਅਸੀਂ ਸਾਰੇ ਬੜੀ ਸ਼ੇਰਨੀ ਬੱਚੀ ਐ ਪਰ ਡਾਕਟਰਾਂ ਦੇ ਵੀ ਵਸ ਨਹੀਂ 3rd ਡਿਗਰੀ ਦੇ ਬਰਨ ਨੇ 3rd ਕੀ ਹੁੰਦੀ ਐ ਮੈਨੂੰ ਜਿਵੇਂ ਫਾਂਸੀ ਦੀ ਸਜ਼ਾ ਸੁਣਾਈ ਜਾ ਰਹੀ ਸੀ ਤਰ੍ਹਾਂ ਕੇ ਮੈਂ ਪੁੱਛਿਆ ਤੁਸੀਂ ਵਾਹਿਗੁਰੂ ਦਾ ਨਾਮ ਲਵੋ ਉਹਦਾ ਹੀ ਆਸਰਾ ਐ ਹੋਰ ਗਿੰਟੀਆਂ ਵਿੱਚ ਨਾ ਪਵੋ ਇਸ ਵੇਲੇ ਕਹੋ ਤਾਂ ਮੈਂ ਤੁਹਾਡੇ ਕੋਲ ਬਹਿ ਕੇ ਤੁਹਾਨੂੰ ਪਾਠ ਸੁਣਾਵਾਂ ਨਹੀਂ ਤੁਸੀਂ ਸਵੇਰ ਦੇ ਆਏ ਬੈਠੇ ਹੋ ਜਾ ਕੇ ਆਰਾਮ ਕਰੋ ਸਵੇਰੇ ਸਹੀ ਮੈਂ ਹਾਰ ਕੇ ਕੀ ਸੱਤੇ ਬਾਜ਼ੀਆਂ ਹਾਰ ਕੇ ਆਪਣੇ ਆਪ ਨੂੰ ਵੀ ਹਾਰ ਕੇ ਤੇ ਦਲਾਵਰੀ ਆਪਣੇ ਹੋਟਲ ਚਲੇ ਗਏ ਮੈਨੂੰ ਕਜਨ ਇੱਕ ਸਟੂਡੈਂਟਸ ਹੋਸਟਲ ਵਿੱਚ ਲੈ ਆਇਆ ਉੱਥੇ ਹੀ ਉਸਨੇ ਮੇਰੇ ਲਈ ਕਮਰਾ ਰਿਜ਼ਰਵ ਕਰਵਾਇਆ ਹੋਇਆ ਸੀ ਉਹ ਆਪ ਉੱਥੇ ਹੀ ਠਹਿਰਿਆ ਹੋਇਆ ਸੀ ਕਜਨ ਨੇ ਕਿਹਾ ਕੀ ਖਾਓਗੇ ਅੰਮੀ ਨਹੀਂ ਕੁਝ ਨਹੀਂ ਖਾਧਾ ਜਾਵੇਗਾ ਮੈਂ ਇੱਕਦਮ ਜਵੇਂ ਨਡਾਲ ਹੋ ਗਈ ਸੀ ਇਸ ਤਰ੍ਹਾਂ ਅੰਤਾਂ ਦੀ ਥਕਾਵਟ ਨੇ ਮੇਰੇ ਅੰਗਾਂ ਨੂੰ ਕੜਕਾ ਕੇ ਬਿਲਕੁਲ ਬੇਜਾਨ ਕਰ ਦਿੱਤਾ ਸੀ ਫਿਰ ਮੈਂ ਵੀ ਨਹੀਂ ਖਾਵਾਂਗਾ ਕਜਨ ਨੇ ਫੈਸਲਾ ਕੀਤਾ ਨਹੀਂ ਪਲੀਜ਼ ਤੂੰ ਨਾ ਜ਼ਿੱਦ ਕਰ ਅੱਛਾ ਫਿਰ ਇੱਕ ਪਿਆਲਾ ਕਾਫੀ ਦਾ ਪੀਨੇ ਆ ਠੀਕ ਹੈ ਉਹ ਥੱਲੇ ਗਿਆ ਤੇ ਦੋ ਕਾਗਜ਼ ਦੇ ਪਿਆਲਿਆਂ ਵਿੱਚ ਕਾਫੀ ਲੈ ਆਇਆ ਪਰ ਕਜਨ ਹੋਇਆ ਕਿਸ ਤਰ੍ਹਾਂ ਇਹ ਹਾਲ ਹੀ ਇੱਕ ਹਫ਼ਤਾ ਪਹਿਲਾਂ ਪੈਰਿਸ ਤੋਂ ਆਈ ਸੀ ਮੇਰੇ ਕੋਲ ਕਜੰਦੀ ਆਵਾਜ਼ ਅਥਰੂਆਂ ਨਾਲ ਭਿੱਜੀ ਹੋਈ ਸੀ ਹੁਣ ਤਾਂ ਅਸੀਂ ਗ੍ਰੀਸ ਜਾ ਰਹੇ ਸਾਂ 13 ਤਰੀਕ ਇੱਥੋਂ ਤੁਰ ਪੈਣਾ ਸੀ 14 ਨੂੰ ਤਾਂ ਉਹਦਾ ਸਕਾਲਰਸ਼ਿਪ ਖਤਮ ਹੋ ਰਿਹਾ ਸੀ ਬੜੇ ਵਕਤਾਂ ਨਾਲ ਗ੍ਰੀਸ ਦਾ ਵੀਜ਼ਾ ਮਿਲਿਆ ਸੀ ਕਿਉਂਕਿ ਉੱਥੇ ਪੋਲਿਟਿਕਲ ਗੜਬੜ ਹੈ ਤੇ ਫਿਰ ਚੱਲੇ ਕਿਉਂ ਸੀ ਉਧਰ ਨੂੰ ਇੱਕ ਕੁੱਕ ਸੀ ਉਸ ਵਿਸ਼ੀ ਦੇ ਹੌਸਟਲ ਦੀ ਕੈਂਟੀਨ ਵਿੱਚ ਮੇਰਾ ਦੋਸਤ ਸੀ ਉਹਨੇ ਕਿਹਾ ਗ੍ਰੀਸ ਵਿੱਚ ਗੜਬੜ ਹੈ ਤੇ ਉਹਦੇ ਬਜ਼ੁਰਗ ਮਾਪੇ ਉੱਥੇ ਨੇ ਤੇ ਚਿੱਠੀ ਤਾਰ ਕੋਈ ਆ ਜਾ ਨਹੀਂ ਰਹੀ ਬਸ ਕੈਂਡੀ ਕਹਿਣ ਲੱਗੀ ਤੂੰ ਫਿਕਰ ਨਾ ਕਰ ਮੈਂ ਘਰ ਮੁਰਦੀਵਾਰੀ ਉਥੋਂ ਹੋ ਕੇ ਜਾਵਾਂਗੀ ਤੇ ਉਹਨਾਂ ਦਾ ਖੱਤ ਹਿੰਦੁਸਤਾਨ ਤੋਂ ਪੋਸਟ ਕਰ ਦਿਆਂਗੀ ਤੇਰੇ ਵੱਲ ਜਿਸ ਦਿਨ ਇਹ ਐਕਸੀਡੈਂਟ ਹੋਇਆ ਮੈਂ ਤਾਂ ਸਵੇਰੇ ਆਪਣੇ ਕੰਮ ਤੇ ਗਿਆ ਹੋਇਆ ਸਾਂ ਦੁਪਹਿਰੇ ਕੋਈ 3 ਵਜੇ ਵਾਪਸ ਮੁੜਿਆ ਇਹ ਆਪਣੇ ਕਮਰੇ ਵਿੱਚ ਸਮਾਨ ਪੈਕ ਕਰ ਰਹੀ ਸੀ ਰਾਤ ਵਾਲਾ ਲੁੰਗੀ ਕੁੜਤਾ ਹੀ ਪਾ ਕੇ ਮੈਂ ਕਿਹਾ ਤੂੰ ਜਾ ਕੇ ਰੋਟੀ ਖਾ ਆਈਂ ਹੈ ਕਹਿਣ ਲੱਗੀ ਨਹੀਂ ਮੈਂ ਤਾਂ ਸਵੇਰ ਦੀ ਅੰਮਾ ਨੂੰ ਚਿੱਠੀ ਲਿਖ ਰਹੀ ਸਾਂ ਤੇ ਫੇਰ ਸਮਾਨ ਬੰਨਣ ਲੱਗ ਪਈ ਰੋਟੀ ਤਾਂ ਯਾਦ ਹੀ ਨਹੀਂ ਰਹੀ ਮੈਂ ਕਿਹਾ ਚੱਲ ਫੇਰ ਚੱਲੀਏ ਕਿਸੇ ਕੈਫੇ ਤੋਂ ਕੁਝ ਖਾ ਪੀ ਕੇ ਆਉਨੇ ਆਂ ਫਿਰ ਸਮਾਨ ਬਨਾਂਗੇ ਕਹਿਣ ਲੱਗੀ ਮੈਂ ਤੇ ਅਜੇ ਨਹਾਤੀ ਵੀ ਨਹੀਂ ਨਾਲੇ ਇਹ ਮੈਂ ਮਟਰ ਤੇ ਟਮਾਟਰ ਰੱਖੇ ਹੋਏ ਨੇ ਮੇਰਾ ਦਿਲ ਕਰਦਾ ਸੀ ਅੱਜ ਆਖਰੀ ਦਿਨ ਤੈਨੂੰ ਮੈਂ ਆਪਣੇ ਹੱਥੀਂ ਦਿੱਲੀ ਦੇ ਘਰ ਵਰਗੇ ਮਟਰ ਬਣਾ ਕੇ ਖਵਾਵਾਂ ਮੈਂ ਕਿਹਾ ਤੂੰ ਮਟਰ ਮਟਰ ਛੱਡ ਔਰ ਸਟੋਵ ਤੇ ਪਾਣੀ ਰੱਖ ਕਾਫੀ ਜੋਗਾ ਤੇ ਮੈਂ ਹੁਣੇ ਬਾਜ਼ਾਰੋਂ ਖਾਣ ਲਈ ਕੁਝ ਲੈ ਕੇ ਆਉਣਾ ਮੈਂ ਵਾਪਸ ਆਇਆ ਤਾਂ ਉੱਥੇ ਫਾਇਰ ਬ੍ਰਿਗੇਡ ਦਾ ਇੰਜਨ ਖੜਾ ਸੀ ਭੀੜ ਇਕੱਠੀ ਹੋਈ ਹੋਈ ਸੀ ਇਹਦਾ ਕਮਰਾ ਤਾਂ ਤੀਜੀ ਛੱਤੇ ਸੀ ਪਰ ਪਹਿਲੀ ਛੱਤ ਦੀਆਂ ਪੌੜੀਆਂ ਵਿੱਚ ਇਹ ਡਿੱਗੀ ਪਈ ਸੀ ਤੇ ચીਖ ਰਹੀ ਸੀ ਕਿ ਚਾਦਰ ਦਿਓ ਕਿਉਂਕਿ ਸਾਰੇ ਕੱਪੜੇ ਉਹਦੇ ਸੜ ਗਏ ਸਨ ਫਾਇਰ ਬ੍ਰਿਗੇਡ ਵਾਲਿਆਂ ਨੂੰ ਡਾਂਟ ਰਹੀ ਸੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ ਮੇਰਾ ਪਾਸਪੋਰਟ ਪੁੱਛੀ ਜਾਂਦੇ ਹੋ ਪਹਿਲਾਂ ਮੈਨੂੰ ਕੋਈ ਕੱਪੜਾ ਲਿਆ ਕੇ ਦਿਓ ਮੈਂ ਨੰਗੀ ਆ ਮੈਂ ਦੌੜ ਕੇ ਚੱਦਰ ਲਿਆਇਆ ਉਹਨੂੰ ਲਪੇਟਿਆ ਐਂਬੂਲੈਂਸ ਵਿੱਚ ਹਸਪਤਾਲ ਲੈ ਗਏ ਉਹਨਾਂ ਫਰਸਟ ਏਡ ਦਿੱਤੀ ਕਹਿਣ ਲੱਗੇ ਇਹ ਬਹੁਤ ਸੜ ਗਈ ਏ ਸਾਡੇ ਵਸ ਵਿੱਚ ਨਹੀਂ ਇਹਦਾ ਇਲਾਜ ਕਰਨਾ ਇਹਨੂੰ ਲਿਯੋਂ ਲੈ ਜਾਓ ਉੱਥੇ ਸਪੈਸ਼ਲ ਹਸਪਤਾਲ ਏ ਉੱਥੇ ਠੀਕ ਇਲਾਜ ਹੋਵੇਗਾ ਸੋ ਹੈਲੀਕਾਪਟਰ ਵਿੱਚ ਲਿਯੋਂ ਲਿਆਂਦਾ ਹੈਲੀਕਾਪਟਰ ਵਿੱਚ ਸਟ੍ਰੈਚਰ ਰੱਖਣ ਲੱਗੇ ਤਾਂ ਮੈਨੂੰ ਕਹਿਣ ਲੱਗੀ ਮੇਰੀ ਮਾਂ ਨੂੰ ਨਾ ਦੱਸੀ ਉਹ ਫਿਕਰ ਕਰੇਗੀ ਮੈਂ ਆਪੇ ਠੀਕ ਹੋ ਕੇ ਦੱਸਾਂਗੀ ਪਰ ਜਦੋਂ ਡਾਕਟਰਾਂ ਨੇ ਕਿਹਾ ਤੇ ਕੱਜਨ ਨੇ ਅੱਖਾਂ ਨੀਵੀਆਂ ਕਰ ਲਈਆਂ ਪਲਕੂ ਰੁਕਿਆ ਮੇਰਾ ਸਾਹ ਸੰਗ ਵਿੱਚ ਖਲੋਤਾ ਪੁਆਟਣੀ ਖਾ ਕੇ ਡਿੱਗਣ ਲੱਗਾ ਜਿਵੇਂ ਆਹਸਤਾ ਜਿਹਾ ਉਹ ਫੇਰ ਬੋਲਿਆ ਤਾਂ ਮੈਂ ਘਬਰਾ ਕੇ ਤੁਹਾਨੂੰ ਫੋਨ ਕਰ ਦਿੱਤਾ ਤੇ ਉਹ ਮੇਰੇ ਗੋਡੇ ਤੇ ਸਿਰ ਰੱਖ ਕੇ ਰੋ ਪਿਆ ਮੈਂ ਆਪਣੇ ਆਪ ਨੂੰ ਮਸਾ ਸੰਭਾਲਿਆ ਇਹ ਵਿਚਾਰਾ ਬਾਲ ਹੀ ਤੇ ਸੀ ਮੇਰੇ ਗੋਡੇ ਤੇ ਸਿਰ ਰੱਖ ਕੇ ਰੋ ਰਿਹਾ ਸੀ ਤੇ ਮੇਰੀ ਕੈਂਡੀ ਕਿੰਨਾ ਪਿਆਰ ਕਰਦੀ ਸੀ ਇਹਨੂੰ ਕਿੰਨੀ ਪਿਆਰੀ ਦੋਸਤ ਸੀ ਇਹਦੀ ਮੈਨੂੰ ਉਹਦੇ ਤੇ ਮਮਤਾ ਆਈ ਮੈਂ ਉਹਦਾ ਮੂੰਹ ਤਾਂ ਕਰਕੇ ਉਹਦੇ ਅਥਰੂ ਪੂੰਝੇ ਸਭ ਠੀਕ ਹੋ ਜਾਵੇਗਾ ਹੁਣ ਮੈਂ ਆ ਗਈ ਆ ਨਾ ਕੈਂਡੀ ਰਾਜ਼ੀ ਹੋ ਜਾਵੇਗੀ ਤੂੰ ਵੇਖਦਾ ਰਹੀਂ ਮੈਨੂੰ ਤਕਲੀਫ ਨਾ ਹੋਵੇ ਸਿਰਫ ਇਸੇ ਕਰਕੇ ਉਹ ਆਪਣੀ ਵਿਲ ਪਾਵਰ ਨਾਲ ਰਾਜ਼ੀ ਹੋ ਜਾਵੇਗੀ ਕੁਚਿਰ ਮਗਰੋਂ ਉਹ ਆਪਣੇ ਕਮਰੇ ਵਿੱਚ ਚਲਾ ਗਿਆ। ਅਗਲੇ ਦਿਨ ਦਿਲਾਵਰੀ ਵਾਪਸ ਚਲੇ ਗਏ। ਸਾਰੀ ਦਿਹਾੜੀ ਕੱਜਨ ਤੇ ਮੈਂ ਉਸ ਸਫੈਦ ਕਿਲੇ ਵਰਗੇ ਹਸਪਤਾਲ ਦੀ ਉਜਾੜ ਡਿਊਟੀ ਵਿੱਚ ਬੈਠੇ ਰਹੇ। 5 ਮਿੰਟ ਸਵੇਰੇ 9 ਵਜੇ ਤੇ 5 ਮਿੰਟ ਸ਼ਾਮ ਨੂੰ ਉਹਨਾਂ ਨੇ ਮਿਲਣ ਦਿੱਤਾ। ਬਸ ਦੂਰੋਂ। ਸ਼ੀਸ਼ੇ ਦੀ ਦੀਵਾਰ ਦੇ ਪਰਲੇ ਪਾਸਿਓਂ ਟੈਲੀਫੋਨ ਤੇ ਤੁਸੀਂ ਰੋਟੀ ਖਾਧੀ ਸੀ? ਕਿਸ ਤਰ੍ਹਾਂ ਠੀਕ ਸੀ? ਗਰਮ ਕੱਪੜੇ ਲੈ ਕੇ ਆਏ ਹੋ ਨਾ? ਰਾਤੀਂ ਨਿੰਦਰ ਆਈ ਸੀ ਕੈਂਡੀ ਨਿਕੀਆਂ ਨਿਕੀਆਂ ਗੱਲਾਂ ਪੁੱਛਦੀ ਰਹੀ ਮੈਂ ਉਹਦੇ ਕੋਲੋਂ ਪੁੱਛਿਆ ਹੀ ਨਹੀਂ ਮੇਰੀ ਬੱਚੀ ਇਹ ਕਿਸ ਤਰ੍ਹਾਂ ਹੋ ਗਿਆ ਅੱਗ ਕਿਸ ਤਰ੍ਹਾਂ ਲੱਗ ਪਈ ਮੇਰੀ ਕੈਂਡਲੂ ਪੀੜ ਹੁੰਦੀ ਏ ਕਿੱਥੇ ਕਿੱਥੇ ਪੀੜ ਹੁੰਦੀ ਏ ਮੇਰੀ ਰਾਣੀ ਨੂੰ ਤੈਨੂੰ ਇਹ ਲੋਕ ਕੀ ਖਾਣ ਵਾਸਤੇ ਦਿੰਦੇ ਨੇ ਤੈਨੂੰ ਕੋਈ ਤਕਲੀਫ ਤੇ ਨਹੀਂ ਇਹ ਹੀ ਸੋਚਦੀ ਰਹੀ ਕਿ ਉਹ ਸਾਰਾ ਭਿਆਨਕ ਹਾਦਸਾ ਇਹਨੂੰ ਫੇਰ ਚੇਤੇ ਨਾ ਆਵੇ ਦੋ ਉੱਡਦੇ ਜਾਂਦੇ ਪਲ ਜਿਹੜੇ ਇਹ ਮੇਰੇ ਨਾਲ ਗੱਲਾਂ ਕਰ ਰਹੀ ਏ ਕਮਜ਼ਕਮ ਇਹਨਾਂ ਵਿੱਚ ਇਹ ਉਹਨਾਂ ਅਗਦੀਆਂ ਲਾਟਾਂ ਨੂੰ ਭੁੱਲੀ ਰਵੇ ਤੇ ਉਹ ਇੰਨੇ ਹੌਸਲੇ ਨਾਲ ਗੱਲ ਕਰਦੀ ਸੀ ਇੰਨੇ ਠਰਮੇ ਨਾਲ ਇੰਨੀ ਮੁਸਕਰਾ ਕੇ ਕਿ ਮੈਨੂੰ ਬਿਲਕੁਲ ਨਹੀਂ ਸੀ ਜਾਪਦਾ ਇਹਨੂੰ ਕੋਈ ਤਕਲੀਫ ਹੋਵੇਗੀ। ਇਹੀ ਲੱਗਦਾ ਸੀ ਕਿ ਇਹਦਾ ਸ਼ਾਇਦ ਪੈਰ ਜਾਂ ਗੋਡਾ ਸੜ ਗਿਆ ਹੋਵੇਗਾ। ਬਸ ਆਰਾਮ ਨਾਲ ਲੇਟੀ ਹੋਈ ਏ। ਵੱਲ ਹੋ ਜਾਵੇਗੀ। ਕੱਲ ਨਹੀਂ ਤੇ ਪਰਸੋਂ ਫੇਰ ਅਸੀਂ ਰਲ ਕੇ ਸੈਰ ਕਰਾਂਗੇ ਆ ਗੱਲਾਂ ਕਰਾਂਗੇ ਆ ਕੌਫੀ ਪੀਵਾਂਗੇ ਆ ਤੋਂ ਫੇ ਕਾਂਗੀਆਂ ਮਿਊਜ਼ਿਕ ਸੁਣਾ ਗਈਆਂ ਤੇ ਫਿਰ ਵਾਪਸ ਅਰਪਣਾ ਕੋਲ ਜਾਵਾਂਗੀਆਂ ਅਸੀਂ ਬਹੁਤ ਸਾਰੀ ਸੈਰ ਕਰਕੇ ਡੋਲੀ ਕੋਲ ਵਾਪਸ ਜਾਵਾਂਗੇ ਮੈਂ ਉਹਨੂੰ ਕਿਹਾ ਨਹੀਂ ਅੰਮੀ ਡੋਲੀ ਨੂੰ ਵੀ ਇੱਥੇ ਬੁਲਾ ਲਵਾਂਗੇ ਫਿਰ ਰਲ ਕੇ ਸੈਰ ਕਰਾਂਗੇ ਉਹ ਉੱਥੇ ਇਕੱਲੀ ਕਿਸ ਤਰ੍ਹਾਂ ਰਹੇਗੀ ਸ਼ਾਮ ਵੇਲੇ ਜਦੋਂ ਮਿਲਣ ਗਈ ਕਹਿਣ ਲੱਗੀ ਅੰਮੀ ਤੁਸੀਂ ਕੱਲ ਵੀ ਇਹ ਸਾੜੀ ਪਾਈ ਹੋਈ ਸੀ ਸਵੇਰੇ ਵੀ ਇਹੀ ਕਿਉਂ ਸਮਾਨ ਲੈ ਕੇ ਨਹੀਂ ਆਏ ਮੇਰੇ ਅਥਰੂ ਉਲਰ ਕੇ ਅੱਖਾਂ 'ਵਲ ਆਏ ਮੈਂ ਉਹਨਾਂ ਦਾ ਘੁੱਟ ਭਰ ਕੇ ਕਿਹਾ ਓਹੋ ਯਾਦ ਹੀ ਨਹੀਂ ਰਹੀ ਬਦਲਨੀ ਕੀ ਕਹਿੰਦੀ ਕਿ ਜਦੋਂ ਦੀ ਆਈ ਹਾਂ ਨਾ ਮੂੰਹ ਹੱਤ ਹੁੰਦਾ ਏ ਨਾ ਨਹਾਤੀਆਂ ਨਾ ਕੁਝ ਖਾਦਾ ਇਹਨਾਂ ਕੱਪੜੇ ਬਦਲੇ ਨੇ ਸਿਰਫ ਬਾਰ-ਬਾਰ ਰੱਬ ਨੂੰ ਇਹ ਕਹਿ ਰਹੀ ਹਾਂ ਤੱਕ ਮੈਂ ਇੰਨੇ ਬਰੇ ਕੋਈ ਗੁਨਾਹ ਨਹੀਂ ਕੀਤਾ ਕਿਸੇ ਚਿੜੀ ਦਾ ਵੀ ਦਿਲ ਨਹੀਂ ਦੁਖਾਇਆ ਜਾਣ ਬੁਝ ਕੇ ਜੇ ਕਿਦਰੇ ਅਣਜਾਣ ਪੁਨੇ ਵਿੱਚ ਜਾਂ ਅਚੇਤ ਹੀ ਕਿਸੇ ਦਾ ਮਨ ਦੁਖ ਗਿਆ ਹੋਵੇ ਮੇਰੇ ਕੋਲੋਂ ਜਾ ਕੋਈ ਹੋਰ ਗੁਨਾਹ ਹੋ ਗਿਆ ਹੋਵੇ ਤਾਂ ਮੇਰੀ ਫੁੱਲ ਵਰਗੀ ਬੱਚੀ ਕੋਲੋਂ ਬਦਲਾ ਨਾ ਲੈ ਖੁਦਾਯਾ ਮੈਨੂੰ ਸਜ਼ਾ ਦੇ ਇਨਸਾਫ ਕਰ ਤੇ ਜੇ ਹੋ ਸਕੇ ਤਾਂ ਰਹਿਮ ਕਰ ਮਾਫ ਕਰ ਦੇ ਦੋਸਤ ਜਿੰਨੀ ਸਜ਼ਾ ਦੇ ਲਈ ਕਾਫੀ ਹੈ ਬਾਕੀ ਦੀ ਮਾਫ ਕਰ ਦੇ ਇਸ ਮੇਰੀ ਧੀ ਨੂੰ ਠੀਕ ਕਰ ਦੇ ਇਹਨੇ ਹਜੇ 26 ਨਵੰਬਰ ਨੂੰ 21ਵਾਂ ਵਾਰਾ ਪੂਰਾ ਕਰਨਾ ਹੈ ਪੌਣੇ 21 ਇਹ ਵੀ ਕੋਈ ਉਮਰ ਹੈ ਇਸ ਤਰ੍ਹਾਂ ਦੇ ਤਸੀਹਿਆਂ ਦੀ ਇਹ ਤਾਂ ਖੇਡਣ ਖਾਣ ਦੀ ਉਮਰ ਹੈ ਫਿਰ ਤੈਨੂੰ ਪਤਾ ਹੀ ਹੈ ਸਾਰਾ ਬਚਪਨ ਇਹਨੇ ਮਾਂ ਦੀ ਗਰੀਬੀ ਹੰਢਾਈ ਏ ਪਿਓ ਦਾ ਗੁੱਸਾ ਤੇ ਨਫ਼ਰਤ ਵੇਖੀ ਏ ਹੁਣ ਤਾਂ ਰਤਾ ਕੋ ਅਸੀਂ ਸੰਭਲੇ ਸਾਂ ਹੁਣ ਤਾਂ ਅਸੀਂ ਸ਼ਾਮ ਵੇਲੇ ਬਹਿ ਕੇ ਮਿਊਜ਼ਿਕ ਸੁਣਨਾ ਸ਼ੁਰੂ ਕੀਤਾ ਸੀ ਹੁਣ ਤਾਂ ਅਸੀਂ ਰਲ ਕੇ ਕਿਤਾਬਾਂ ਦੀਆਂ ਗੱਲਾਂ ਕਰਨ ਜੋਗੇ ਹੋਏ ਸਾਂ ਹੁਣ ਤਾਂ ਅਜੇ ਸਾਡੀ ਦੋਸਤੀ ਹੋਈ ਸੀ ਹੁਣ ਤਾਂ ਅਸੀਂ ਜ਼ਮੀਨ ਤੋਂ ਗਿੱਠ ਕੋ ਉੱਚੇ ਤੁਰਨ ਲੱਗੇ ਸਾਂ ਕਿਉਂਕਿ ਤਿੰਨੇ ਇਕੱਠੇ ਸਾਂ ਤੇ ਤਿੰਨੇ ਬਹੁਤ ਗਹਿਰੇ ਦੋਸਤ ਦੋਆਂ ਤੀਆਂ ਦੀ ਦੋਸਤੀ ਦੀ ਧੁੱਪ ਨੇ ਅਜੇ ਹੁਣੇ ਤਾਂ ਮੇਰੇ ਅੰਗਾਂ ਦਾ ਠਾਰ ਭੰਨਿਆ ਸੀ ਨਾ ਮੇਰੇ ਪਰਵਰਦੀਗਾਰ ਸਾਨੂੰ ਨਾ ਨਖੇੜੀ ਜੇ ਕਦੇ ਵੀ ਕੋਈ ਵੀ ਕਿਧਰੇ ਵੀ ਮੈਂ ਚੰਗਾ ਕੰਮ ਕੀਤਾ ਏ ਤਾਂ ਐਸ ਵੇਲੇ ਮੇਰੀ ਬੱਚੀ ਦੀ ਮਦਦ ਕਰ ਤੂੰ ਤਾਂ ਮਿਹਰਬਾਨ ਏ ਮਿਹਰ ਕਰ ਨਾ ਤੇ ਫੇਰ ਅੰਦਰੋਂ ਕੋਈ ਸੰਸਕਾਰਾਂ ਦੀ ਹੀ ਜਿਵੇਂ ਆਵਾਜ਼ ਆਉਂਦੀ ਉਹ ਚਾਹੇ ਤਾਂ ਲੂਲਾ ਬੰਦਾ ਪਹਾੜਾਂ ਦੀਆਂ ਚੋਟੀਆਂ ਤੇ ਚੜ ਜਾਵੇ ਉਹ ਚਾਹੇ ਤਾਂ ਅੰਨੇ ਨੂੰ ਅੱਖਾਂ ਦੀ ਜੋਤ ਹੀ ਨਹੀਂ ਸਾਰੇ ਬ੍ਰਹਿਮੰਡ ਖੰਡ ਦੀ ਸੋਜੀ ਹੋ ਜਾਵੇ ਉਹ ਚਾਹੇ ਤਾਂ ਸਮੁੰਦਰ ਵਿੱਚ ਥਲ ਤੇ ਥਲਾਂ ਵਿੱਚ ਅਥਾ ਪਾਣੀ ਭਰ ਜਾਣ ਉਹ ਚਾਹੇ ਤਾਂ ਉਹ ਉਦਾਸ ਹੋ ਕੇ ਕਹਿਣ ਲੱਗੀ ਪਰ ਮੈਨੂੰ ਤੇ ਲੱਗਦਾ ਹੈ ਮੇਰੇ ਠੀਕ ਹੋਣ ਵਿੱਚ 2 ਮਹੀਨੇ ਲੱਗ ਜਾਣਗੇ ਮੈਂ ਸਿਸਟਰ ਕੋਲੋਂ ਪੁੱਛਿਆ ਸੀ ਉਹ ਕਹਿੰਦੀ ਸੀ 2 ਮਹੀਨੇ ਲੱਗਣਗੇ ਤੁਸੀਂ 2 ਮਹੀਨੇ ਕਿੱਥੇ ਰਹੋਗੇ ਇੰਨਾ ਫੋਰਨ ਐਕਸਚੇਂਜ ਕਿੱਥੋਂ ਮਿਲੇਗਾ ਤੂੰ ਇੰਨਾਂ ਛੋਟੀਆਂ ਗੱਲਾਂ ਦਾ ਫਿਕਰ ਨਾ ਕਰ ਕੈਂਡੀ ਸਭ ਇੰਤਜ਼ਾਮ ਕਰਕੇ ਆਈਆਂ ਤੇਰੇ ਜਸਪੀਰ ਮਾਮੇ ਨੇ ਲੰਡਨ ਅਮਰੀਕਾ ਸਭ ਥਾਵਾਂ ਤੇ ਆਪਣੇ ਦੋਸਤਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਨੇ ਜਿੰਨੇ ਪੈਸੇ ਲੋਡ ਹੋਣਗੇ ਝਟਪਟ ਆ ਜਾਣਗੇ ਨਾਲੇ ਸਾਡੀ ਐਮਬੈਸੀ ਨੇ ਕਿਹਾ ਹੈ ਫਾਰਮ ਐਕਸਚੇਂਜ ਦਾ ਇੰਤਜ਼ਾਮ ਅਸੀਂ ਕਰਾਂਗੇ। ਅੱਛਾ ਕੱਜਨ ਨਾਲ ਗੱਲ ਕਰਾਓ। ਮੈਂ ਫੋਨ ਕੱਜਨ ਦੇ ਹੱਥ ਫੜਾ ਦਿੱਤਾ। ਉਹ ਦੇ ਨਾਲ ਫ੍ਰੈਂਚ ਵਿੱਚ ਹੀ ਗੱਲਾਂ ਕਰਦਾ ਰਿਹਾ। ਮੈਨੂੰ ਸਮਝ ਨਹੀਂ ਆਈ। ਉਹ ਆਪਣੀ ਨਰਸ ਵੱਲ ਵੇਖ ਕੇ ਮੁਸਕਰਾਈ। ਨਰਸ ਨੂੰ ਉਹਨੇ ਕੁਝ ਕਿਹਾ। ਨਰਸ ਵੀ ਮੁਸਕਰਾਈ। ਮੈਂ ਕੱਜਨ ਨੂੰ ਕਿਹਾ। ਨਰਸ ਨੂੰ ਕੀ ਕਹਿੰਦੀ ਸੀ? ਕਹਿ ਰਹੀ ਸੀ ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਨੇ। ਮੇਰੀ ਮਾਂ ਦੀਆਂ ਵੀ ਸੋਹਣੀਆਂ ਨੇ ਨਾ। ਅਥਰੂ ਡੱਕ ਕੇ ਅਸੀਂ ਬਾਹਰ ਨਿਕਲ ਗਏ 5 ਮਿੰਟ ਖਤਮ ਹੋ ਗਏ ਸਨ ਉਹ ਡਾਕਟਰ ਬਾਹਰ ਗੈਲਰੀ ਵਿੱਚ ਖੁੱਲ੍ਹਵੀਂ ਖਿੜਕੀ ਵਿੱਚ ਖੜਾ ਸੀ ਗੁੱਸੇ ਵਿੱਚ ਸੀ ਉਹਨੇ ਕੱਜਨ ਨੂੰ ਫ੍ਰੈਂਚ ਵਿੱਚ ਕੁਝ ਕਿਹਾ ਜਿਵੇਂ ਡਾਂਟ ਰਿਹਾ ਹੋਵੇ ਕੱਜਨ ਜਿਵੇਂ ਉਹਨੂੰ ਮਨਾ ਰਿਹਾ ਸੀ ਜਾਂ ਸ਼ਾਇਦ ਮਾਫੀ ਮੰਗ ਰਿਹਾ ਸੀ ਕੀ ਗੱਲ ਹੈ ਕੱਜਨ ਮੈਂ ਹੌਲੀ ਜਿਹੀ ਪੁੱਛਿਆ ਇਹ ਕਹਿੰਦੇ ਨੇ ਅਸੀਂ ਕਿਉਂ ਨੂੰ ਖੇਚਲ ਕਰਵਾਨੇ ਆ ਬੋਲਣਾ ਉਹਦੇ ਲਈ ਮਾੜਾ ਏ ਐਕਸਾਈਟਮੈਂਟ ਵੀ ਮਾੜੀ ਏ ਪਰ ਕਿਉਂ ਉਹ ਤੇ ਠੀਕ ਹੋ ਰਹੀ ਏ ਕਜਨ ਨੇ ਮੇਰੀ ਗੱਲ ਤਰਜਮਾ ਕਰਕੇ ਉਹਨੂੰ ਸਮਝਾਈ ਡਾਕਟਰ ਨੇ ਬੜੀ ਜ਼ੋਰ ਨਾਲ ਕੁਝ ਕਿਹਾ ਜਿਵੇਂ ਕਹਿ ਰਿਹਾ ਹੋਵੇ ਨਹੀਂ ਨਹੀਂ ਤੇ ਫਿਰ ਬੜਾ ਕੁਝ ਹੋਰ ਕਹਿੰਦਾ ਰਿਹਾ ਕੀ ਮੈਂ ਕਜਨ ਨੂੰ ਪੁੱਛਿਆ ਇਹ ਕਹਿੰਦੇ ਨੇ ਉਹਨੂੰ ਬੜੀ ਪੀੜ ਹੁੰਦੀ ਏ ਬੋਲਣ ਨਾਲ ਉਹ ਤੁਹਾਨੂੰ ਦੱਸਦੀ ਨਹੀਂ ਬੜੀ ਬਹਾਦਰੀ ਨਾਲ ਗੱਲਾਂ ਕਰਦੀ ਰਹਿੰਦੀ ਏ ਪਰ ਉਹਨੂੰ ਬੜੀ ਦਰਦ ਹੁੰਦੀ ਏ ਪਰ ਮੈਂ ਹੈਰਾਨ ਸੀ ਬੇਬਸੀ ਅਜੀਬ ਬੇਬਸੀ ਵਿੱਚ ਰੋਈ ਜਾ ਰਹੀ ਸੀ ਸਾ ਮੇਰਾ ਵਿਸ਼ਵਾਸ ਜਿਵੇਂ ਡੋਲ ਰਿਹਾ ਸੀ ਸਾਰੀ ਆਸ ਜਿਵੇਂ ਦਮ ਤੋੜ ਰਹੀ ਸੀ ਪਰ ਕਿਉਂ ਉਹ ਤੇ ਠੀਕ ਜਾਪਦੀ ਏ ਕੀ ਕੀ ਸੜਿਆ ਏ ਉਹਦਾ ਮੈਂ ਡਰ ਕੇ ਪੁੱਛਿਆ ਕੱਜਨ ਮੇਰੀ ਗੱਲ ਡਾਕਟਰ ਨੂੰ ਤੇ ਡਾਕਟਰ ਦੀ ਗੱਲ ਮੈਨੂੰ ਤਰਜਮਾ ਕਰਕੇ ਦੱਸੀ ਜਾ ਰਿਹਾ ਸੀ ਨਿਹਾਇਤ ਮਾਇੂਸ ਮਰੀ ਹੋਈ ਆਵਾਜ਼ ਵਿੱਚ ਪੈਰਾਂ ਤੋਂ ਗਲੇ ਤੱਕ ਸਾਰੀ ਸੜੀ ਪਈ ਏ ਤੇ ਸਾੜ ਬਹੁਤ ਗਹਿਰਾ ਏ ਇਹ ਕਹਿੰਦੇ ਨੇ ਇੰਨੀ ਸਾਰੀ ਸਕਿਨ ਉੱਗ ਹੀ ਨਹੀਂ ਸਕਦੀ ਨਵੀਂ ਮੇਰੀ ਸਕਿਨ ਲਾ ਕੇ ਲਾ ਦੇ ਉਹਨੂੰ ਪਲਾਸਟਿਕ ਸਰਜਰੀ ਨਹੀਂ ਹੋ ਜਾਂਦੀ ਡਾਕਟਰ ਜਿਵੇਂ ਕਿਸੇ ਬੱਚੇ ਦੀ ਮੂਰਖਤਾ ਤੇ ਮੁਸਕਰਾਇਆ ਕਿਉਂ ਨਹੀਂ ਮੈਂ ਚੁੱਪਚਾਪ ਲੇਟੀ ਰਵਾਂਗੀ ਹੌਲੀ ਹੌਲੀ ਤੁਸੀਂ ਮੇਰੀਆਂ ਲੱਤਾਂ ਦੀ ਬਾਹਾਂ ਦੀ ਪਿੱਠ ਦੀ ਢਿੱਡ ਦੀ ਸਕਿਨ ਲਾ ਲਾ ਕੇ ਉਹਨੂੰ ਲਾਈ ਜਾਣਾ ਹੌਲੀ ਹੌਲੀ ਮੇਰੀ ਨਵੀਂ ਉਗਦੀ ਆਵੇਗੀ ਤੇ ਉਹਦਾ ਪਿੰਡਾ ਮੇਰੀ ਸਕਿਨ ਨੂੰ ਜ਼ਰੂਰ ਕਬੂਲ ਕਰ ਲਵੇਗਾ ਆਖਰ ਉਹਨੂੰ ਮੈਂ ਆਪਣੇ ਲਹੂ ਮਾਸ ਵਿੱਚੋਂ ਜਨਮ ਦਿੱਤਾ ਏ ਮੇਰੀ ਸਕਿਨ ਕਿਉਂ ਨਹੀਂ ਮਨਜ਼ੂਰ ਕਰੇਗਾ ਉਹਦਾ ਪਿੰਡਾ ਕਿੰਨਾ ਚਿਰ ਲੱਗ ਜਾਵੇਗਾ 2 ਮਹੀਨੇ 4 ਮਹੀਨੇ 6 ਮਹੀਨੇ ਮੈਨੂੰ ਮਨਜ਼ੂਰ ਹੈ ਮੈਂ ਚੁੱਪਚਾਪ ਲੇਟੀ ਰਵਾਂਗੀ ਮੈਂ ਡਾਕਟਰ ਦੇ ਤਰਲੇ ਕਰ ਰਹੀ ਸਾਂ ਰੋ ਰਹੀ ਸਾਂ ਹੱਥ ਜੋੜ ਕੇ ਉਹਦੇ ਸਾਹਮਣੇ ਖਲੋਤੀ ਸਾਂ ਉਹਦੀ ਬਾਰੀ ਦੀ ਬਾਹੀ ਤੇ ਆਪਣਾ ਮੱਥਾ ਝੁਕਾ ਰਹੀ ਸਾਂ ਡਾਕਟਰ ਚਲਾ ਗਿਆ ਕੱਜਨ ਕਹਿਣ ਲੱਗਾ ਕਹਿੰਦਾ ਹੈ ਜੇ ਸਾਢੇ ਤੇ ਠੀਕ ਹੋ ਲਵੇ ਫਿਰ ਵੇਖਾਂਗੇ ਮੈਂ ਇਨਾਂ ਲਫ਼ਜ਼ਾਂ ਵਿੱਚੋਂ ਉਹ ਲਫ਼ਜ਼ ਸੁਨੇ ਜਿਹੜੇ ਪਤਾ ਨਹੀਂ ਉਹਨੇ ਬੋਲੇ ਸਨ ਜਾਂ ਨਹੀਂ ਸਨ ਬੋਲੇ ਪਰ ਮੈਨੂੰ ਉਹਦੀਆਂ ਅੱਖਾਂ ਵਿੱਚੋਂ ਨਜ਼ਰ ਆਏ ਸਨ ਜੇ ਬਚ ਗਈ ਤਾਂ ਵੇਖਾਂਗੇ ਉਸੇ ਬੈਂਚ ਤੇ ਬੈਠ ਕੇ ਮੈਂ ਰੋਂਦੀ ਰਹੀ ਬਿਲਕੁਲ ਬੇਬਸ ਬੇਸਹਾਰਾ ਮੇਰੀ ਬੱਚੀ ਉੱਥੇ ਸੀ ਅੰਦਰ ਪੰਜਾਂ ਕਦਮਾਂ ਦੀ ਵਿੱਥ ਤੇ ਪਰ ਸਾਰੇ ਦਰਵਾਜ਼ੇ ਬੰਦ ਸਨ ਸਫੈਦ ਕਫਨਾ ਵਰਗੇ ਦਰਵਾਜ਼ੇ ਬਾਹਰ ਸਿਵਾਏ ਮੇਰੇ ਤੇ ਕੱਜਨ ਦੇ ਕੋਈ ਮਨੁੱਖ ਨਹੀਂ ਸੀ ਬਿਲਕੁਲ ਉਜਾੜ ਤੇ ਮੈਂ ਨਿਹੜਾਲ ਉਸ ਬੈਂਚ ਤੇ ਬੈਠੀ ਰੋ ਰਹੀ ਸਾਂ ਲੱਗਦਾ ਸੀ ਰੋਣ ਦੀ ਵੀ ਹਿੰਮਤ ਬਾਕੀ ਨਹੀਂ ਰਹੀ ਵਕਤ ਦੇ ਪੈਰਾਂ ਨਾਲ ਕਿਸੇ ਨੇ ਚੱਕੀ ਦੇ ਪੁਰ ਬੰਦ ਦਿੱਤੇ ਸਨ ਚੱਕੀ ਦੇ ਉਹ ਪੁਰ ਚੱਲ ਵੀ ਨਹੀਂ ਸਨ ਰਹੇ ਪਰ ਮੇਰੀਆਂ ਸਾਰੀਆਂ ਹੱਡੀਆਂ ਤੇ ਮਾਸ ਉਸ ਵਿੱਚ ਕਿਸ ਤਰ੍ਹਾਂ ਦਲੀਂਦਾ ਜਾ ਰਿਹਾ ਸੀ ਬਹੁਤ ਰਾਤ ਹੋ ਗਈ ਤਾਂ ਕੱਜਨ ਮੈਨੂੰ ਸਹਾਰਾ ਦੇ ਕੇ ਵਾਪਸ ਹੋਸਟਲ ਲੈ ਆਇਆ ਸੜਕਾਂ ਤੇ ਤੁਰਦੇ ਬੰਦੇ ਵੇਖ ਕੇ ਮਨ ਹੈਰਾਨ ਹੁੰਦਾ ਸੀ ਇਹ ਕਿਸ ਤਰ੍ਹਾਂ ਬੇਫਿਕਰ ਤੁਰੇ ਫਿਰਦੇ ਨੇ ਇਹਨਾਂ ਨੂੰ ਨਹੀਂ ਪਤਾ ਲਹਿੰਦੇ ਦਿਨ ਨੂੰ ਤੇ ਚੜ੍ਹਦੇ ਦਿਨ ਨੂੰ ਵੇਖ ਕੇ ਹੈਰਾਨੀ ਹੁੰਦੀ ਸੀ ਇਹਨੂੰ ਨਹੀਂ ਪਤਾ ਕਦੇ ਇਹ ਵੀ ਹੋਇਆ ਏ ਕਿ 6 ਦਿਨ ਕਿਸੇ ਨੂੰ ਬਾਥਰੂਮ ਜਾਣ ਦੀ ਲੋੜ ਨਾ ਪਵੇ ਟਾਇਲਟ ਜਾਣ ਦੀ ਲੋੜ ਨਾ ਪਵੇ ਦਿੰਤਾ ਜ਼ਰੂਰ ਚੜਦਾ ਲੈਂਦਾ ਸੀ ਪਰ ਮੇਰਾ ਜਿਸਮ ਸਾਰਾ ਜਿਵੇਂ ਚੁੱਪ ਸਾਦ ਕੇ ਖਲੋ ਗਿਆ ਸੀ ਨਾ ਭੁੱਖ ਨਾ ਨੀਂਦਰ ਨਾ ਕੁਝ ਹੋਰ ਪਲੀਜ਼ ਕੈਂਡੀ ਪਲੀਜ਼ ਠੀਕ ਹੋ ਜਾ ਮੈਂ ਤੇਰੇ ਬਿਨਾ ਨਹੀਂ ਜੀ ਸਕਦੀ ਮੇਰਾ ਮਨ بار-ਬਾਰ ਕੈਂਡੀ ਨਾਲ ਗੱਲਾਂ ਕਰਦਾ ਪਲੀਜ਼ ਠੀਕ ਕਰ ਦਿਓ ਇਹਨੂੰ ਪਲੀਜ਼ ਮੇਰੇ ਸਤਿਗੁਰੂ ਅਗਲੇ ਦਿਨ ਸਵੇਰੇ-ਸਵੇਰੇ ਜਾ ਕੇ ਅਸੀਂ ਬਹਿ ਗਏ ਬੂਹੇ ਦੇ ਬਾਹਰ ਰੋਜ਼ ਵਾਲੇ ਬੈਂਚ ਤੇ ਪਰ ਅੱਜ ਮੈਂ ਹਾਰੀ ਹੋਈ ਸੀ ਕਿਸੇ ਆਸ ਦਾ ਮਨ ਵਿੱਚੋਂ ਹੰਗਾਰਾ ਨਹੀਂ ਸੀ ਕੱਜਨ ਬਾਰ-ਬਾਰ ਉਸ ਟੈਲੀਫੋਨ ਦਾ ਰੀਸੀਵਰ ਚੁੱਕ ਕੇ ਇੱਕ ਤਰਲਾ ਕਰਦਾ ਸੀ ਪਰ ਚਾਰੇ ਪਾਸੇ ਦੀਆਂ ਸਫੈਦ ਦੀਵਾਰਾਂ ਖਾਮੋਸ਼ ਸਨ ਅਖਰੂ ਖਿੜਕੀ ਖੁੱਲੀ ਇੱਕ ਨਰਸ ਸੀ ਬੜੀ ਖਿਜੀ ਖੜੋਤੀ ਸੀ ਢਾਕ ਤੇ ਹੱਥ ਰੱਖ ਕੇ ਕੱਜਨ ਨੇ ਮੇਰੇ ਵੱਲ ਹੱਥ ਕਰਕੇ ਉਹਨੂੰ ਫ੍ਰੈਂਚ ਵਿੱਚ ਤਰਲਾ ਕੀਤਾ ਉਹ ਅੱਗੋਂ ਬੜੀ ਗੁੱਸੇ ਹੋ ਕੇ ਬੋਲੀ ਤੇ ਖਿੜਕੀ ਬੰਦ ਕਰ ਦਿੱਤੀ ਕਿਉਂ ਕੀ ਗੱਲ ਸੀ ਕੁਝ ਨਹੀਂ ਕਹਿੰਦੀ ਸੀ ਅਜ ਵੀਰਵਾਰ ਹੈ ਮੁਲਾਕਾਤਾਂ ਦਾ ਦਿਨ ਹੈ 3 ਤੋਂ 5 ਤੱਕ ਫਿਰ ਤੁਸੀਂ ਸਵੇਰੇ ਸਾਨੂੰ ਕਿਉਂ ਦੁਖੀ ਕਰ ਰਹੇ ਹੋ ਮੁਲਾਕਾਤਾਂ ਦਾ ਦਿਨ ਯਾਨੀ ਇੱਥੇ ਹਫ਼ਤੇ ਵਿੱਚ ਇੱਕੋ ਦਿਨ ਲੋਕੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਉਂਦੇ ਨੇ 3 ਤੋਂ 5 ਤੱਕ ਵੀਰਵਾਰ ਦੇ ਵੀਰਵਾਰ ਅਚਾਨਕ ਮੈਨੂੰ ਖਿਆਲ ਆਇਆ ਠੀਕ ਤੇ ਹੈ ਦੋ ਦਿਨਾਂ ਤੋਂ ਅਸੀਂ ਇੱਥੇ ਕਿਸੇ ਹੋਰ ਬੰਦੇ ਦੀ ਸ਼ਕਲ ਨਹੀਂ ਵੇਖੀ ਹੋਰ ਵੀ ਤੇ ਮਰੀਜ਼ ਹਨ ਇੱਥੇ ਉਹਨਾਂ ਦੇ ਵੀ ਰਿਸ਼ਤੇਦਾਰ ਦੋਸਤ ਪਿਆਰ ਕਰਨ ਵਾਲੇ ਹੋਣਗੇ ਕੋਈ ਕਿਸੇ ਨੂੰ ਮਿਲਣ ਕਿਉਂ ਨਹੀਂ ਆਉਂਦਾ ਇਹ ਇੱਕ ਈਜੀਬ ਦਸਤੂਰ ਹੈ ਪਰ ਕਿਉਂ ਲੋਕਾਂ ਕੋਲ ਵਕਤ ਕਿੱਥੇ ਵੇ ਇੱਥੇ ਤੇ ਕੋਈ ਮਰ ਵੀ ਜਾਵੇ ਤਾਂ ਲੋਕੀ ਕਈ ਕਈ ਦਿਨ ਮਰਦਾ ਘਰਾਂ ਵਿੱਚ ਰੱਖ ਛੱਡਦੇ ਨੇ ਜਦੋਂ ਕਦੇ ਛੁੱਟੀ ਹੁੰਦੀ ਹੈ ਜਾ ਕੇ ਦਫਨਾ ਦੇਂਦੇ ਨੇ ਮੈਂ ਕੰਬ ਗਈ ਨਾ ਮਰਨ ਦੀਆਂ ਗੱਲਾਂ ਨਾ ਕਰ ਤੇ ਮੇਰੀਆਂ ਭੁੱਬਾਂ ਨਿਕਲ ਗਈਆਂ ਕੱਜਨ ਨੇ ਬਾਹ ਮੇਰੇ ਮੋਢਿਆਂ ਦਿਵਾਲੇ ਵਲਾ ਲਈ ਅਸੀਂ ਬੈਠੇ ਰਹੇ ਹੋਰ ਜਾਣਾ ਵੀ ਕਿੱਥੇ ਸੀ ਕੋਈ 12:00 ਵਜੇ ਦਰਵਾਜ਼ਾ ਖੁੱਲ੍ਹਿਆ ਕੈਂਡੀ ਦੀ ਉਰਲੀ ਅੱਖ ਵਿੱਚੋਂ ਇੱਕ ਅਥਰੂ ਵਗ ਕੇ ਪੁੜਪੁੜੀ ਵੱਲ ਆਇਆ ਹੋਇਆ ਸੀ ਕਿਉਂ ਮੇਰੇ ਬੱਚੇ ਕੀ ਗੱਲ ਏ ਮੈਂ ਬਿਲਕੁਲ ਕਬਰ ਆ ਗਈ ਮੈਨੂੰ ਪਾਣੀ ਨਹੀਂ ਦਿੰਦੀ ਏ ਨਰਸ ਪਿਆਸ ਨਾਲ ਮੇਰੇ ਬੁੱਲ ਸੁੱਕੀ ਜਾਂਦੇ ਨੇ ਪਾਣੀ ਨਹੀਂ ਦਿੰਦੀ ਬੱਚਿਆਂ ਵਾਂਗ ਉਹ ਮੈਨੂੰ ਸ਼ਿਕਾਇਤ ਲਗਾ ਰਹੀ ਸੀ ਗੱਲ ਕਰਦਿਆਂ ਇੱਕ ਹੋਰ ਅਥਰੂ ਵਗਾ ਆ ਮੇਰਾ ਕਲੇਜਾ ਬਲੁੰਦ ਰਿਆ ਗਿਆ ਕੱਜਨ ਕੀ ਕਰੀਏ ਕਿਸ ਨੂੰ ਆਖੀਏ ਇਨੂੰ ਪਾਣੀ ਕਿਉਂ ਨਹੀਂ ਦਿੰਦੇ? ਬੇਟਾ ਤੂੰ ਨਰਸ ਨੂੰ ਕਿਉਂ ਨਹੀਂ ਕਹਿੰਦੀ? ਇਹ ਨਰਸ ਬੜੀ ਭੈੜੀ ਹੈ। ਕਹਿੰਦੀ ਹੈ ਮੈਂ ਹੋਰ ਵੀ ਤੇ ਵੀ ਮਰੀਜ਼ਾਂ ਦਾ ਖਿਆਲ ਰੱਖਣਾ ਹੈ। ਤੇ ਨਾਲੇ ਸਵੇਰੇ ਕਹਿੰਦੀ ਸੀ, ਯੂ ਬਲੈਕ ਪੀਪਲ ਕੈਂਡੀ ਦੀ ਆਵਾਜ਼ ਬਹੁਤ ਸਾਰੇ ਰੋਣ ਨਾਲ ਭਿੱਜੀ ਜਾਪਦੀ ਸੀ। ਰੋਣ ਨੂੰ ਉਹ ਵੀ ਮੇਰੇ ਕੋਲੋਂ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮੈਂ ਉਹਦੇ ਕੋਲੋਂ ਪਰ ਉਹਦੀ ਖੱਬੀ ਪੁਰਪੁੜੀ ਤੇ ਜਿਹੜਾ ਇੱਕ ਅਥਰੂ ਵਗ ਰਿਹਾ ਸੀ, ਉਹ ਮੇਰੇ ਕਲੇਜੇ ਵਿੱਚ ਖੁਰਚ ਕੇ ਇੱਕ ਲਕੀਰ ਵਾਰ ਰਿਹਾ ਸੀ। ਮੈਨੂੰ ਨਹੀਂ ਸੀ ਪਤਾ ਜਦੋਂ ਤੱਕ ਜੀਵਾਂਗੀ ਇਹ ਖੁਰਚੀ ਹੋਈ ਲਕੀਰ ਟੀਸਿਆ ਕਰੇਗੀ ਉਸ ਅਥਰੂ ਨੂੰ ਨਾ ਉਹ ਆਪ ਪੁੱਛ ਸਕਦੀ ਸੀ ਨਾ ਮੈਂ ਨਾ ਕੱਜਨ ਮੈਨੂੰ ਜੂਸ ਲਿਆ ਦਿਓ ਨਾਲੇ ਚੈਰੀਜ਼ ਕਿਹੜਾ ਜੂਸ ਬਹੁਤ ਸਾਰੇ ਜੂਸ ਐਪਲ ਤੇ ਪਾਈਨੈਪਲ ਤੇ ਆਰੈਂਜ ਨਰਸ ਨੇ ਸਾਨੂੰ ਬਾਹਰ ਜਾਣ ਲਈ ਆਖਿਆ ਇਸ਼ਾਰੇ ਨਾਲ ਸ਼ੀਸ਼ੇ ਦੀ ਦੀਵਾਰ ਦੇ ਉਸ ਪਾਸੇ ਅਸੀਂ ਬਾਜ਼ਾਰ ਗਏ 6 ਬੋਤਲਾਂ ਜੂਸ ਦੀਆਂ ਖਰੀਦੀਆਂ ਪਰ ਚੈਰੀਜ਼ ਨਹੀਂ ਮਿਲੀਆਂ ਮੈਨੂੰ ਲੱਗ ਰਿਹਾ ਸੀ ਸਾਰਾ ਲਿਓ ਸ਼ਹਿਰ ਉੱਜੜ ਗਿਆ ਏ ਕਿਉਂਕਿ ਸਾਰੇ ਸ਼ਹਿਰ ਵਿੱਚ ਮੇਰੀ ਧੀ ਦੀ ਫਰਮਾਇਸ਼ ਦੀਆਂ ਚੈਰੀਜ਼ ਨਹੀਂ ਸਨ ਮੈਨੂੰ ਉਸ ਵੇਲੇ ਪਤਾ ਨਹੀਂ ਸੀ ਕਿ ਉਸ ਦਿਨ ਤੋਂ ਪਿੱਛੋਂ ਮੇਰੇ ਲਈ ਕਸ਼ਮੀਰ ਦੇ ਸਾਰੇ ਚੈਰੀਆਂ ਦੇ ਬਾਗ ਉੱਜੜ ਜਾਣਗੇ ਤੇ ਜਦੋਂ ਵੀ ਕਿਧਰੇ ਕਦੇ ਮੈਂ ਚੈਰੀਆਂ ਵੇਖਾਂਗੀ ਮੇਰਾ ਜੀ ਕਰੇਗਾ ਉਹਨਾਂ ਦੇ ਬਾਗਾਂ ਨੂੰ ਅੱਗ ਲਾ ਦਿਆਂ ਜੂਸ ਦੀਆਂ ਬੋਤਲਾਂ ਤੇ ਕੁਝ ਫਲ ਲਿਆ ਕੇ ਨਰਸ ਨੂੰ ਦੇ ਦਿੱਤੇ ਉਸੇ ਬਾਰੀ ਵਿੱਚੋਂ 3 ਵਜ ਗਏ ਲੋਕੀ ਹੱਥ ਵਿੱਚ ਪੈਕੇਟ ਫੜੀ ਆਉਣੇ ਸ਼ੁਰੂ ਹੋ ਗਏ ਦਰਵਾਜ਼ਾ ਖੁੱਲ ਗਿਆ ਮੈਂ ਅੰਦਰ ਗਈ ਕਜਨ ਵੀ ਕੈਂਡੀ ਰੋ ਰਹੀ ਸੀ ਜੂਸ ਨਹੀਂ ਲਿਆਂਦਾ ਤੁਸੀਂ ਮੈਨੂੰ ਬੜੀ ਪਿਆਸ ਲੱਗੀ ਐ ਜੂਸ ਤੇ ਅਸੀਂ ਉਸੇ ਵੇਲੇ ਲਿਆ ਕੇ ਨਰਸ ਨੂੰ ਦੇ ਗਏ ਸਾਂ ਮੈਨੂੰ ਤੇ ਕਿਸੇ ਨੇ ਨਹੀਂ ਦਿੱਤਾ ਪਰ ਕਿਉਂ ਪਤਾ ਨਹੀਂ ਸਵੇਰੇ ਜਿਹੜਾ ਡਾਕਟਰ ਆਉਂਦਾ ਹੈ ਕਹਿੰਦਾ ਇਹ ਪਾਣੀ ਨਹੀਂ ਪੀਣਾ ਰਾਤ ਵਾਲਾ ਕਹਿੰਦਾ ਏ ਪੀ ਪਰ ਮੈਨੂੰ ਪਿਆਸ ਤੇ ਹੁਣ ਲੱਗੀ ਹੋਈ ਏ ਉਹਦੇ ਹੋਠ ਪਿਆਸ ਨਾਲ ਸੁੱਕ ਕੇ ਸਫੈਦ ਹੋ ਰਹੇ ਸਨ ਲਾਲ ਸੁਰਖ ਬੁੱਲੀਆਂ ਮੈਨੂੰ ਚੁੰਮੀਆਂ ਦੇਣ ਵਾਲੀਆਂ ਰਤਾ ਕੁ ਟੇਡੀਆਂ ਹੋ ਕੇ ਮੁਸਕਰਾਉਣ ਵਾਲੀਆਂ ਉਦਾਸੀ ਵਿੱਚ ਸਿਗਰਟ ਤੇ ਧੂਏ ਦਾ ਘੁੱਟ ਭਰਨ ਵਾਲੀਆਂ ਗਾਉਣ ਵਾਲੀਆਂ ਕਥਕ ਨੱਚਦਿਆਂ ਸ਼ੋਖ ਅਦਾ ਨਾਲ ਹੱਸੂ ਹੱਸੂ ਕਰਨ ਵਾਲੀਆਂ ਇੰਨੀਆਂ ਸਿਆਣੀਆਂ ਗੱਲਾਂ ਕਰਨ ਵਾਲੀਆਂ ਪਿਆਸ ਨਾਲ ਸੁੱਕ ਕੇ ਸਫੈਦ ਹੋ ਰਹੀਆਂ ਸਨ ਕਜਨ ਭੱਜਾ ਗਿਆ ਇੱਕ ਵਾਰੀ ਵਿੱਚ ਉਹ ਨਰਸ ਸਭ ਮਰੀਜ਼ਾਂ ਲਈ ਉਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਪੈਕੇਟ ਫੜ ਕੇ ਅੰਦਰ ਰੱਖ ਰਹੀ ਸੀ। ਉਹਨੂੰ ਜਾ ਕੇ ਕੱਜਨ ਨੇ ਕਿਹਾ, "ਉਹ ਛਟਪਟ ਅੰਦਰ ਗਈ। ਜੂਸ ਫੀਡਿੰਗ ਕੱਪ ਵਿੱਚ ਪਾ ਕੇ ਕੈਂਡੀ ਨੂੰ ਭਿਆਣ ਲੱਗ ਪਈ। ਨਾਲ ਦੂਜੇ ਹੱਥ ਨਾਲ ਉਹਦਾ ਸਿਰ ਪਲੋਸ ਰਹੀ ਸੀ। ਫਿਰ ਉਹ ਬਾਰੀਵਾਲ ਆਈ। ਕੱਜਨ ਨਾਲ ਗੱਲਾਂ ਕਰਨ ਲੱਗੀ। ਕੱਜਨ ਨੇ ਕਿਹਾ, "ਇਹ ਕਹਿੰਦੀ ਏ ਇਹਦੀ ਆਪਣੀ ਧੀ ਜਵਾਨੀ ਵਿੱਚ ਮਰ ਗਈ ਸੀ। ਇਸ ਕਰਕੇ ਇਹਨੂੰ ਪਤਾ ਏ ਤੁਹਾਡੇ ਮਨ ਦੀ ਪੀੜ ਦਾ।" ਮੈਂ ਰੋ ਰਹੀ ਸਾਂ, ਉਹ ਵੀ ਰੋ ਰਹੀ ਸੀ। ਮੈਂ ਵਾਪਸ ਕੈਂਡੀ ਕੋਲ ਆਈ ਜੂਸ ਪੀ ਕੇ ਵੀ ਉਹ ਨਡਾਲ ਜਾਪ ਰਹੀ ਸੀ ਬਹੁਤ ਘਬराई ਹੋਈ ਮੈਂ ਟੈਲੀਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਆਵਾਜ਼ ਰੁੱਕ ਰੁੱਕ ਕੇ ਆ ਰਹੀ ਸੀ ਬਸ ਇੰਨਾ ਹੀ ਕਿਹਾ ਕਿ ਮੈਂ ਤੁਹਾਡੇ ਵਾਸਤੇ ਤੇ ਡੋਲੀ ਵਾਸਤੇ ਦੋ ਕੋਟ ਖਰੀਦੇ ਸਨ ਮੇਰੇ ਟਰੰਕ ਵਿੱਚ ਪਏ ਨੇ ਜਿਸ ਤਰ੍ਹਾਂ ਸੁਨੇਹਾ ਦੇ ਰਹੀ ਹੋਵੇ ਹੁਣ ਨਹੀਂ ਸੀ ਆਪਣੇ ਆਪ ਨੂੰ ਰੋਕਿਆ ਜਾ ਰਿਹਾ ਮੈਂ ਉਹਦੇ ਸਾਹਮਣੇ ਹੀ ਰੋ ਰਹੀ ਸਾਂ ਤੂੰ ਰਾਜ਼ੀ ਹੋ ਕੇ ਮੈਨੂੰ ਆਪਣੇ ਹੱਥੀਂ ਦੇਵੀ ਮੈਂ ਸਾਰੀ ਉਮਰ ਉਹੀ ਕੋਟ ਪਾਈ ਰੱਖਾਂਗੀ ਕੈਂਡਲੂ ਅਸੀਂ ਰਲ ਕੇ ਪਾਇਆ ਕਰਾਂਗੀਆਂ ਵਾਰੀ ਵਾਰੀ ਮੇਰੇ ਬੱਚੇ ਤੂੰ ਠੀਕ ਹੋ ਜਾ ਪਲੀਜ਼ ਮੇਰੇ ਹਟਕੋਰੇ ਪਤਾ ਨਹੀਂ ਉਹਨੂੰ ਪੂਰੀ ਗੱਲ ਸੁਣਨ ਦੇ ਰਹੇ ਸਨ ਜਾਂ ਨਹੀਂ ਉਹ ਮੇਰੇ ਕੋਲ ਸੀ ਮੇਰੀ लाड़ਲੀ ਧੀ ਨੂੰ 20 ਵਰੇ ਮੈਂ ਪੋਟਾ ਪੋਟਾ ਕਰਕੇ ਮਿਹਨਤਾ ਮਜ਼ਦੂਰੀਆਂ ਕਰਕੇ ਪਾਲਿਆ ਸੀ ਤੇ ਉਹ ਮੇਰੇ ਸਾਹਮਣੇ ਮੇਰੇ ਹੱਥਾਂ ਵਿੱਚੋਂ ਜਿਵੇਂ ਤਿਲਕਦੀ ਜਾ ਰਹੀ ਸੀ ਪਰ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਅਜੇ ਵੀ ਨਹੀਂ ਮੈਂ ਕੋਲ ਹਾਂ ਨਾ ਇਹਨੂੰ ਕੁਝ ਨਹੀਂ ਹੋ ਸਕਦਾ ਕੋਈ ਵੀ ਰੱਬ ਮੇਰੇ ਨਾਲ ਐਡਾ ਵੱਡਾ ਜ਼ੁਲਮ ਨਹੀਂ ਕਰ ਸਕਦਾ ਤੇ ਫਿਰ ਉਹ ਕਹਿਣ ਲੱਗੀ ਬਸ ਮੈਂ ਥੱਕ ਗਈ ਆ ਤੇ ਉਹਨੇ ਅੱਖਾਂ ਮੀਟ ਲਈਆਂ ਰੋਂਦੀ ਰੋਂਦੀ ਮੈਂ ਪੁੰਜੇ ਹੀ ਬਹਿ ਗਈ ਉਸੇ ਬਰਾਂਡੇ ਵਿੱਚ ਅਚਾਨਕ ਸੁਖਮਨੀ ਸਾਹਿਬ ਦਾ ਖਿਆਲ ਆਇਆ ਮੈਂ ਕਿਹਾ ਕੈਂਡਲੂ ਮੈਂ ਤੈਨੂੰ ਪਾਠ ਸੁਣਾਉਣੀ ਆ ਤੂੰ ਚੁੱਪਚਾਪ ਸੁਣ ਹੈ ਤੇ ਮੈਂ ਪਾਠ ਕਰਨ ਲੱਗ ਪਈ ਰিসিਵਰ ਵਿੱਚ ਜਹਿmaat ਪਿਤਾ ਸੁਤਮੀਤ ਨਾ ਪਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ 5 ਕੁ ਮਿੰਟ ਜਿੰਨਾ ਕੋ ਮੇਰੇ ਅਥਰੂਆਂ ਨੇ ਇਜਾਜ਼ਤ ਦਿੱਤੀ ਮੈਂ ਪਾਠ ਕਰਦੀ ਰਹੀ ਫਿਰ ਦੂਜੇ ਪਾਸੇੋਂ ਬਹੁਤ ਬਹੁਤ ਕਮਜ਼ੋਰ ਆਵਾਜ਼ ਆਈ ਬਸ ਹੋਰ ਨਹੀਂ ਸੁਣਿਆ ਜਾਂਦਾ ਅੰਮੀ ਤੇ ਉਹਨੇ ਰਤਾ ਨੂੰ ਅੱਖ ਖੋਲ ਕੇ ਮੇਰੇ ਵੱਲ ਤੱਕਿਆ ਸੁੱਤੇ ਕਮਲ ਫੁੱਲ ਵਰਗੀਆਂ ਅੱਖਾਂ ਤੇ ਫਿਰ ਅੱਖਾਂ ਬੰਦ ਕਰ ਲਈਆਂ ਮੈਂ ਕਜਨ ਦੇ ਮੋਢਿਆਂ ਤੇ ਇੱਕ ਸੀਟ ਦੀ ਹੋਸਟਲ ਆਈ ਇੱਕ ਕਾਲ ਦਿੱਲੀ ਬੁੱਕ ਕੀਤੀ ਅਰਪਣਾ ਨੂੰ ਇੱਕ ਆਪਣੇ ਭਰਾ ਨੂੰ ਇਹ ਕਹਿਣ ਲਈ ਕਿ ਸਾਰੀ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਤੇਰੇ ਵਾਕਫ ਨੇ ਡਾਕਟਰ ਮੇਰੀ ਧੀ ਨੂੰ ਬਚਾ ਲੈ ਨਹੀਂ ਤੇ ਤੇਰੀ ਡਾਕਟਰੀ ਕਿਸ ਕੰਮ ਆਏਗੀ ਇੱਕ ਕਾਲ ਪੈरिस ਅੰਬੈਸੀ ਨੂੰ ਬੁੱਕ ਕੀਤੀ ਇੱਕ ਤਾਰ ਦਿਲਾਵਰੀ ਨੂੰ ਦਿੱਤੀ ਪਲੀਜ਼ ਸੇਵ ਹਰ ਪਲੀਜ਼ ਆਸਕ ધ ਡਾਕਟਰ ਇਨਚਾਰਜ ਟੂ ਟੇਕ ਸਪੈਸ਼ਲ ਕੇਅਰ ਆਫ ਹਰ ਪਲੀਜ਼ ਸੇਵ ਮਾਈ ਚਾਈਲਡ ਅਰਪਨਾ ਬੰਗਲਾ ਸਾਹਿਬ ਜਾ ਕੇ ਅਖੰਡ ਪਾਠ ਰਖਵਾ ਦੇ ਕਹਿੰਦੇ ਨੇ ਜਦੋਂ ਤੱਕ ਅਖੰਡ ਪਾਠ ਹੁੰਦਾ ਰਹੇ ਕੋਈ ਖਤਰਾ ਨਹੀਂ ਹੁੰਦਾ ਟੈਲੀਫੋਨ ਤੇ ਮੈਂ ਚੀਖ ਰਹੀ ਸਾਂ ਰੋ ਰਹੀ ਸਾਂ ਤਰਲੇ ਕਰ ਰਹੀ ਸਾਂ ਕੁਈ ਰਾਤੀ 9:00 ਵਜੇ ਦਿਲਾਵਰੀ ਸਾਹਿਬ ਦਾ ਫੋਨ ਆਇਆ ਪੈਰਿਸ ਤੋਂ ਮੈਂ ਵੱਡੇ ਡਾਕਟਰ ਨਾਲ ਗੱਲ ਕੀਤੀ ਏ ਉਹ ਕਹਿੰਦਾ ਆ ਕੇ ਮਿਲ ਲੈਣ ਮਿਲ ਲੈਣ ਦਾ ਮਤਲਬ ਕੋਈ ਖਤਰਾ ਏ ਭੈਣ ਜੀ ਤੁਸੀਂ ਵਾਹਿਗੁਰੂ ਵਾਹਿਗੁਰੂ ਆਖੋ ਅਰਦਾਸ ਕਰੋ ਉਹਨੂੰ ਹੀ ਪਤਾ ਏ ਕਿ ਬੱਚੀ ਦੀ ਭਲਾਈ ਕਾਦੇ ਵਿੱਚ ਏ ਤੁਸੀਂ ਵੀ ਅਰਦਾਸ ਕਰੋ ਕਿ ਉਹ ਠੀਕ ਹੋ ਜਾਵੇ ਕੱਜਨ ਤੇ ਮੈਂ ਵਾਪਸ ਹਸਪਤਾਲ ਗਏ ਡਾਕਟਰ ਬਹੁਤ ਗੁੱਸੇ ਸੀ ਵੱਡਾ ਡਾਕਟਰ ਉਹ ਨੂੰ ਮੈਂ ਅੱਜ ਪਹਿਲੀ ਵਾਰੀ ਵੇਖਿਆ ਸੀ ਕਹਿਣ ਲੱਗਾ ਮੈਂ ਆਪਣੀ ਮਾਂ ਦੇ ਘਰ ਰੋਟੀ ਖਾਂਦਾ ਪਿਆ ਸੀ ਤੇ ਫੋਨ ਆਈ ਏ ਮੈਂ ਕਿਸੇ ਐਮਬੈਸੀ ਐਮਬੈਸੀ ਦੀ ਪਰਵਾਹ ਨਹੀਂ ਕਰਦਾ ਕੌਣ ਹੁੰਦੇ ਨੇ ਉਹ ਮੈਨੂੰ ਇਸ ਵੇਲੇ ਤੰਗ ਕਰਨ ਵਾਲੇ ਉਹ ਮਰ ਰਹੀ ਏ ਤੇ ਮੈਂ ਕੀ ਕਰ ਸਕਣਾ ਅਚਾਨਕ ਉਹਨੇ ਦਰਵਾਜ਼ੇ ਦਾ ਹੇਠਲਾ ਹਿੱਸਾ ਵੀ ਖੋਲ ਦਿੱਤਾ ਤੇ ਗੁੱਸੇ ਨਾਲ ਕਿਹਾ ਕਿ ਆ ਜਾਓ ਅੰਦਰ ਫਿਰ ਪਤਾ ਨਹੀਂ ਕੀ ਹੋਇਆ ਕਿਸ ਤਰ੍ਹਾਂ ਹੋਇਆ ਮੈਂ ਉਹਦੇ ਪੈਰ ਫੜ ਲਏ ਅਗਲੇ ਪਲ ਮੇਰਾ ਮੱਥਾ ਉਹਦੇ ਬੂਟਾਂ ਤੇ ਸੀ ਪਲੀਜ਼ ਡੋਨਟ ਫੀਲ ਅਨੌਇਡ ਪਲੀਜ਼ ਸੇਵ ਮਾਈ ਚਾਈਲਡ ਪਲੀਜ਼ ਡਾਕਟਰ ਮੈਂ ਉਹਦੇ ਕੋਲੋਂ ਭਿਖਿਆ ਮੰਗ ਰਹੀ ਸੀ ਉਹ ਗੁੱਸੇ ਨਾਲ ਬੁੱਲੀ ਜਾ ਰਿਹਾ ਸੀ ਕਜਨ ਨੇ ਕਿਹਾ ਕਿ ਡਾਕਟਰ ਕਹਿ ਰਿਹਾ ਹੈ ਕਿ ਉਸ ਨੂੰ ਤਾਂ ਰੱਬ ਵੀ ਨਹੀਂ ਬਚਾ ਸਕਦਾ 3 ਡਿਗਰੀ ਦੇ ਬਰਨ ਨੇ ਸਾਰਾ ਪਿੰਡਾ ਸੜਿਆ ਪਿਆ ਏ ਇੱਕ ਮੂੰਹ ਨਹੀਂ ਨਾ ਸੜਿਆ ਇਸ ਕਰਕੇ ਤੁਹਾਨੂੰ ਸਮਝ ਨਹੀਂ ਆ ਰਹੀ ਨਾਲੇ ਉਹ ਤੁਹਾਡੇ ਨਾਲ ਪਤਾ ਨਹੀਂ ਕਿਸ ਤਰ੍ਹਾਂ ਗੱਲਾਂ ਕਰ ਲੈਂਦੀ ਏ ਮੈਂ ਤੇ ਇਹੀ ਹੈਰਾਨ ਆ ਕਿ ਇਹਨੇ ਦਿਨ ਕਿਸ ਤਰ੍ਹਾਂ ਕੱਢ ਗਈ ਏ ਇਟਸ ਅ ਸ਼ੀਅਰ ਮਿਰਕਲ ਮੇਰੀ ਧੀ ਮਿਰਕਲ ਕਰ ਰਹੀ ਸੀ ਆਪਣੀ ਵਿਲ ਪਾਵਰ ਨਾਲ ਮਾਂ ਨੂੰ ਦੁਖੀ ਨਹੀਂ ਨਾ ਕਰਨਾ ਇਸ ਲਈ ਮਾਦੀ ਦੋਸਤ ਹੈ ਨਾ ਇਸ ਲਈ ਕੱਜਨ ਕਹਿਣ ਲੱਗਾ ਇਹ ਕਹਿੰਦਾ ਹੈ ਅੰਦਰੋਂ ਡਿਸਇਨਫੈਕਟ ਕੀਤੇ ਹੋਏ ਕੱਪੜੇ ਪਾ ਲਵੋ ਤੇ ਅੰਦਰ ਜਾ ਕੇ ਇਹਨੂੰ ਮਿਲ ਲਵੋ ਨਹੀਂ ਕੱਜਨ ਜੇ ਇਹਨੇ ਮਗਰੋਂ ਇਹਦਾ ਬਹਾਨਾ ਲਾਣਾ ਹੈ ਕਿ ਤੁਸੀਂ ਅੰਦਰ ਗਏ ਤਾਂ ਕੇਸ ਖਰਾਬ ਹੋ ਗਿਆ ਹੈ ਤਾਂ ਨਹੀਂ ਜਾਂਦੇ ਮੈਂ ਡਰ ਰਹੀ ਸਾਂ ਬੱਚਿਆਂ ਵਾਂਗੂ ਰੋ ਰਹੀ ਸਾਂ ਡਾਕਟਰ ਦੇ ਅੱਗੇ ਹੱਥ ਬੰਨ੍ਹ ਕੇ ਖੜੀ ਸਾਂ ਡਾਕਟਰ ਨੇ ਇੱਕ ਕਮੀਜ਼ ਤੇ ਇੱਕ ਪਜਾਮਾ ਲਿਆ ਕੇ ਮੇਰੇ ਹੱਥ ਫੜਾ ਦਿੱਤਾ ਤੇ ਮੇਰੀ ਬਾਹ ਫੜ ਕੇ ਮੈਨੂੰ ਇੱਕ ਛੋਟੇ ਜਿਹੇ ਕਮਰੇ ਵਿੱਚ ਧਕੇਲ ਦਿੱਤਾ ਮੈਂ ਕੰਬਦੇ ਹੱਥਾਂ ਨਾਲ ਉਹ ਕੱਪੜੇ ਪਾਏ ਬਾਹਰ ਆਈ ਤਾਂ ਉਹ ਗੁੱਸੇ ਨਾਲ ਮੇਰੀ ਬਾਹ ਫੜ ਕੇ ਮੈਨੂੰ ਕਮਰੇ ਵੱਲ ਲੈ ਤੁਰਿਆ ਮੇਰੀ ਧੀ ਦੀ ਮੰਜੀ ਕੋਲ ਗਲੂਕੋਜ਼ ਖੂਨ ਆਕਸੀਜਨ ਤੇ ਹੋਰ ਪਤਾ ਨਹੀਂ ਕੀ ਕੀ ਪਿਆ ਸੀ ਮੈਂ ਝੁੱਕ ਕੇ ਉਹਦਾ ਮੂੰਹ ਚੁੰਮਿਆ ਮੱਥਾ ਚੁੰਮਿਆ ਉਹਨੇ ਅੱਖਾਂ ਖੋਲੀਆਂ ਖੁਸ਼ਕ ਹੋਠਾਂ ਨਾਲ ਪਤਾ ਨਹੀਂ ਕੀ ਕਿਹਾ ਸਮਝ ਨਹੀਂ ਆਇਆ ਉਹਦੇ ਉਹ ਬੋਲ ਜਿਹੜੇ ਉਸ ਕੜੀ ਮੈਨੂੰ ਸਮਝ ਨਹੀਂ ਸਨ ਆਏ ਉਹ ਸੁਣਨ ਲਈ ਮੈਂ ਆਪਣੀ ਬਾਕੀ ਦੀ ਜ਼ਿੰਦਗੀ 10 ਵਾਰੀ ਕੁਰਬਾਨ ਕਰ ਸਕਦੀ ਆਂ ਪਰ ਕੋਈ ਸੌਦਾ ਕਰਨ ਵਾਸਤੇ ਤਿਆਰ ਹੀ ਨਹੀਂ ਕੀ ਮੇਰੇ ਬੱਚੇ ਮੈਂ ਉਹਨੂੰ ਫੇਰ ਚੁੰਮਿਆ ਇਹ ਜ਼ਿੰਦਗੀ ਵਿੱਚ ਪਹਿਲੀ ਵਾਰੀ ਸੀ ਕਿ ਮੈਂ ਉਹਦੇ ਕੋਲ ਸਾਂ ਤੇ ਉਹਨੇ ਮੈਨੂੰ ਧਾ ਕੇ ਗਲਵਕੜੀ ਨਹੀਂ ਸੀ ਪਾਈ ਤਰਸ ਕੇ ਮੇਰੇ ਗਲ ਨਹੀਂ ਸੀ ਲੱਗੀ ਬਿਲਕੁਲ ਬੇਬਸ ਬੇਸਹਾਰਾ ਉਹ ਉੱਥੇ ਲੇਟੀ ਸੀ ਅਚਾਨਕ ਉਸ ਡਾਕਟਰ ਨੇ ਉਹ ਪਿੰਜਰਾ ਜਿਹਾ ਚੁੱਕ ਦਿੱਤਾ ਜਿਹਦੇ ਉੱਤੇ ਚਾਦਰ ਪਾ ਕੇ ਉਹਨਾ ਉਹਨੂੰ ਕੱਜਿਆ ਹੋਇਆ ਸੀ ਸੜੇ ਹੋਏ ਮਾਸ ਦੀ ਤੇਜ਼ ਹੁਆਕ ਗਲੇ ਤੋਂ ਪੈਰਾਂ ਤੱਕ ਅੱਲੂ ਵਾਂਗ ਪੁੱਜੀ ਹੋਈ ਜੇ ਕੋਈ ਵੀ ਉਸ ਵੇਲੇ ਮੈਨੂੰ ਉਹਦੇ ਨਾਲ ਵਟਾ ਲੈਂਦਾ ਉਹਦਾ ਕਰਜ਼ਾ ਮੈਂ 10 ਜਨਮ ਲਾਂਦੀ ਰਹਿੰਦੀ ਹੁਣ ਪੁੱਜਣ ਦੀ ਵਾਰੀ ਮੇਰੀ ਸੀ ਤੇ ਅੱਜ ਤੱਕ ਪੁੱਜ ਰਹੀ ਹਾਂ ਨੰਗੇ ਮਗਦੇ ਅੰਗਿਆਰਾ ਉੱਤੇ ਬਸ ਚੱਲੋ ਹੁਣ ਬਾਹਰ ਡਾਕਟਰ ਦਾ ਹੁਕਮ ਸੀ ਚੁੱਪਚਾਪ ਹਟਕੋਰੀਆਂ ਨਾਲ ਕੰਬਦੇ ਅਸੀਂ ਦੋਵੇਂ ਬਾਹਰ ਨਿਕਲ ਆਏ ਡਾਕਟਰ ਕਹਿਣ ਲੱਗਾ ਮੈਂ ਇਸ ਕਰਕੇ ਤੈਨੂੰ ਅੰਦਰ ਨਹੀਂ ਸਾਂ ਲਿਆਉਣਾ ਚਾਹੁੰਦਾ ਕਿ ਹੁਣ ਸਾਰੀ ਉਮਰ ਇਹ ਹਵਾਕ ਤੇਰੇ ਦਿਮਾਗ ਵਿੱਚੋਂ ਨਹੀਂ ਨਿਕਲੇਗੀ ਇਸੇ ਕਰਕੇ ਮੈਂ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੰਦਾ ਇਸ ਹਵਾਕ ਨੂੰ ਚੱਲਣ ਲਈ ਸਾਨੂੰ ਸਾਲਾਂ ਦੇ ਸਾਲ ਟ੍ਰੇਨਿੰਗ ਲੈਣੀ ਪੈਂਦੀ ਹੈ ਵਿਲ ਯੂ ਸੇਵ ਹਰ ਡਾਕਟਰ ਮੈਂ ਉਹਦੇ ਤਰਲੇ ਕਰ ਰਹੀ ਸਾਂ ਉਹ ਬਾਹਰ ਨਿਕਲ ਗਿਆ ਅਸੀਂ ਵੀ ਬਾਹਰ ਨਿਕਲੇ ਦਰਵਾਜ਼ਾ ਬੰਦ ਕਰਨ ਵਾਲਾ ਉੱਥੇ ਕੋਈ ਨਹੀਂ ਸੀ ਉਸ ਸ਼ੀਸ਼ਿਆਂ ਵਾਲੀ ਗੈਲਰੀ ਦਾ ਦਰਵਾਜ਼ਾ ਵੀ ਖੁੱਲਾ ਸੀ ਮੈਂ ਕੱਜਨ ਨੂੰ ਕਿਹਾ ਚੁੱਪ-ਚਾਪ ਚੋਰੀ-ਚੋਰੀ ਅਸੀਂ ਇਸ ਗੈਲਰੀ ਵਿੱਚ ਵੜ ਜਾਂਦੇ ਆ ਇੱਥੇ ਕੋਈ ਨਹੀਂ ਮੈਂ ਚੁੱਪ-ਚਾਪ ਉਸ ਸ਼ੀਸ਼ੇ ਕੋਲ ਜਾ ਕੇ ਬਹਿ ਜਾਵਾਂਗੀ ਆਪਣੀ ਧੀ ਕੋਲ ਕੋਈ ਨਾਰਾਜ਼ ਨਾ ਹੋਵੇ ਨਾਰਾਜ਼ੇ ਹੋ ਵੀ ਗਿਆ ਤਾਂ ਹੁਣ ਕੀ ਹੋ ਜਾਏਗਾ ਤੇ ਅਸੀਂ ਚੁੱਪ-ਚਾਪ ਜਾ ਕੇ ਉਸ ਸ਼ੀਸ਼ੇ ਕੋਲ ਖੜੋ ਗਏ ਕੱਜਨ ਬਾਰੋਂ ਇੱਕ ਸਟੂਲ ਤੇ ਇੱਕ ਕੁਰਸੀ ਲੈ ਆਇਆ ਰਾਤ ਭਰ ਅਸੀਂ ਉੱਥੇ ਬੈਠੇ ਰਹੇ ਤੇ ਵੇਖਦੇ ਰਹੇ ਕਿ ਬੇਬਸੀ ਕੀ ਹੁੰਦੀ ਹੈ ਕਿ ਕੋਈ ਰੇਤ ਦੀ ਮੁੱਠ ਵਾਂਗੂ ਕਿਸ ਤਰ੍ਹਾਂ ਮੀਟੀਆਂ ਉਂਗਲਾਂ ਵਿੱਚੋਂ ਕਿਰਦਾ ਜਾਂਦਾ ਹੈ ਪਲੋਪਲ ਕਿ ਜਿਸ ਨੂੰ ਬੇਅੰਤ ਹਿਆਰ ਕਰੀਏ ਉਹ ਕਿਸ ਤਰ੍ਹਾਂ ਕੋਲੋਂ ਇੱਕ ਇੱਕ ਕਦਮ ਪਰਾਂ ਤੁਰਦਾ ਜਾਂਦਾ ਏ ਤੇ ਤੁਸੀਂ ਉੱਥੇ ਹੀ ਖੜੋਤੇ ਰਹਿ ਜਾਂਦੇ ਹੋ ਤੇ ਫਿਰ ਵੀ ਜ਼ਿੰਦਾ ਰਹਿੰਦੇ ਹੋ ਬੜੀ ਬੇਸ਼ਰਮੀ ਤੇ ਨਿਹਾਇਤ ਢੀਠ ਪਣੇ ਨਾਲ ਜ਼ਿੰਦਾ ਉਹ ਬੇਹੋਸ਼ ਸੀ ਸ਼ਾਇਦ ਕੋਨ ਦੀ ਬੋਤਲ ਲੱਗੀ ਹੋਈ ਸੀ ਆਕਸੀਜਨ ਵੀ ਗਲੂਕੋਜ਼ ਵੀ ਸਿਰਫ ਉਹਦੇ ਤਿੱਖੇ ਨੱਕ ਵਿੱਚ ਪਿਆ ਹੀਰੇ ਦਾ ਕੋਕਾ ਚਮਕ ਰਿਹਾ ਸੀ ਤੇ ਉਹਦੇ ਸਾਹ ਬੜੇ ਔਖੇ ਆ ਰਹੇ ਸਨ ਗਲੇ ਵਿੱਚ ਜਿਹੜਾ ਇੱਕ ਟੋਆ ਹੁੰਦਾ ਏ ਉਦੇ ਵਿੱਚ ਨਿੱਕੇ ਨਿੱਕੇ ਝਟਕੇ ਲੱਗ ਰਹੇ ਸਨ ਜਿਸ ਤਰ੍ਹਾਂ ਬਹੁਤ ਡੂੰਘੇ ਖੂਹ ਵਿੱਚੋਂ ਕੋਈ ਲੱਜ ਨੂੰ ਝਟਕਾ ਦੇ ਦੇ ਕੇ ਪਾਣੀ ਉਤਾਹ ਖਿੱਚੇ ਬੜੀ ਮਿਹਨਤ ਨਾਲ ਹਵਾ ਠਹਿਰ ਕੇ ਰੁਕ ਗਈ ਸੀ ਉਸ ਗਲਿਆਰੇ ਵਿੱਚ ਠਿਠਕ ਕੇ ਹਨੇਰਾ ਪੂਲੇ ਪੈਰੀ ਕੋਨਿਆਂ ਵਿੱਚੋਂ ਸਾਜ਼ਿਸ਼ਾਂ ਕਰਦਾ ਹੋਇਆ ਨਿਕਲਦਾ ਸੀ ਤੇ ਫਿਰ ਦੁਬਕ ਜਾਂਦਾ ਸੀ ਇੱਕ ਟੁੱਟਣ ਦੀ ਹੱਦ ਤੱਕ ਖਿੱਚਿਆ ਹੋਇਆ ਤਣਾਓ ਗਲਿਆਰੇ ਦੇ ਇਸ ਸਿਰੇ ਤੋਂ ਉਸ ਸਿਰੇ ਤੱਕ ਬੇਬਸ ਕੀਚਿੰਦਾ ਚਲਾ ਜਾ ਰਿਹਾ ਸੀ ਦੇ ਵਿਚਕਾਰ ਮੇਰੀ ਜਾਨ ਨਪੀੜੀ ਜਾ ਰਹੀ ਸੀ ਮੜਾ ਮੂਹੀ ਭਾਰੇ ਹੇਠਾਂ ਪਸਲੀਆਂ ਕੜਕ ਰਹੀਆਂ ਸਨ ਵਕਤ ਗੁਜ਼ਰ ਹੀ ਨਹੀਂ ਰਹਾ ਰੋਡ ਰੋਲਰ ਵਾਂਗੂ ਸਭ ਕੁਝ ਕੁਚਲਦਾ ਹੋਇਆ ਆਹਸਤਾ ਬਹੁਤ ਆਹਸਤਾ ਰੇng ਰਹਾ ਸੀ ਕਾਇਨਾਤ ਸਾਰੀ ਬਸ ਇੱਕ ਹਵਾਕ ਸੀ ਤੇ ਇੱਕ ਰੁਕਿਆ ਹੋਇਆ ਸਾ ਤੇ ਇੱਕ ਅਨੰਤ ਬੇਵਸੀ ਤੇ ਫੇਰ ਲੋ ਲੱਗ ਪਈ ਸ਼ੀਸ਼ਿਆਂ ਵਿੱਚੋਂ ਦੂਧਿਆ ਚਾਨਣ ਰੇng ਕੇ ਅੰਦਰ ਆਉਣ ਲੱਗਾ ਬੜੀ ਹੈਰਾਨੀ ਹੋਈ ਕੀ ਦਿਨ ਅਜੇ ਵੀ ਚੜਨ ਜੋਗਾ ਰਹਿ ਗਿਆ ਏ ਸੂਰਜ ਨੂੰ ਸ਼ਰਮ ਨਹੀਂ ਆਉਂਦੀ ਗੱਜਨ ਨੇ ਕਿਹਾ ਕੋਈ ਵੇਖ ਲਵੇਗਾ ਚਲੋ ਚੁੱਪਚਾਪ ਬਾਹਰ ਨਿਕਲ ਜਾਈਏ ਜੇ ਲੋਕ ਨਾਰਾਜ਼ ਹੋ ਗਏ ਤਾਂ ਉਹਦਾ ਖਿਆਲ ਨਹੀਂ ਕਰਨਗੇ ਤੇ ਟੁੱਟੀ ਜਹੀ ਲੱਤਾਂ ਕਸੀਟਦੀ ਮੈਂ ਬਾਹਰ ਨਿਕਲ ਆਈ ਬਾਹਰ ਬੈਂਚ ਤੇ ਆ ਕੇ ਬਹਿ ਗਏ ਚਾ ਪियोगੇ ਗੱਜਨ ਨੇ ਪੁੱਛਿਆ ਮੈਨੂੰ ਲੱਗਾ ਮੈਨੂੰ ਉਹਦੀ ਬੋਲੀ ਸਮਝ ਨਹੀਂ ਸੀ ਆ ਰਹੀ ਚਾ ਕਾਦੇ ਲਈ ਦਨ ਕਦਲੀ ਬਾਅਦ ਕਦਲੀ ਸਭ ਚੀਜ਼ਾਂ ਦੇ ਮਾਣੇ ਖਤਮ ਹੋ ਗਏ ਸਨ ਮੈਨੂੰ ਕੁਝ ਯਾਦ ਨਹੀਂ ਉਸ ਤੋਂ ਬਾਅਦ ਕੀ ਹੋਇਆ ਉਸੇ ਬੈਂਚ ਤੇ ਬੈਠਿਆਂ-ਬੈਠਿਆਂ ਸਵੇਰ ਤੋਂ ਸ਼ਾਮ ਕਿਸ ਤਰ੍ਹਾਂ ਹੋ ਗਈ ਜਿੰਨੀ ਵਾਰੀ ਵੀ ਕੱਜਨ ਨੇ ਉਸ ਟੈਲੀਫੋਨ ਦੇ ਰিসিਵਰ ਵਿੱਚ ਤਰਲਾ ਕੀਤਾ ਕੋਈ ਨਹੀਂ ਆਇਆ ਇੱਕ ਵਾਰੀ ਸਿਰਫ ਇੱਕ ਨਰਸ ਆਈ ਉਸ ਬਾਰੀ ਵਿੱਚ ਕਹਿਣ ਲੱਗੀ ਉਹ ਤਾਂ बेहोਸ਼ ਏ ਤੁਸੀਂ ਕਾਹਨੂੰ ਇੱਥੇ ਬੈਠੇ ਹੋ ਉਹਨੇ ਸ਼ਾਇਦ ਕਿਸੇ ਬੱਚੇ ਨੂੰ ਪੈਦਾ ਨਹੀਂ ਕੀਤਾ ਹੋਣਾ ਆਪਣੇ ਲਹੂ ਵਿੱਚ ਕਦੇ ਕਿਸੇ ਬੱਚੇ ਨਾਲ ਰਾਤਾਂ ਨਹੀਂ ਜਾਗੀਆਂ ਹੋਣੀਆਂ ਆਪਣਾ ਸਾਰਾ ਦਿਨ ਉਹਦੇ ਦਿਵਾਲੇ ਇਸ ਤਰ੍ਹਾਂ ਨਹੀਂ ਘੇੜਿਆ ਹੋਣਾ ਜਿਸ ਤਰ੍ਹਾਂ ਸੂਰਜ ਦਿਵਾਲੇ ਧਰਤੀ ਆਪਣੇ ਆਪ ਨੂੰ ਘੇੜਦੀ ਏ ਜ਼ਿੰਦਾ ਰਹਿਣ ਦਾ ਮਤਲਬ ਉਹਨੇ ਕਦੇ ਆਪਣੀ ਧੀ ਦੀ ਹੋਂਦ ਵਿੱਚ ਉਹਨੇ ਹੀ ਲੱਭਿਆ ਹੋਣਾ ਇਹਨੂੰ ਕੁਝ ਪਤਾ ਨਹੀਂ ਵਿਚਾਰੀ ਤੇਰ ਕਾਲਾਂ ਵੇਲੇ ਇੱਕ ਡਾਕਟਰ ਨੇ ਆ ਕੇ ਕਿਹਾ ਤੁਸੀਂ ਹੋਸਟਲ ਜਾਓ ਅਸੀਂ ਫੋਨ ਕਰਾਂਗੇ ਤੇ ਕਹਿ ਕੇ ਝਟਪਟ ਵਾਪਸ ਅੰਦਰ ਚਲਾ ਗਿਆ ਖਿੜਕੀ ਫੇਰ ਬੰਦ ਹੋ ਗਈ ਕੱਜਨ ਕਹਿਣ ਲੱਗਾ ਜੇ ਇਹਨਾਂ ਨੂੰ ਫੋਨ ਕਰਨ ਦੀ ਲੋੜ ਪਈ ਵੀ ਤਾਂ ਹੋਸਟਲ ਵਿੱਚ ਕਰਦੇ ਰਹਿਣਗੇ ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਅਸੀਂ ਇੱਥੇ ਬੈਠੇ ਹਾਂ ਮੇਰਾ ਖਿਆਲ ਹੈ ਸਾਨੂੰ ਹੋਸਟਲ ਵਿੱਚ ਹੀ ਚੱਲ ਕੇ ਫੋਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਫੋਨ ਕੀ ਕਹਿਣਗੇ ਫੋਨ ਤੇ ਕੀ ਖਬਰ ਦੇਣਗੇ ਮੇਰਾ ਦਿਮਾਗ ਬਿਲਕੁਲ ਸੁੰਨ ਸੀ ਇਹ ਸਵਾਲ ਉੱਗਦੇ ਸਨ ਜਵਾਬ ਤਰਹਿ ਜਾਂਦੇ ਸਨ ਛੋਟੇ ਮਾਸੂਮ ਖਰਗੋਸ਼ਾਂ ਵਾਂਗੂ ਜਾਂ ਗਿਰਦ ਖੁੰਖਾਰ ਦਰਿੰਦਿਆਂ ਵਾਂਗੂ ਧੁਬਕ ਜਾਂਦੇ ਸਨ ਸ਼ਾਇਦ ਮੇਰੇ ਗਿਰਦ ਖਲੋਤੇ ਸਨ ਸਾਰੇ ਦੇ ਸਾਰੇ ਜਵਾਬ ਗਰਦਨ ਲਟਕਾਈ ਪਰ ਮੈਂ ਹੀ ਉਹਨਾਂ ਨੂੰ ਪਛਾਣਨ ਤੋਂ ਇਨਕਾਰ ਕਰ ਰਹੀ ਸਾਂ ਕੁਝ ਯਾਦ ਨਹੀਂ ਉਸ ਜ਼ਾਲਮ ਲਊ ਭਿੱਜੀ ਸੜੇ ਹੋਏ ਮਾਸ ਦੀ ਹਵਾਕ ਨਾਲ ਭਰੀ ਹੋਈ ਸ਼ਾਮ ਦੇ ਬਾਰੇ ਕੁਝ ਵੀ ਯਾਦ ਨਹੀਂ ਸਿਰਫ ਸਥਲਤਾਏ ਤੇ ਬੇਵਸੀਏ ਤੇ ਰੁਕੇ ਹੋਏ ਸਾਮਾਂ ਦਾ ਤੇ ਪਾਗਲ ਹਟਕੋਰੀਆਂ ਦਾ ਤੇ ਬੇਮਤਲਬ ਅਥਰੂਆਂ ਦਾ ਇੱਕ ਅਹਿਸਾਸ ਏ ਹਾਰਿਆ ਹੋਇਆ ਜਿਹੜਾ ਇਨਾਂ ਸਾਲਾਂ ਦੇ ਹਰ ਦਿਨ ਦੇ ਪੁਲ ਤੋਂ ਲੰਘਦਾ ਅੱਜ ਵੀ ਮੇਰੇ ਤੱਕ ਆਉਂਦਾ ਹੈ ਹੋਸਟਲ ਪਹੁੰਚ ਕੇ ਇੱਕ ਜ਼ਿੱਦ ਵਿੱਚ ਇੱਕ ਬੇਬਸ ਜ਼ਿੱਦ ਵਿੱਚ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨ ਬਹਿ ਗਈ। ਇਹੀ ਖਿਆਲ ਆਇਆ ਕਿ ਜਦ ਤੱਕ ਇੱਥੇ ਸੁਖਮਨੀ ਦਾ ਪਾਠ ਹੁੰਦਾ ਰਹੇਗਾ ਤੇ ਉੱਥੇ ਦਿੱਲੀ ਵਿੱਚ ਅਖੰਡ ਪਾਠ ਕੈਂਡੀ ਨੂੰ ਕੁਝ ਨਹੀਂ ਹੋ ਸਕਦਾ। ਸਾਰੀ ਰਾਤ ਗੁਜ਼ਰ ਗਈ। ਗੁਜ਼ਰੀ ਨਹੀਂ। ਮੇਰੇ ਲੂਨ ਲੂਨ ਨੂੰ ਆਰੀ ਨਾਲ ਕੱਟਦੀ ਕੱਟਦੀ ਹਾਰ ਗਈ। ਸਵੇਰ ਦੀ ਲੋ ਲੱਗ ਰਹੀ ਸੀ ਜਦੋਂ ਮੇਰੇ ਕਮਰੇ ਦੀ ਘੰਟੀ ਵੱਜੀ। ਮੈਂ ਤਰਬੱਕ ਕੇ ਜਾਗੀ। ਪਤਾ ਨਹੀਂ ਕਿਸ ਵੇਲੇ ਅੱਖ ਲੱਗ ਗਈ ਸੀ। ਅੰਮੀ ਛੇਤੀ ਚੱਲੋ ਹਸਪਤਾਲ ਕਿਉਂ ਕੀ ਕਿਆ ਹੋ ਨਾ ਮੈਂ ਘਬਰਾ ਕੇ ਚੱਪਲਾ ਪਾੰਦਿਆਂ ਪੁੱਛਿਆ ਕੁਝ ਨਹੀਂ ਤਬੀਅਤ ਜ਼ਿਆਦਾ ਖਰਾਬ ਹੈ ਤੇ ਕਜਨ ਨਸਦਾ ਹੋਇਆ ਪੌੜੀਆਂ ਉੱਤਰ ਗਿਆ ਹਸਪਤਾਲ ਕਜਨ ਘਬਰਾਇਆ ਹੋਇਆ ਉਸ ਟੈਲੀਫੋਨ ਵਿੱਚ ਬੋਲ ਰਿਹਾ ਸੀ ਮੈਂ ਕੰਬਦੀ ਹੋਈ ਬੈਂਚ ਦੀ ਪਿੱਠ ਫੜ ਕੇ ਖੜੀ ਸਾਂ ਬਾਰੀ ਖੁੱਲੀ ਡਾਕਟਰ ਨੇ ਬੇਬਸੀ ਨਾਲ ਸਿਰ ਹਿਲਾਇਆ ਵਾਟ ਮੈਂ ਚਿਖੀ ਉਨੇ ਕੱਜਨ ਨੂੰ ਦੱਸਿਆ ਤੇ ਕੱਜਨ ਨੇ ਮੈਨੂੰ ਕਿ 5 ਕੁ ਮਿੰਟ ਪਹਿਲਾਂ ਸਾਰੀ ਬਿਲਡਿੰਗ ਡੁੱਬਦੇ ਜਹਾਜ਼ ਵਾਂਗੂ ਡੋਲੀ ਤੇ ਡੁੱਬ ਗਈ ਮਿਲਣਾ ਹੈ ਨਹੀਂ ਚੀਖ ਨਹੀਂ ਨਿਕਲਣੀ ਨਹੀਂ ਨਹੀਂ ਇਹ ਹਸਪਤਾਲ ਹੈ ਨਹੀਂ ਚੁੱਪ ਖਾਮੋਸ਼ ਇਹੋ ਜਿਹੇ ਕਾਲੇ ਬੋਲੇ ਵਕਤ ਵਿੱਚ ਵੀ ਸ਼ਾਇਦ ਮੈਂ ਹੋਸ਼ ਵਿੱਚ ਹੀ ਹੋਵਾਂਗੀ ਜਿਹੜੀ ਇਹ ਸੋਚ ਰਹੀ ਸਾਂ ਜਿਹੜਾ ਬੂਹਾ ਅੱਜ ਤੱਕ ਨਹੀਂ ਸੀ ਖੁੱਲਾ ਉਹ ਉਹਨਾਂ ਲੋਕਾਂ ਨੇ ਅੱਜ ਖੋਲ ਦਿੱਤਾ ਉਹ ਪਿਆਰੇ ਚਿਹਰੇ ਵਾਲੀ ਤੇ ਮੇਰੇ ਨਾਲ ਰਲ ਕੇ ਰੋਣ ਵਾਲੀ ਨਰਸ ਨੇ ਮੇਰੇ ਕੋਲ ਆ ਕੇ ਮੈਨੂੰ ਫੜ ਲਿਆ ਅੰਦਰੋਂ ਸਟ੍ਰੈਚਰ ਉੱਤੇ ਉਹ ਆ ਰਹੀ ਸੀ ਖਮੋਸ਼ ਸੁੱਤੀ ਹੋਈ ਮੈਂ ਉਹਦਾ ਮੱਥਾ ਚੁੰਮਿਆ ਹੋਂਠ ਚੁੰਮੇ ਹੋਂਠਾਂ ਉੱਤੇ ਸਫੈਦ ਪਿਆਸ ਜੰਮੀ ਹੋਈ ਸੀ ਅੱਖਾਂ ਦੇ ਕੋਨਿਆਂ ਵਿੱਚੋਂ ਵਗੇ ਹੋਏ ਅਥਰੂ ਅਜੇ ਵੀ ਪੁੜਪੁੜੀ ਤੱਕ ਸੁੱਕੇ ਹੋਏ ਸਨ ਖਮੋਸ਼ ਅੱਖਾਂ ਦੇ ਕਮਲਾਂ ਨੂੰ ਗਹਿਰੀ ਕਾਲੀ ਝਾਲਰ ਨੇ ਘਜਿਆ ਹੋਇਆ ਸੀ ਮੈਨੂੰ ਛੱਡ ਕੇ ਨਾ ਜਾ ਮੇਰੀ ਬੱਚੀ ਮੈਂ ਤੇ ਇਕੱਲੀ ਮਰ ਜਾਵਾਂਗੀ ਤੇਰੇ ਬਿਨਾ ਕਿਸ ਤਰ੍ਹਾਂ ਜੀਵਾਂਗੀ ਇੱਕ ਵਾਰੀ ਕਹਿੰਦੀ ਸੀ ਕਈ ਵਾਰੀ ਜੀ ਕਰਦਾ ਏ ਖੁਦਕੁਸ਼ੀ ਕਰ ਲਵਾਂ ਪਰ ਫਿਰ ਸੋਚਦੀ ਹਾਂ ਤੁਸੀਂ ਕਿਸ ਤਰ੍ਹਾਂ ਜੀਵੋਗੇ ਫਿਰ ਕਹਿੰਨੀ ਆ ਨਹੀਂ ਯਾਰ ਇਕੱਠਿਆਂ ਹੀ ਜੀਣਾ ਏ ਤੇ ਹੁਣ ਮੈਂ ਉਹਨੂੰ ਮਿਲੀ ਤਾਂ ਮੈਨੂੰ ਬਿਲਕੁਲ ਨਹੀਂ ਲੱਗਾ ਕਿ ਮੈਂ ਉਹਨੂੰ ਆਖਰੀ ਵਾਰੀ ਮਿਲ ਰਹੀ ਸਾਂ ਇਹੀ ਲੱਗਾ ਕਿ ਅਸੀਂ ਕੁਝ ਜਿਰ ਲਈ ਵਿਛੜ ਰਹੀਆਂ ਸਾਂ ਜਿਸ ਤਰ੍ਹਾਂ 27 ਮਈ ਦੀ ਰਾਤ ਨੂੰ ਉਹ ਦਿੱਲੀ 에ਅਰਪੋਰਟ ਤੇ ਵਿਛੜੀ ਸੀ ਉਨੂੰ ਉਹ ਲੈ ਗਏ ਮੈਨੂੰ ਕੁਝ ਪਤਾ ਨਹੀਂ ਕੀ ਹੋਇਆ ਉਸ ਤੋਂ ਮਗਰੋਂ ਫਿਰ ਪਤਾ ਨਹੀਂ ਕਿਹੜੇ ਵੇਲੇ ਦਲਾਵਰੀ ਸਾਹਿਬ ਆ ਗਏ ਪੈਰਿਸ ਤੋਂ ਇਹੀ ਯਾਦ ਏ ਕਿ ਮੇਰੇ ਕੋਲ ਬੈਠੇ ਪਾਠ ਕਰਦੇ ਰਹੇ ਫਿਰ ਕਹਿਣ ਲੱਗੇ ਹਿੰਮਤ ਕਰੋ ਉਹਦਾ ਆਖਰੀ ਸੰਸਕਾਰ ਤੁਸੀਂ ਹੀ ਕਰਨਾ ਏ ਹਾਰਨ ਨਾਲ ਕੰਮ ਨਹੀਂ ਹੋਣਾ ਤੁਸੀਂ ਹੀ ਜੰਮਿਆ ਸੀ ਉਹਨੂੰ ਇਹ ਕੰਮ ਵੀ ਤੁਸੀਂ ਹੀ ਕਰਨਾ ਏ ਮੈਂ ਹੀ ਤਾਂ ਜੰਮਿਆ ਸੀ ਉਹਨੂੰ ਠੀਕ ਏ ਹੁਣ ਮੈਂ ਹੀ ਤਾਂ ਉਹਦਾ ਸੰਸਕਾਰ ਕਰਾਂਗੀ ਹੋਰ ਕੌਣ ਕਰੇਗਾ ਠੀਕ ਹੀ ਤਸੀ ਤੇ ਮੈਂ ਚੁੱਪਚਾਪ ਉੱਠ ਖਲੋਤੀ। ਦਿਲਾਵਰੀ ਸਾਹਿਬ ਪਤਾ ਨਹੀਂ ਮੈਨੂੰ ਕਿਹੜੇ ਦਫ਼ਤਰ ਵਿੱਚ ਲੈ ਗਏ। ਉੱਥੇ ਇੱਕ ਔਰਤ ਇੰਚਾਰਜ ਸੀ। ਉਹਦੇ ਨਾਲ ਕਿੰਨਾ ਹੀ ਚਿਰ ਗੱਲਾਂ ਕਰਦੇ ਰਹੇ ਜਿਵੇਂ ਕੁਝ ਮਨਵਾਣ ਦੀ ਕੋਸ਼ਿਸ਼ ਕਰ ਰਹੇ ਹੋਣ। ਫਿਰ ਮੇਰੇ ਕੋਲ ਆਏ। ਵੇਖੋ ਵਾਹਿਗੁਰੂ ਆਪੇ ਕੰਮ ਬਣਾਉਂਦਾ ਏ। ਇਹ ਕਹਿੰਦੇ ਨੇ ਕਿ ਅਸੀਂ ਤਾਂ ਇੱਥੇ 15-15 ਦਿਨ ਮੌਰਗ ਵਿੱਚ ਰੱਖੀ ਜਾਂਦੇ ਆ ਜਦ ਤੱਕ 8-10 ਲੋਕ ਸੰਸਕਾਰ ਕਰਨ ਵਾਲੇ ਨਾ ਜਮ੍ਹਾਂ ਹੋ ਜਾਣ। ਇੱਕੋ ਵਾਰੀ ਅੰਗੀਠਾ ਤਾਂ ਪਾਉਂਦੇ ਹਾਂ। ਪਰ ਮੈਂ ਇਹਨਾਂ ਨੂੰ ਸਮਝਾਇਆ ਏ ਸਾਰਾ ਖਰਚ ਅਸੀਂ ਕਰ ਦੇਵਾਂਗੇ। ਸੋ ਕੱਲ ਅਗੀਠਾ ਤਿਆਰ ਕਰਨ ਲਈ ਮੰਨ ਗਏ ਨੇ ਮੈਨੂੰ ਕੁਝ ਸਮਝ ਨਹੀਂ ਆਈ ਸਿਰਫ ਵਾਇਗੁਰੂ ਕੰਮ ਬਣਾਉਂਦਾ ਏ ਲਫ਼ਜ਼ ਅਜੀਬ ਲੱਗੇ ਜਿੱਥੇ ਉਹਨਾਂ ਨੇ ਕਿਹਾ ਮੈਂ ਦਸਤਖਤ ਕਰ ਦਿੱਤੇ ਉਸ ਇਨਚਾਰਜ ਔਰਤ ਨੇ ਆਪਣੀ ਸੜੀ ਹੋਈ ਬਾਂਬ ਖਾਈ ਕਹਿਣ ਲੱਗੀ ਜਦੋਂ ਉਹ ਅਜੇ ਨਿੱਕੀ ਜਹੀ ਸੀ ਤਾਂ ਮੁੰਬਤੀ ਨਾਲ ਅੱਗ ਲੱਗ ਗਈ ਸੀ ਉਹਦਾ ਪਿਤਾ ਕੋਲ ਸੀ ਜੱਫੀ ਪਾ ਕੇ ਉਹਨੇ ਆਪਣੀ ਧੀ ਦੀ ਅੱਗ ਬੁਝਾ ਦਿੱਤੀ ਤੇ ਨਾਲ ਆਪ ਰਤਾ ਕੁ ਸੜ ਗਿਆ ਜੇ ਮੈਂ ਤੇਰੇ ਕੋਲ ਹੁੰਦੀ ਮੇਰੀ ਬੱਚੀ تمامي تنوں جਫੀ پا کے تیری اگ بجھا دیندی پھر اسی دوویں ادیاں ادیاں ਸੜ ਜਾਂਦੀਆਂ ਅੱਧੀ ਅੱਧੀ ਪੀੜ ਹੁੰਦੀ ਅੱਧੀਆਂ ਅੱਧੀਆਂ ਮਰਦੀਆਂ ساری ਰਾਤ ਇਹੀ ਲੱਗਦਾ ਰਿਹਾ ਕਿ ਇਹ ਸੁਪਨਾ ਹੈ ਉਹ ਨਹੀਂ ਮਰ ਸਕਦੀ ਇਹ ਸਭ ਝੂਠ ਹੈ ਲੋਕ ਝੂਠ ਬੋਲ ਰਹੇ ਨੇ ਉਹ ਕਿਸ ਤਰ੍ਹਾਂ ਮਰ ਸਕਦੀ ਹੈ ਉਹ ਤਾਂ ਜ਼ਿੰਦਗੀ ਦੇ نشੇ ਨਾਲ چور ਸੀ ਇਨਟੌਕਸੀਕੇਟਿਡ ਉਹ ਤਾਂ ਜ਼ਿੰਦਗੀ ਦਾ ਹਰ ਪਲ شدت ਨਾਲ ਜੀਉਂਦੀ ਸੀ ਰਾਤੀ देर ਤੱਕ ਬਾਹਰ ਲਾਉਣ ਦੇ ਘਾਹ ਵਿੱਚ ਬਹਿ ਕੇ ਸਿਗਰਟ ਪੀਂਦੀ ਰਹਿੰਦੀ ਤਾਰੇ ਵੇਖਦੀ ਰਹਿੰਦੀ ਹਨੇਰੇ ਵਿੱਚ ਬੈਠੀ ਰਹਿੰਦੀ ਕੈਂਡੀ ਤੂੰ ਬਾਹਰ ਹਨੇਰੇ ਵਿੱਚ ਇਕੱਲੀ ਕਿਉਂ ਬੈਠੀ ਹੈ ਮੈਂ ਪੁੱਛਦੀ ਮੈਂ ਜ਼ਰਾ ਹਨੇਰੇ ਨੂੰ ਇੰਜੋਏ ਕਰਦੀ ਪਈ ਆ ਉਹ ਕਹਿੰਦੀ ਕਿੱਡੀ ਅਜੀਬ ਗੱਲ ਏ ਰਾਤੀ ਅੱਧੀ ਰਾਤ ਤੱਕ ਸੌਂਦੀ ਨਹੀਂ ਸੀ ਕਹਿੰਦੀ ਸੀ ਇੰਨਾ ਖੂਬਸੂਰਤ ਹਨੇਰਾ ਤੇ ਖਾਮੋਸ਼ੀ ਇਹ ਤਾਂ ਕਵਿਤਾ ਪੜਨ ਦਾ ਵੇਲਾ ਏ ਸੌਂ ਕੇ ਜ਼ਾਇਆ ਕਿਉਂ ਕਰਾਂ ਜ਼ਿੰਦਗੀ ਦੇ ਇੱਕ ਇੱਕ ਪਲ ਨੂੰ ਘੁੱਟ ਕੇ ਮੁੱਠ ਵਿੱਚ ਫੜ ਕੇ ਜਿਉਣ ਵਾਲੀ ਕੁੜੀ ਕਿਸ ਤਰ੍ਹਾਂ ਮਰ ਸਕਦੀ ਏ ਤੇ ਇੰਨੀ ਖੂਬਸੂਰਤ ਕੁੜੀ ਉਨੇ ਦਾਜੀ ਜ਼ਿੰਦਗੀ ਦੀ ਬਸੰਤ ਰੁੱਤ ਵੇਖਣੀ ਸੀ ਉਹ ਰਾਤ ਜਿਵੇਂ ਮੈਂ ਸਿਆਹ ਪਾਣੀਆਂ ਦੇ ਉੱਤੇ ਬੇਜਾਨ ਫਲੋਟ ਕਰਦੀ ਰਹੀ ਕੁਝ ਯਾਦ ਨਹੀਂ ਕੁਝ ਯਾਦ ਨਹੀਂ ਅਗਲਾ ਦਿਨ ਇੱਕ ਪਾਸਿਓਂ ਦਲਾਵਰੀ ਸਾਹਿਬ ਤੇ ਦੂਜੇ ਪਾਸਿਓਂ ਕੱਜਨ ਮੈਨੂੰ ਫੜ ਕੇ ਲੈ ਜਾ ਰਹੇ ਸਨ ਪਰ ਲੱਤਾਂ ਮੇਰੀਆਂ ਤੁਰ ਹੀ ਰਹੀਆਂ ਹੋਣਗੀਆਂ ਪੈਰ ਇੱਕ ਤੋਂ ਮਗਰੋਂ ਦੂਜਾ ਅੱਗੇ ਧਰਿੰਦਾ ਹੀ ਹੋਵੇਗਾ ਤਾਂ ਹੀ ਤੇ ਉਸ ਠੰਡੇ ਠਾਰ ਕਮਰੇ ਵਿੱਚ ਪਹੁੰਚ ਗਈ ਜਿਸ ਵਿੱਚ ਵੱਡੇ ਵੱਡੇ ਸਟੀਲ ਦੇ ਦਰਾਜ਼ਾਂ ਵਰਗੀਆਂ ਅਲਮਾਰੀਆਂ ਸਨ ਚਾਰੇ ਪਾਸੇ ਤੇ ਵਿਚਾਰ ਇੱਕ ਲੱਕੜ ਦੇ ਬਕਸੇ ਵਿੱਚ ਚੁੱਪਚਾਪ ਕੈਂਡੀ ਸੁੱਤੀ ਹੋਈ ਸੀ। ਉਹੀ ਜਾਨਵਰਗਾ ਚਿਹਰਾ, ਚੌੜਾ ਮੱਥਾ, ਦਾਤਰੀਆਂ ਵਰਗੀਆਂ ਪਲਕਾਂ, ਕਟੋਰੀਆਂ ਵਰਗੀਆਂ ਅੱਖਾਂ, ਖاموش। ਮੈਂ ਝੁੱਕ ਕੇ ਉਹਦਾ ਮੂੰਹ ਚੁੰਮਿਆ, ਮੱਥਾ ਚੁੰਮਿਆ, ਹੋਠ ਚੁੰਮੇ। ਬਰਫ਼ ਵਰਗੇ ਠੰਡੇ ਹੋਠ। ਕਿਸੇ ਨੇ ਸਫੈਦ ਪਿਆਸ ਪੂੰਝ ਦਿੱਤੀ ਹੋਈ ਸੀ ਉਹਨਾਂ ਹੋਠਾਂ ਉੱਤੋਂ। ਅਥਰੂ ਵੀ ਪੂੰਝ ਦਿੱਤੇ ਸਨ। ਵਾਲ ਸਵਾਰ ਕੇ ਬਾਹ ਦਿੱਤੇ ਸਨ। ਏ ਮੇਰੀ ਧੀ ਤਿਆਰ ਹੋ ਕੇ ਕਿੱਥੇ ਚੱਲੀ ਸੀ ਸਫੈਦ ਚੱਦਰਾਂ ਵਿੱਚ ਲਪਟੀ ਹੋਈ ਪਰਾਈਆਂ ਚੱਦਰਾਂ ਵਿੱਚ ਪਰાયੇ ਸ਼ਹਿਰ ਵਿੱਚ ਪਰાયੇ ਲੋਕਾਂ ਦੇ ਹੱਥੋਂ ਹੋਠ ਤੇ ਅੱਖਾਂ ਪੁਝਵਾ ਕੇ ਕੱਜਨ ਨੇ ਮੇਰੀ ਬਾਹ ਫੜ ਕੇ ਮੈਨੂੰ ਖਿੱਚਿਆ ਇਹ ਬਕਸੇ ਵਿੱਚ ਤਾਂ ਨਹੀਂ ਲੇਟੀ ਹੋਈ ਅੰਮੀ ਇਹ ਤਾਂ ਸਾਡੇ ਦਿਲਾਂ ਵਿੱਚ ਜਾ ਕੇ ਲੇਟ ਗਈ ਹੈ ਨਾ ਕੈਂਡੀ ਇਹ ਨਹੀਂ ਕੈਂਡੀ ਤਾਂ ਹੁਣ ਇੱਥੇ ਵੇ ਤੇ ਉਹਨੇ ਆਪਣੀ ਛਾਤੀ ਤੇ ਹੱਥ ਰੱਖਿਆ ਭੈਣ ਜੀ ਇਹ ਮਿੱਟੀ ਹੈ ਇਹਦੇ ਨਾਲੋਂ ਮੋਹ ਤੋੜੋ ਵੈਗੁਰੂ ਅਗੇ ਅਰਦਾਸ ਕਰੋ ਇਹਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਦਿਲਾਵਰੀ ਕਹਿ ਰਹੇ ਸਨ ਮੈਨੂੰ ਸੁਣਾਈ ਦੇ ਹੀ ਰਿਹਾ ਹੋਵੇਗਾ ਤਾਂ ਹੀ ਤੇ ਇਹ ਲਫ਼ਜ਼ ਅਜੇ ਵੀ ਯਾਦ ਨੇ ਮੈਂ ਉਸ ਬਕਸੇ ਤੋਂ ਬਾਹਰ ਹੀ ਹੋਵਾਂਗੀ ਤਦੇ ਤਾਂ ਅਜੇ ਲਿਖ ਰਹੀ ਹਾਂ ਪਰ ਕਸਮ ਖਾਂਦੀ ਹਾਂ ਦੋਸਤੋ ਜਿਸ ਵੇਲੇ ਉਸ ਬਕਸੇ ਨੂੰ ਕਿੱਲਾ ਨਾਲ ਬੰਦ ਕੀਤਾ ਜਾ ਰਿਹਾ ਸੀ ਮੈਂ ਉਹਦੇ ਅੰਦਰ ਬੰਦ ਹੋ ਗਈ ਸਾਂ ਇੱਕ ਕਾਲੀ ਵੈਨ ਵਿੱਚ ਉਹ ਬਕਸਾ ਰੱਖ ਦਿੱਤਾ ਗਿਆ ਉਹਦੇ ਉੱਤੇ ਫੁੱਲ ਕਿਸਨੇ ਲਿਆ ਕੇ ਰੱਖੇ ਸਨ ਪਤਾ ਨਹੀਂ ਇੱਕ ਖੂਬਸੂਰਤ ਬਾਗ ਵਿੱਚ ਉਹ ਵੈਨ ਦਾਖਲ ਹੋਈ ਦਲਾਵਰੀ ਤੇ ਕਜਨ ਨੇ ਮੈਨੂੰ ਮੋਟਰ ਵਿੱਚੋਂ ਉਤਾਰਿਆ ਇੱਥੇ ਅੰਦਰ ਤੁਰ ਕੇ ਜਾਣਾ ਪੈਂਦਾ ਏ ਕਿਉਂਕਿ ਆਸ-ਪਾਸ ਕਬਰਾਂ ਨੇ ਉਹਨਾਂ ਦੇ ਇhtਰਾਮ ਦੀ ਖਾਤਰ ਤੁਰ ਹੀ ਰਹੀ ਹੋਵਾਂਗੀ ਇਸੇ ਕਰਕੇ ਅੰਦਰ ਵਾਲੇ ਕਮਰੇ ਤੱਕ ਪਹੁੰਚ ਗਈ ਅੱਗੇ-ਅੱਗੇ ਮੇਰੀ ਧੀ ਤੇ ਪਿੱਛੇ ਤਿੰਨ ਬੰਦੇ ਇੱਕ ਮੈਂ ਉਹਨੂੰ ਜੰਮਣ ਵਾਲੀ ਤੇ ਉਹਦੀ ਦੋਸਤ ਮਾਂ ਇੱਕ ਕਜਨ ਜਿਸ ਨੂੰ ਉਹਦੇ ਨਾਲ ਪਿਆਰ ਵਾਲੀ ਦੋਸਤੀ ਸੀ ਤੇ ਇੱਕ ਦਲਾਵਰੀ ਸਾਹਿਬ ਦੇ ਸਿਰਫ ਅਫੀਸ਼ੀਅਲ ਡਿਊਟੀ ਨਿਭਾਉਣ ਆਏ ਸਨ ਪਰ ਉਹਨਾਂ ਦੀ ਸਾਰੀ ਹੋਂਦ ਮੇਰੇ ਨਾਲ-ਨਾਲ ਪਿਗਲ ਰਹੀ ਸੀ ਸਿਰਫ ਉਹ ਪਾਠ ਕਰ ਰਹੇ ਸਨ ਫਿਰ ਉਹਨਾਂ ਨੇ ਹੀ ਅਰਦਾਸ ਕੀਤੀ ਬੰਦ ਬਕਸੇ ਉੱਤੇ ਮੈਂ ਪਿਆਰ ਨਾਲ ਹੱਥ ਫੇਰਿਆ ਅੱਛਾ ਕੈਂਡੀ ਮਿਲਾਂਗੇ ਜ਼ਰੂਰ ਫੇਰ ਉਹ ਬਕਸਾ ਉਹਨਾਂ ਨੇ ਇੱਕ ਉੱਚੇ ਜਿਹੇ ਸੰਗ ਮਰਮਰੀ ਪਲੇਟਫਾਰਮ ਤੇ ਰੱਖ ਦਿੱਤਾ ਇੱਕ ਲੱਕੜ ਦਾ ਛੋਟਾ ਜਿਹਾ ਦਰਵਾਜ਼ਾ ਉਸ ਪਲੇਟਫਾਰਮ ਤੇ ਖੁੱਲ੍ਹਿਆ ਉਹ ਬਕਸਾ ਨਹੀਂ ਮੇਰੀ ਧੀ ਦਾ ਡੋਲਾ ਉਸ ਛੋਟੇ ਦਰਵਾਜ਼ੇ ਦੇ ਅੰਦਰ ਚਲਾ ਗਿਆ ਖਿਸਕਦਾ ਹੋਇਆ ਤੇ ਫੇਰ ਉਹ ਦਰਵਾਜ਼ਾ ਬੰਦ ਹੋ ਗਿਆ। ਦिलावरी ਸਾਹਿਬ ਤੇ ਕੱਜਨ ਮੈਨੂੰ ਬਾਹਰ ਲੈ ਆਏ। ਪਤਾ ਨਹੀਂ ਕਿੱਥੇ ਗਏ ਅਸੀਂ। ਜੋ ਵੀ ਥਾਂ ਸੀ ਉੱਥੇ ਮੈਂ ਨਡਾਲ ਲੇਟੀ ਰਹੀ। ਸ਼ਾਮ ਵੇਲੇ ਫੇਰ ਉੱਥੇ ਗਏ। ਉਹਨਾਂ ਲੋਕਾਂ ਨੇ ਇੱਕ ਛੋਟਾ ਲੱਕੜ ਦਾ ਬਕਸਾ ਸਾਡੇ ਹਵਾਲੇ ਕਰ ਦਿੱਤਾ ਜਿਸ ਉੱਤੇ ਲਾਲ ਮੋਹਰਾਂ ਲੱਗੀਆਂ ਹੋਈਆਂ ਸਨ। ਬਕਸੇ ਨੂੰ ਕਲੇਜੇ ਨਾਲ ਲਾ ਕੇ ਮੈਂ ਬਾਹਰ ਨਿਕਲੀ। ਇੰਜ ਲੱਗਣ ਲੱਗ ਪਿਆ ਕੈਂਡੀ ਹੁਣ ਮੇਰੇ ਕੋਲ ਏ। ਬਾਹਰ ਬੈਂਚਾਂ ਤੇ ਬਜ਼ੁਰਗ ਔਰਤਾਂ ਤੇ ਮਰਦ ਬੈਠੇ ਸਨ ਸਿਰ ਝੁਕਾ ਕੇ। ਚੁੱਪ-ਚਾਪ ਲੱਗਾ ਮੈਂ ਜ਼ਿੰਦਗੀ ਦੇ ਆਖਰੀ ਦਿਨ ਤੱਕ ਸਫੈਦ ਵਾਲਾਂ ਨਾਲ ਉਹਨਾਂ ਹੀ ਬੈਂਚਾਂ ਤੇ ਬੈਠੀ ਰਹਾਂਗੀ ਹੁਣ ਮੈਂ ਅਜੇ ਤੱਕ ਉਹਨਾਂ ਬੈਂਚਾਂ ਤੇ ਬੈਠੀ ਆ ਲਿਓਂ ਦੀ ਕਬਰਗਾਹ ਵਿੱਚ ਪਏ ਬੈਂਚਾਂ ਉੱਤੇ ਸੱਚ ਕਹਿੰਦੀ ਆ ਦਿਨ ਰਾਤ ਉੱਥੇ ਬੈਠੀ ਰਹਿੰਦੀ ਆ ਸਿਰ ਝੁਕਾ ਕੇ ਧੁੱਪ ਚੜਦੀ ਵੀ ਏ ਲੈ ਵੀ ਜਾਂਦੀ ਏ ਲੋਕੀ ਆਉਂਦੇ ਨੇ ਆਪਣੇ ਪਿਆਰਿਆਂ ਨੂੰ ਉੱਥੇ ਛੱਡ ਕੇ ਚਲੇ ਜਾਂਦੇ ਨੇ ਮੈਂ ਉਹਨਾਂ ਸਾਰਿਆਂ ਦਾ ਖਿਆਲ ਰੱਖਦੀ ਆ ਕਿਉਂਕਿ ਉਹ ਮੇਰੀ ਕੈਂਡੀ ਦੇ ਮਹੱਲੇ ਵਿੱਚ ਜੋ ਰਹਿੰਦੇ ਹੋਏ ਮੇਰੀ ਕੈਂਡੀ ਦੇ ਗਵਾਂਢੀ ਇਹ ਹੈ ਅਜੀਤ ਕੌਰ ਦੀ ਸਵੈ ਜੀਵਨੀ ਖਾਨਾ ਬਦੋਸ਼ ਦਾ ਪਹਿਲਾ ਭਾਗ 101